ਦਾ ਸਮੁੱਚੀਆਂ ਟੀਮਾਂ ਜਿਹੜੀਆਂ ਜਿਹੜਾ ਸਾਰਾ ਦਿਨ ਅੱਜ ਰੌਣਕ ਮੇਲਾ ਲੱਗਣਾ ਅੱਜ ਤੁਸੀਂ ਇਹ ਨੈੱਟ ਦੇ ਜ਼ਰੀਏ ਤੱਕੋਗੇ ਪੰਜਾਬ ਲਾਈਵ 1.com ਦੀ ਜਿਹੜੀ ਨੈੱਟ ਦੀ ਸੁਵਿਧਾ ਆਪਾਂ ਦਿੱਤੀ ਗਈ ਆ ਸੋ ਇਹ ਚਾਲੂ ਆ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਦੂਜੇ ਨੂੰ ਫੋਨ ਖੜਕਾ ਦਿਓ ਕਿ ਆਪਣੇ ਆਪਣੇ ਸੈੱਟ ਆਨ ਕਰੋ ਅਤੇ ਇਹਨਾਂ ਮੈਚਾਂ ਦਾ ਆਪਣੇ ਪਿੰਡ ਦੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ ਨਾਲ ਹੀ ਸਮੁੱਚੀ ਟੀਮ ਆਵੇ ਜੀ ਹਸਨ ਭੱਟੀ ਦੀ ਸਮੁੱਚੀ ਟੀਮ ਆਵੇ ਅੱਗੇ ਵੀਰੇ ਅਗਲੇ ਮੈਚਾਂ ਦੀ ਲਿਸਟ ਪੁੱਜਦੀ ਕਰ ਦਿਓ ਮੁਕਾਬਲਾ ਅਨਾਊਂਸ ਕਰ ਦਿਓ ਦੂਸਰੇ ਰਾਊਂਡ ਦਾ ਪਹਿਲਾ ਮੁਕਾਬਲਾ ਟੀਮਾਂ ਪੁੱਜੀਆਂ ਹੋਈਆਂ ਨੇ ਦਰਸ਼ਕ ਵੀਰ ਵੀ ਪੁੱਜਦੇ ਜਾ ਰਹੇ ਨੇ ਰੰਗ ਬਿਰੰਗੀਆਂ ਦਸਤਾਰਾਂ ਤੇ ਨਾਲ ਹੀ ਹੁੰਦਾ ਜਾ ਰਿਹਾ ਦਰਸ਼ਕਾਂ ਦਾ ਇਕੱਠ ਇਹ ਦੱਸਦਾ ਕਿੰਨਾ ਪਿਆਰ ਕਰਦੇ ਨੇ ਕਬੱਡੀ ਨੂੰ ਨਾ ਵੀ ਡਿਜੀਟਲ ਸਟੂਡੀਓ ਕੱਲ ਕਲਾਂ ਦੇ ਜ਼ਰੀਏ ਘਰ ਘਰ ਵਿੱਚ ਤਸਵੀਰ ਜਾਵੇਗੀ ਹਸਨ ਭੱਟੀ ਦੀ ਸਮੁੱਚੀ ਟੀਮ ਆਵੇ ਜੀ ਹਸਨ ਭੱਟੀ ਸਮੁੱਚੀ ਟੀਮ ਆਵੇ ਇਸ ਤਰ੍ਹਾਂ ਆਪਾਂ ਸਾਰੇ ਜਾਣਦੇ ਹੀ ਹਾਂ ਰੋਜ਼ ਆਪਾਂ ਨਿਊਜ਼ ਪੇਪਰ 'ਤੇ ਪੜ੍ਹਦੇ ਹਾਂ ਖਾਸ ਕਰਕੇ ਪਹਿਰੇਦਾਰ ਜਿਹੜਾ ਅਖਬਾਰ ਆਉਂਦਾ ਉਹਦੇ 'ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੋ ਫਾਂਸੀ ਦੀ ਸਜ਼ਾ ਹੋਈ ਆ ਉਹਦੀ ਫਾਂਸੀ ਦੀ ਮਾਫ਼ੀ ਪ੍ਰਤੀ ਜਿਹੜੀ ਪਹਿਰੇਦਾਰ ਅਖਬਾਰ ਵੱਲੋਂ ਮੁਹਿੰਮ ਚਲਾਈ ਗਈ ਆ ਦਸਖਸਤ ਮੁਹਿੰਮ ਉਹਦੇ ਲਈ ਆਪਣੇ ਸਰਦਾਰ ਜਗਜੀਤ ਸਿੰਘ ਜੀ ਦਿਸ਼ਾ ਦੁਕਾਨਦਾਰ ਉਹਨਾਂ ਨੇ ਇੱਥੇ ਸਟੇਜ ਦੇ ਬਿਲਕੁਲ ਮਗਰਲੇ ਪਾਸੇ ਟੇਬਲ ਲਾਇਆ ਹੋਇਆ ਫਾਰਮ ਪਏ ਨੇ ਸੋ ਸਾਰੇ ਦਰਸ਼ਕਾਂ ਨੂੰ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਂਸੀ ਦੇ ਖਿਲਾਫ ਇਸ ਆਵਾਜ਼ ਨੂੰ ਹੋਰ ਬੁਲੰਦ ਕਰੀਏ ਉਸ ਮੁਹਿੰਮ ਦੇ ਅਧੀਨ ਆਪਾਂ ਸਾਰੇ ਬੰਦੇ ਜਾ ਕੇ ਉੱਥੇ ਦਸਖਤ ਕਰੀਏ ਤਾਂ ਜੋ ਉਹਨਾਂ ਦੀ ਫਾਂਸੀ 'ਤੇ ਜਿਹੜੀ ਆ ਰੋਕ ਲਾਈ ਜਾ ਸਕੇ ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਕਿ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਨ ਜਗਪ੍ਰੀਤ ਸਿੰਘ ਜੀ ਤੇ ਸੁਰਜੀਤ ਸਿੰਘ ਜੀ ਸਰਾਂ ਇਹਨਾਂ ਤਿੰਨਾਂ ਸੱਜਣਾਂ ਵੱਲੋਂ ਸਾਡੇ ਪਿੰਡ ਦੇ ਹੋਣਹਾਰ ਖਿਡਾਰੀ ਸਾਡੇ ਪਿੰਡ ਦੇ ਜਿਹੜੇ ਹੋਣਹਾਰ ਖਿਡਾਰੀ ਹਰਦੀਪ ਸਿੰਘ ਪਿਆਰ ਨਾਲ ਅਸੀਂ ਉਹਨਾਂ ਨੂੰ ਫਿੱਡੂ ਕਹਿੰਦੇ ਹਾਂ ਹਰਦੀਪ ਸਿੰਘ ਫਿੱਡੂ ਨੂੰ ਗੁਰਪ੍ਰੀਤ ਸਿੰਘ ਮਾਨ ਜਗਪ੍ਰੀਤ ਸਿੰਘ ਤੇ ਸੁਰਜੀਤ ਸਿੰਘ ਸਰਾਂ ਵੱਲੋਂ 21,000 ਰੁਪਏ ਦਾ ਇਨਾਮ ਦੇ ਕੇ ਸਨਮਾਨ ਕੀਤਾ ਜਾਊਗਾ ਫਿੱਡੂ ਮੇਰੇ ਵੀਰ ਨੂੰ ਉੱਭਰ ਰਿਹਾ ਸਤਾਰਾ ਹੈ ਪਿੰਡ ਖੋਸਾ ਰਣਧੀਰ ਕਬੱਡੀ ਟੀਮ ਦਾ ਹੈਲੋ
ਦਿਆਲਪੁਰਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਇੱਕ ਗੁਰਮੁਖ ਸੁੱਟ ਬਿੱਲਾ ਗਲਬ ਪਿੰਡ ਦਾ ਸਾਡੇ ਲਕਸ਼ਮਣ ਘਾਲੀ ਜੀ, ਸਾਰੇ ਹੀ ਵੀਰਾਂ ਦਾ ਧੰਨਵਾਦ ਜੀ। ਹਸਨ ਭੱਟੀ ਦੀ ਸਮੁੱਚੀ ਨਾਲ ਹੀ ਤਾਇਆ ਕਰ ਦਿਓ ਜੀ, ਮੁਕਾਬਲਾ ਅਨਾਊਂਸ ਕਰ ਦਿਓ। ਪਹਿਲਾਂ ਹਸਨ ਭੱਟੀ ਦੀ ਸਮੁੱਚੀ ਟੀਮ ਆਵੇ ਜੀ, ਹਸਨ ਭੱਟੀ ਸਮੁੱਚੀ ਟੀਮ ਆਵੇ। ਇੱਕ ਪਿੰਡ ਹੁਸਨ ਭੱਟੀ ਆ ਤੇ ਇੱਕ ਹਸਨ ਭੱਟੀ ਆ ਜੀ। ਹੁਸਨ ਭੱਟੀ ਜ਼ਿਲ੍ਹੇ ਮੁਕਤਸਰ ਦਾ ਕਹਿ ਲਈਏ ਮੇਜ਼ਬਾਨ ਨਗਰ ਹੈ, ਪਰ ਜਿਹੜਾ ਆਹ ਨਗਰ ਹਸਨ ਭੱਟੀ ਹੈ ਇਹ ਜ਼ਿਲ੍ਹੇ ਫਰੀਦਕੋਟ ਦੀ ਨਿਗਮਾਨ ਦਾ ਨਗਰ। ਆਏ ਸਾਲ ਕਹਿ ਲਈ ਕਬੱਡੀ ਦਾ ਤਗੜਾ ਮਹਾਂਕੁੰਭ ਕਰਵਾਇਆ ਜਾਂਦਾ ਜੀ। ਹਸਨ ਭੱਟੀ ਦੀ ਸਮੁੱਚੀ ਟੀਮ ਆ ਗਈ ਹੈ ਤੇ ਦੂਸਰੀ ਸਾਈਡ ਰਾਜਿਆਂ ਨੇ ਵੀ ਪੁੱਜੀ ਹੋਈ ਹੈ। ਸਾਡੇ ਇਕਬਾਲ ਜੀ ਨੂੰ ਬੇਨਤੀ ਹੈ ਜੀ, ਮੁਕਾਬਲਾ ਸ਼ੁਰੂ ਕਰਵਾ ਦਿਓ। ਨਾਲ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਇਹਨਾਂ ਦੇ ਵੀਰ ਵਿਸ਼ੇਸ਼ ਤੌਰ ਤੇ ਜੁੜ ਗਏ ਨੇ ਕਿ ਤੁਸੀਂ ਵਸਦੇ ਰਹੋ ਪਰਦੇਸੀ ਹੋ, ਤੁਹਾਡੇ ਨਾਲ ਵਸੇ ਪੰਜਾਬ, ਤੁਸੀਂ ਮਹਿਕ ਦੇ ਵਾਂਗੂ ਖਿੰਡ ਗਏ ਪਿੱਛੇ ਖਿੜਿਆ ਛੱਡ ਗੁਲਾਬ। ਅੱਜ ਕੱਲ੍ਹ ਇਹ ਵੱਡਾ ਸਹਿਯੋਗ ਹੈ ਇਹਨਾਂ ਦਾ ਵੀਰਾਂ ਦਾ। ਸਾਡੇ 15 ਤੇ 16 ਅੰਕਾਂ ਤੇ ਜਿੱਤ ਹਾਰ ਦੇ ਫੈਸਲੇ ਹੋਣਗੇ ਸਾਡਾ ਹੈਰੀ ਵੀਰ ਦੱਸਦਾ ਏ। ਸਾਡੇ 15 ਤੇ 16 ਅੰਕਾਂ ਤੇ ਜਿੱਤ ਹਾਰ ਦੇ ਫੈਸਲੇ ਹੋਣਗੇ। ਟੀਮਾਂ ਧਿਆਨ ਦੇਣ ਤੇ ਨਾਲ ਹੀ ਅਗਲੇ ਰਾਊਂਡ ਦੀਆਂ ਤਾਨੀਆਂ ਕਰਕੇ ਮੇਰੇ ਕੋਲ ਲਿਸਟ ਪੁੱਜਦੀ ਕਰ ਦਿਓ ਜੀ, ਬੇਨਤੀ ਹੈ। ਇਸ ਵੇਲੇ ਹਸਨ ਭੱਟੀ ਦੀ ਟੀਮ ਅਤਕਰ ਕਰੋ ਜੀ, ਕਿੱਧਰਲੀ ਸਾਈਡ ਹਸਨ ਭੱਟੀ, ਹਸਨ ਭੱਟੀ ਦੀ ਟੀਮ ਪਿੰਡ ਵਾਲੀ ਸਾਈਡ ਹੋ ਗਈ ਹੈ ਤੇ ਦੂਸਰੀ ਸਾਈਡ ਰਾਜਿਆਂ ਹੋ ਗਈ ਹੈ ਜੀ। ਹਾਂਜੀ, ਸਰਦਾਰ ਭੁਪਿੰਦਰ ਸਿੰਘ ਜੀ ਮੰਗਤੂ ਕੈਨੇਡੀਅਨ ਸਾਹਿਬ, ਉਹਨਾਂ ਦੇ ਡੈਡੀ ਸਰਦਾਰ ਨਛੱਤਰ ਸਿੰਘ ਜੀ ਪਹੁੰਚ ਚੁੱਕੇ ਆ। ਨਾਲ ਹੀ ਉਹਨਾਂ ਨੇ ਸਾਨੂੰ ਬਾਈਕ ਸਹਾਇਤਾ ਭੇਜੀ ਆ 5100 ਰੁਪਏ। ਅਸੀਂ ਉਹਨਾਂ ਨੂੰ ਜੀਓ ਆਇਆ ਆਖਦੇ ਹਾਂ ਸਰਦਾਰ ਨਛੱਤਰ ਸਿੰਘ ਨੂੰ ਅਤੇ ਸਰਦਾਰ ਭੁਪਿੰਦਰ ਸਿੰਘ ਮੰਗਤੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੰਟਰਨੈਟ 'ਤੇ ਜੁੜ ਜਾਵੇ। ਨਾਲ ਹੀ ਭੁਪਿੰਦਰ ਸਿੰਘ ਮੰਗਤੂ ਦੇ ਪਾਪਾ ਨਛੱਤਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਵੱਡੀ ਮਾਈਕ ਸਹਿਤਾ ਪੁੱਜਦੀ ਕਰਦੇ ਨੇ। ਲਿਸਟ ਪੁੱਜਦੀ ਕਰ ਦਿਓ ਜੀ, ਅਗਲੇ ਮੈਚਾਂ ਦੀ ਲਿਸਟ ਪੁੱਜਦੀ ਕਰ ਦਿਓ। ਨਾਲ ਹੀ ਕਬੱਡੀ ਓਪਨ ਵਰਗ ਕਲੱਬਾਂ ਨੂੰ ਬੇਨਤੀ ਹੈ, ਜਿੰਨੀਆਂ ਵੀ ਕਲੱਬਾਂ ਪੁੱਜੀਆਂ ਨੇ ਸਾਰੀਆਂ ਟੀਮਾਂ ਐਂਟਰ ਹੋ ਜਾਣ। ਹੈਲੋ, ਆ ਦੂਜੇ ਪੂਲ ਦੀਆਂ ਟਾਈਆਂ ਨਿਕਲ ਚੁੱਕੀਆਂ। ਪਹਿਲਾ ਮੈਚ ਛੂਸ਼ਕ ਤੇ ਤਲਵੰਡੀ ਮੱਲੀਆਂ, ਦੂਜਾ ਮੈਚ ਚੂੜ ਸਿੰਘ ਵਾਲਾ ਤੇ ਖੁਖਰਾਣਾ, ਤੀਜਾ ਮੈਚ ਫਕਰ ਬਾਬਾ ਦਾਮੂਸ਼ਾ ਲੁਹਾਰਾ ਤੇ ਕੰਡਿਆਲ, ਚੌਥਾ ਮੈਚ ਧੱਲੇ ਕੇ ਤੇ ਘੱਲ ਕਲਾਂ, ਪੰਜਵਾਂ ਮੈਚ ਬਾਬਾ ਕੇਰ ਸਿੰਘ ਕਲੱਬ ਜਨੇਰ ਤੇ ਜਿਹੜੀ ਇਹਨਾਂ ਚੋਂ ਜਿੱਤੂਗੀ ਖੋਸਾ ਕੋਟਲਾ ਏ ਤੇ ਔਗੜ। ਨਾਲ ਹੀ ਤਲਵੰਡੀ ਮੱਲੀਆਂ ਤੇ ਸ਼ੂਸ਼ਕ ਆਵੇ ਜੀ, ਤਲਵੰਡੀ ਮੱਲੀਆਂ ਤੇ ਸ਼ੂਸ਼ਕ ਆਵੇ। ਰਾਜੀਆਂ ਦੀ ਟੀਮ ਇਸ ਵੇਲੇ ਮੰਡੀ ਵਾਲੀ ਸਾਈਡ ਹੋ ਗਈ ਹੈ ਤੇ ਦੂਸਰੀ ਸਾਈਡ ਹਸਨ ਭੱਟੀ ਦੀ ਟੀਮ ਹੋ ਗਈ ਹੈ।
ਨਾਲ ਹੀ ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ ਕੇ ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ ਨਿਕਲੇ ਸੂਰਮੇ ਮਰਦ ਦਲੇਰ ਬਈਆ ਨਿਕਲੇ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ ਜਿਵੇਂ ਬੇਲਿਓ ਨਿਕਲਦਾ ਸ਼ੇਰ ਮੀਆਂ ਤੇ ਨੌਜਵਾਨ ਕਹਿੰਦੀਆਂ ਸ਼ੇਰਾਂ ਵਾਲੀਆਂ ਝਾਕਟਾਂ ਵੱਜਦੀਆਂ ਨੇ ਪਹਿਲੀ ਕਬੱਡੀ ਨੌਜਵਾਨ ਰਾਜਿਆਂ ਦੀ ਤਰਫੋਂ ਸੌਖਾ ਤਿਆਰੀ ਫੜਦਾ ਸੌਖਾ ਰਾਜਿਆਂ ਦੀਆਂ ਤਿਆਰੀ ਫੜਦਾ ਹੋਇਆ ਕਹਿ ਲਈਏ ਨੌਜਵਾਨ ਨੇ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਦੇਖੋ ਲੱਗਿਆ ਰੱਬ ਨੂੰ ਧਿਆਉਣ ਲੋਕੋ ਕਿ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਚਾਰ ਜਾਫੀ ਨੇ ਇਸ ਵੇਲੇ ਕਹਿ ਲਈਏ ਇੱਕ ਨੇ ਵੱਧ ਕੋਸ਼ਿਸ਼ ਕੀਤੀ ਹੈ ਹਸਨ ਭੱਟੀ ਵਾਲਾ ਨੌਜਵਾਨ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਈ ਹੈ ਅਗਲੀ ਕਬੱਡੀ ਮਣੀ ਭਲੂਰ ਵਾਲਾ ਤਿਆਰੀ ਫੜਦਾ ਹੋਇਆ ਮਣੀ ਕਹਿ ਲਈਏ ਭਲੂਰ ਪਿੰਡ ਦਾ ਨੌਜਵਾਨ ਉਧਾਰਾ ਲਿਆ ਨੌਜਵਾਨ ਇਸ ਵੇਲੇ ਹਲਕੇ ਹਲਕੇ ਕਦਮ ਲਾਈ ਹੋਈ ਹੱਥਾਂ ਨੂੰ ਕਲੀ ਮੁਸ਼ਕੀ ਦਾ ਰੰਗ ਇਹ ਹੈ ਫਕਰਾਂ ਦੀ ਕਿਰਪਾ ਨੇ ਪਿੰਡ ਭਗਤੇ ਵਾਲੇ ਤੇ ਪੁੱਤ ਬਗਾਨਾ ਲੈ ਜਾਂਦਾ ਇੱਕ ਖਿੱਚ ਕੇ ਪਾਲੇ ਤੇ ਇੱਕ ਪਾਸੇ ਸਵਰਨਾ ਮੇਰੇ ਵੀਰੋ ਇੱਕ ਪਾਸੇ ਨਿੱਕਾ ਨਾਲ ਹੀ ਸ਼ੂਸ਼ਕ ਤੇ ਤਲਵੰਡੀ ਮਿਲੀਆਂ ਫੱਕਰ ਬਾਬਾ ਦਾਮੂਸ਼ਾ ਲੋਹਾਰਾ ਤੇ ਕੰਡਿਆਲ ਟੱਲੇ ਕਿਤੇ ਕੱਲ ਕਲਾਂ ਬਾਬਾ ਕੇਰ ਸਿੰਘ ਕਲੱਬ ਜਨੇਰ ਤੇ ਜੇਤੂ ਨੇ ਖੇਡਣਾ ਜੀ ਖੋਸਾ ਕੋਟਲਾ ਏ ਤੇ ਔਗੜ ਚੂੜ ਸਿੰਘ ਵਾਲਾ ਤੇ ਖਖਰਾਣਾ ਅਗਲੀ ਕਬੱਡੀ ਨੌਜਵਾਨ ਕਹਿ ਲਈ ਇਸ ਵੇਲੇ ਕਾਲੂ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ ਕਹਿ ਲਈ ਕਿ ਸੀ ਬਲਵਿੰਦਰ ਫੱਡਾ ਘੋੜਾ ਲੰਮੀ ਪਾਰੀ ਦਾ ਨਾਲ ਠੰਮੀ ਖੇਡਣੀ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀਪੁਰ ਦਾ ਜੀ ਕਿ ਖਾਲੀ ਹੱਥ ਕਾਲੂ ਕਰੇ ਨਾ ਪਿੱਛੇ ਮੁੜਦਾ ਜੀ ਇਹਨੇ ਟੱਕਰ ਹੋਈ ਹੈ ਹੰਧਿਆਂ ਦੇ ਲਾਗੇ ਵੇਖਦੇ ਆ ਇਹ ਟੱਕਰ ਹੋਊਗੀ ਸਿਰਾਂ ਦੀ ਫੜ ਕੇ ਦੇਖੂ ਕੁੱਲ ਜਮਾਨਾ ਮੈਚ ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆਂ ਪੱਟਾਂ ਤੇ ਜਾਣਾ ਅਗਲੀ ਕਬੱਡੀ ਭਲੂਰ ਪਿੰਡ ਦਾ ਮਣੀ ਮੇਰੇ ਵਿਰੋ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਵਿਹੜੇ ਗੁੰਜਿਆ ਸਰੀਰ ਨਾਲ ਹੀ ਕੁਲਵੰਤ ਸਿੰਘ ਕਨੇਡੀਅਨ ਬੀਤਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਬਲਵਿੰਦਰ ਫੇਡੂ ਸ਼ਿੰਦਾ ਸਾਡਾ ਵੀਰ ਉਹ ਵੀ ਕਹਿ ਲਈਏ ਉਹਨਾਂ ਵੀਰਾਂ ਦੇ ਮੁਕਾਬਲੇ ਵੀ ਧੱਕਣ ਨੂੰ ਮਿਲਣਗੇ ਅਗਲੀ ਕਬੱਡੀ ਨੌਜਵਾਨ ਸੌਖਾ ਇਸ ਵੇਲੇ ਵੱਧ ਬੋਲਦਾ ਧਾਵਾ ਇਹ ਕਹਿ ਲਈਏ ਨੌਜਵਾਨ ਸੌਖਾ ਸ਼ੁਸ਼ਕ ਦੀ ਧਰਤੀ ਦਾ ਸੌਖਾ ਕਹਿ ਲਈਏ ਇੱਕ ਗੱਜਣਵਲ ਦੀ ਧਰਤੀ ਦਾ ਇੱਕ ਆਹ ਨੌਜਵਾਨ ਸੌਖਾ ਮੇਰੇ ਵੀਰੋ ਲਾ ਹਲਕਾ ਟੱਚ ਭੱਜਣ ਦੀ ਪੂਰੀ ਕੋਸ਼ਿਸ਼ ਕਦੇ ਸੱਜੇ ਕਦੇ ਖੱਬੇ ਤੇ ਨਾਲ ਹੀ ਲਾ ਹਲਕਾ ਟੱਚ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਸੌਖਾ ਆਪਣੀ ਟੀਮ ਰਾਜਿਆਂ ਦੇ ਲਈ ਨਾਲ ਹੀ ਰੁਪਿੰਦਰ ਸਿੰਘ ਜੀ ਪਿੰਡ ਦਾ ਸੁੱਖੇ ਲਈ 100 ਰੁਪਇਆ ਪੁੱਜਦੇ ਕਰਦੇ ਨੇ ਆਪਾਂ ਧੰਨਵਾਦ ਕਰਦੇ ਹਾਂ ਬਾਬਾ ਜੀ ਆਏ ਨੇ ਮਾਲੇ ਵਾਲੇ ਵਿਸ਼ੇਸ਼ ਤੌਰ ਤੇ ਕਹਿ ਲਈਏ ਭਾਈ ਕਨਈਆ ਦੁਸ਼ਮਣ ਤਾਂ ਹੀ ਫਿਰੇ ਪਿਲਾਉਂਦਾ ਪਾਣੀ ਪਾਣੀ ਦੀ ਵੱਡੀ ਸੇਵਾ ਹੋਵੇਗੀ ਅਗਲੀ ਕਬੱਡੀ ਨੌਜਵਾਨ ਕਹਿ ਲਈਏ ਇਸ ਵੇਲੇ ਕੁਲਜੀਤੇ ਨੇ ਪਾ ਦਿੱਤੀ ਹੈ ਇਸ ਵੇਲੇ ਕਹਿ ਲਈਏ ਮਾਂ ਮਿੱਟੀ ਦੀ ਉੜਦੀ ਹੋਈ ਧੂੜ ਤੇ ਡਬਲ ਟੈਕ ਦਾ ਇਸ਼ਾਰਾ ਸਾਡੇ ਇਕਬਾਲ ਮੱਦੋ ਕੇ ਨਹੀਂ ਮੰਨਦਾ ਪੁਆਇੰਟ ਧਾਵੀ ਤੇ ਕੁਲਜੀਤੇ ਦੇ ਹੱਕ ਵਿੱਚ ਹੋ ਗਿਆ ਜੀ ਅਗਲੀ ਕਬੱਡੀ ਕਾਲੂ ਨੌਜਵਾਨ ਵੱਧ ਬੋਲਦਾ ਹੈ ਧਾਵਾ ਕਾਲੂ ਦੀ ਪਾਈ ਹੋਈ ਕਬੱਡੀ ਕਿ ਧਾਵੀ ਕਹਿੰਦੇ ਉੱਡ ਉੱਡ ਪਾਊਂਗਾ ਕਬੱਡੀਆਂ ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਬੜੀਆਂ ਬੜੀਆਂ ਤਾਕਤਾਂ ਵਰਖੀਆਂ ਜਾਣੀਆਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੇ ਗੁਰਿੰਦਰ ਸਿੰਘ ਜੀ ਪੱਪੀ ਵੱਡੀ ਕਹਿ ਲਈਏ ਜ਼ਿੰਮੇਵਾਰੀ ਨਾਲ ਸਾਡੇ ਵੀਰ ਕਰਨਪਾਲ ਡੈਰੀ ਵਾਲਾ ਕਹਿ ਲਈਏ ਸੀਨੀਅਰ ਮੀਤ ਪ੍ਰਧਾਨ ਨਾਲ ਗੁਰਪ੍ਰੀਤ ਗੋਪੀ ਸਾਡਾ ਵੀਰ ਜਸਵੀਰ ਲਾਲੂ ਸਾਡਾ ਦਰਸ਼ਨ ਹੀਰੋ ਬਾਘਾ ਸਾਡਾ ਵੀਰ ਕੁਲਦੀਪ ਸਿੰਘ ਜੀ ਕੀਰਤ ਸਾਡਾ ਵੀਰ ਸਮੁੱਚਾ ਕਲੱਬ ਕਹਿ ਲਈਏ ਸਤਪਾਲ ਸਿੰਘ ਜੀ ਨਿੰਮਾ ਜੀ ਮਨਜਿੰਦਰ ਗਾਂਧੀ ਬੜੀਆਂ ਕਹਿ ਲਈਏ ਜ਼ਿੰਮੇਵਾਰੀਆਂ ਗੀਤੀ ਸਾਡੇ ਵੀਰ ਦੀਆਂ
ਅਗਲੀ ਕਬੱਡੀ ਨੌਜਵਾਨ ਇਸ ਵੇਲੇ ਭਲੂਰ ਪਿੰਡ ਦਾ ਮਨੀ ਕਹਿ ਲਈਏ, ਇੱਕ ਪਾਸੇ ਕਹਿ ਲਈਏ ਮੇਜਰ ਭਲੂਰ ਨੌਜਵਾਨਾਂ ਦੇ ਮਾਣ ਕਰਦਾ ਏ, ਕਹਿ ਲਈਏ ਕਿ ਕਹਿੰਦੇ ਤੇ ਕਹਾਉਂਦੇ ਯਾਰ ਧਾਵੀਆਂ ਦੇ ਜਾਫੀਆਂ ਦੇ। ਸਾਡੇ ਦਰਮਿਆਨ ਗੋਲਡੀ ਵੀਰ ਸਰਦਾਰ ਮਲਕੀਤ ਸਿੰਘ ਸਰਪੰਚ ਦੇ ਸਪੁੱਤਰ ਨੇ, ਨਾਲ ਗੁਰਸੇਵਕ ਸਿੰਘ ਪਿਆਰ ਨਾਲ ਆਪਾਂ ਲੰਬੂ ਕਹਿੰਦੇ ਹਾਂ ਉਹਨਾਂ ਨੂੰ, ਉਹ ਪਹੁੰਚ ਚੁੱਕੇ ਆ, ਅਸੀਂ ਜੀ ਆਇਆਂ ਆਖਦੇ ਹਾਂ ਉਸ ਸਟੇਜ ਤੇ। ਸ਼ੂਸ਼ਕ ਤੇ ਤਲਵੰਡੀ ਮਲੀ ਆਵੇ, ਸ਼ੂਸ਼ਕ ਤੇ ਤਲਵੰਡੀ ਮਲੀ ਆਵੇ, ਸੁੱਖਾ ਨੌਜਵਾਨ ਮਿਲ ਵੀਰੋ, ਵੱਧ ਕੋਸ਼ਿਸ਼ ਕਰਦਾ ਹੋਇਆ ਇਸ ਵੇਲੇ ਕਹਿ ਲਈਏ ਨੌਜਵਾਨ ਹਸਨ ਭੱਟੀ ਵਾਲਾ, ਪਰ ਜੱਫਾ ਨਹੀਂ ਲਾ ਸਕਿਆ, ਤੇ ਸੁੱਖਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਸਾਡਾ ਅਮਰੀਕ ਖੋਸਾ ਕੋਟਲਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਏ, ਨਾਲ ਸਾਡੇ ਵੀਰੇ ਦਿਲਬਾਗ ਗੱਜਣ ਵਾਲਾ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਆਪਾਂ ਧੰਨਵਾਦ ਕਰਦੇ ਹਾਂ। ਤੇ ਕਹਿ ਲਈਏ ਨਵ ਡਿਜੀਟਲ ਸਟੂਡੀਓ ਘੱਲ ਕਲਾ, ਬੜੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਨੇ, ਘਰ ਘਰ ਵਿੱਚ ਤਸਵੀਰ ਜਾ ਰਹੀ ਹੈ। ਔਰ ਨਾਲ ਹੀ ਸਰਦਾਰ ਹਰਮੇਲ ਸਿੰਘ ਜੀ ਨਿਊਜ਼ੀਲੈਂਡ, ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਦਾ ਵੀ ਅੱਛਾ ਨੈੱਟ ਤੇ ਜੁੜੇ ਹੋਏ ਨੇ, ਨੈੱਟ ਤੇ ਜੁੜ ਚੁੱਕੇ ਸਾਡੇ ਨਾਲ, ਅਸੀਂ ਜੀ ਆਇਆਂ ਕਹਿੰਦੇ ਹਾਂ ਉਹਨਾਂ ਨੂੰ। ਸਰਦਾਰ ਹਰਮੇਲ ਸਿੰਘ ਨਿਊਜ਼ੀਲੈਂਡ 6,500 ਰੁਪਇਆ ਜਿਹੜੀ ਮਾਈਕ ਸਹਾਇਤਾ ਉਹਨਾਂ ਨੇ ਸਾਨੂੰ ਭੇਜੀ ਆ, ਅਸੀਂ ਧੰਨਵਾਦ ਕਰਦੇ ਹਾਂ। ਨੈੱਟ ਤੇ ਜੁੜ ਚੁੱਕੇ ਨੇ, ਹੋਰ ਵੀ ਵੀਰ ਜਿੰਨੇ ਨੈੱਟ ਤੇ ਸਾਡੇ ਨਾਲ ਜੁੜ ਚੁੱਕੇ ਨੇ, ਉਹ ਸਾਨੂੰ ਫੋਨ ਦੇ ਰਾਹੀਂ ਸੂਚਿਤ ਕਰੀ ਜਾਂਦੇ ਆ, ਅਸੀਂ ਉਹਨਾਂ ਦਾ ਮਾਣ ਸਨਮਾਨ ਆ ਜਿਹੜਾ ਇੱਥੇ ਬਣਦਾ ਉਹਨਾਂ ਨੂੰ ਦਿੱਤਾ ਜਾਵੇਗਾ। ਇਸ ਵੇਲੇ ਕਹਿ ਲਈਏ ਇਸ ਵੇਲੇ ਨੌਜਵਾਨ ਲਾ ਤਕੜਾ ਜੱਫਾ, ਕਿਹਾ ਸੀ ਮਗਰ ਟਰਾਲੀ ਵੱਡੀ ਜਾਂਦੀ ਨਾ ਹੁਣ ਕੱਢੀ ਨਾ ਜਾਂਦੀ ਛੱਡੀ, ਨੌਜਵਾਨ ਕਹਿ ਲਈਏ ਲਾ ਤਕੜਾ ਜੱਫਾ, ਬੱਲੇ ਬੱਲੇ ਕਰਵਾਈਏ ਕਿ ਧੂੜਾਂ ਪੱਟੀ ਜਾਂਦੇ ਨੇ ਜਿਹਨਾਂ ਦੁੱਧ ਮਾਵਾਂ ਦਾ ਪੀਤਾ, ਯਾਰੋ ਫੜਨੇ ਸੌਖੇ ਨੇ ਦੁੱਲਾ ਬਿੱਲਾ ਤੇ ਕੁਲਜੀਤਾ, ਕੁਲਜੀਤੇ ਦੀ ਪਾਈ ਹੋਈ ਕਬੱਡੀ, ਇਹ ਕਹਿ ਲਈਏ ਕੁਲਜੀਤਾ ਮਨਸੀਆਂ ਦੀ ਧਰਤੀ ਦਾ ਮਸ਼ਹੂਰ ਹੋਇਆ ਕਬੱਡੀ ਜਗਤ ਵਿੱਚ, ਇਹ ਕਹਿ ਲਈਏ ਕੱਲ ਖੁਰਦਾ ਕੁਲਜੀਤਾ ਮੇਰੇ ਵੀਰੇ, ਕਿਹਾ ਕੁਲਜੀਤਾ ਨੌਜਵਾਨ 70 ਕਿਲੋ ਵਰਗ ਦਾ ਵਧੀਆ ਖਿਡਾਰੀ, ਵੱਧ ਬੋਲਦਾ ਧਾਵਾ ਕਿ ਥਾਪੀ ਮਾਰ ਹਾਣੀਆਂ ਚ ਉਹੀ ਕੌਡੀ ਪਾਉਂਦੇ ਨੇ, ਅੱਧ ਰਿੜਕੇ ਦਾ ਛੰਨਾ ਯਾਰ ਜਿਹੜੇ ਮੂੰਹ ਨੂੰ ਲਾਉਂਦੇ ਨੇ, ਕਿ ਖਾਧੇ ਨੇ ਬਦਾਮ ਜਿਹੜੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ, ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਅੱਜ ਕੱਲ੍ਹ ਇਹ ਮੰਗਲ ਢਾਲੀ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਹੈਲੋ ਆ ਰੇੜੀਆਂ ਵਾਲੇ ਵੀਰ ਬਾਈ, ਪਾਣੀ ਗੁਰਦੁਆਰੇ ਲੈ ਕੇ ਆਓ, ਟੈਂਕੀ ਵਾਲੀ ਟੈਂਕੀ ਚੋਂ ਪਾਣੀ ਨਾ ਲਓ, ਗੁਰਦੁਆਰੇ ਪਾਣੀ ਲੈ ਕੇ ਆਓ, ਟੈਂਕੀ ਵਾਲੀ ਚੋਂ ਪਾਣੀ ਲਓ ਭਰੀ ਚੋਂ। ਹੈਲੋ, ਨਾਲ ਹੀ ਕਹਿ ਲਈਏ ਵੱਡੇ ਮਾਨ ਸਨਮਾਨ ਹੋਣਗੇ ਮੰਗਲ ਕਾਲੀ ਦੇ ਮੰਨੀ ਸਿੱਧੂ ਵੱਲੋਂ, 1100 ਰੁਪਇਆ ਅਮਰੀਕ ਲਈ ਹੋਵੇਗਾ, ਕਹਿ ਲਈਏ ਸਨਮਾਨਿਤ ਕੀਤਾ ਜਾਵੇਗਾ ਸਾਡਾ ਵੀਰ ਬੰਨੀ ਸਿੱਧੂ, ਵੱਡੀ ਮਾਈਕ ਤੇ ਤਾਂ ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਏ। ਇਸ ਵੇਲੇ ਕਹਿ ਲਈਏ ਨੌਜਵਾਨ ਲਾ ਤਕੜਾ ਜੱਫਾ ਕਾਲੂ, ਇਸ ਵੇਲੇ ਕਹਿ ਲਈਏ ਕਿ ਫਸ ਗਈ ਜਾਨ ਘਰਾੜੀ ਅੰਦਰ ਜੌਂ ਬੇਲਣ ਪਰ ਗੰਨਾ, ਸ਼ਾਹ ਮੁਹੰਮਦ ਆਖ ਮੁੰਡੇ ਨੂੰ ਜੇ ਨਿਕਲੇ ਤਾਂ ਮੰਨਾ ਹਸਨ ਭੱਟੀ ਵਾਲਾ, ਐਨ ਕਹਿ ਲਈਏ ਕਹਿ ਲਈਏ ਇਸ ਵੇਲੇ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਈ ਹੈ। ਔਰ ਨਾਲ ਨੌਜਵਾਨ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਬੇਨਤੀ ਕਰਦੇ ਹਾਂ, ਅਮਰੀਕ ਸਿੰਘ ਖੋਸਾ ਕੋਟਲਾ, ਅਮਰੀਕ ਸਿੰਘ ਖੋਸਾ ਕੋਟਲਾ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਮੈਂਡੈਂਟ, ਉਹ ਵੀ ਜਲਦੀ ਸਾਡੇ ਕੋਲ ਹਾਜ਼ਰੀ ਲਵਾਉਣ। ਪੁੱਜ ਗਏ ਨੇ ਜੀ ਅਮਰੀਕ ਖੋਸਾ ਕੋਟਲਾ ਪੁੱਜਿਆ ਹੋਇਆ ਸਾਡਾ ਵੀਰ, ਨਾਲ ਦਿਲਬਾਗ ਗੱਜਣ ਵਾਲਾ। ਅਗਲੀ ਕਬੱਡੀ ਨੌਜਵਾਨ ਮਨੀ ਭਲੂਰ ਪਿੰਡ ਦਾ, ਕਹਿ ਲਈਏ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ, ਖੇਡੀ ਜਾਂਦੀ ਲਾ ਕੇ ਜਿੰਦ ਜਾਨ ਮਿੱਤਰੋ, ਕਿ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਲਾ ਤਕੜਾ ਜੱਫਾ ਨੌਜਵਾਨ ਨੇ ਪੁੱਠੀ ਪਾਈ ਹੈ। ਇਸ ਵੇਲੇ ਕਹਿ ਲਈਏ ਕਿ ਆਪਣੇ ਦੰਦ ਚੀਣ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਹੈ, ਜਦ ਪੈ ਜੇ ਪੁੱਠੀ ਦੇ ਦੇਣ ਤਾਂ ਗੱਲ ਕਸੂਤੀ ਹੁੰਦੀ ਹੈ। ਨਾਲ ਹੀ ਕਰਨਪਾਲ ਕੋਨਾ ਸਾਡਾ ਵੀਰ, ਕਰਨਪਾਲ ਡੈਰੀ ਵਾਲੇ ਕਾਕੇ ਨੂੰ ਮਿਲਵੇ, ਬੇਨਤੀ ਹੈ ਕੋਨੇ ਵੀਰ ਨੂੰ। ਅਗਲੀ ਕਬੱਡੀ ਸੁੱਖਾ ਮੇਰੇ ਵੀਰੋਂ, ਵੱਧ ਬੋਲਦਾ ਧਾਵਾ, ਇਸ ਵੇਲੇ ਕਹਿ ਲਈਏ ਚਾਰਾਂ ਜਾਫੀਆਂ ਦੀ ਘੁੰਮਦੀ ਹੋਈ ਚੈਨ ਵਿੱਚੋਂ ਇੱਕ ਨੌਜਵਾਨ ਹੋ ਮੂਹਰੇ, ਡੱਕਣ ਰੱਖਣ ਦੀ ਗੱਲ ਕਿ ਦੁਸ਼ਮਣ ਨਾਲ ਪੰਗਾ ਲਈਏ, ਮੁੜਕੇ ਨਾ ਢਿੱਲੇ ਪਈਏ, ਨੱਕ ਵਿੱਚ ਦਮ ਕਰਕੇ ਰਹੀਏ, ਐਵੇਂ ਕੋਈ ਨਿਆਉਂਦਾ ਨਹੀਂ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ, ਕਬੱਡੀ ਸਮੇਂ ਦੀ ਮੁਹਤਾਜ ਹੈ,
ਬੋਲਾਂ ਤੋਂ ਖੁਸ਼ ਹੋ ਕੇ ਬੈਠੇ ਮਾਣ ਕਰਦਾ ਸਾਡੇ ਮੇਰੇ ਬੰਨੀ ਸਿੱਧੂ 200 ਰੁਪਇਆ ਪੁੱਜਦਾ ਕਰਦਾ ਏ। ਆਪਾਂ ਧੰਨਵਾਦ ਕਰਦੇ ਹਾਂ ਬੰਨੀ ਸਿੱਧੂ ਦਾ, ਨਾਲ ਹੀ ਲਾ ਤਕੜਾ ਜੱਫਾ ਹਸਨ ਭੱਟੀ ਵਾਲਾ ਨੌਜਵਾਨ ਬੱਲੇ ਬੱਲੇ ਕਰਵਾ ਕੇ। ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ ਜੀ, ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ। ਬਾਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਤੱਲੇ ਕਿਤੇ ਕਲ ਕਲਾਂ ਆਵੇ ਜੀ। ਅਗਲੀ ਕਬੱਡੀ ਨੌਜਵਾਨ ਇਸ ਵੇਲੇ ਕਹਿ ਲਈ ਕੁਲਜੀਤ ਨੇ ਕਬੱਡੀ ਪਾਈ ਹੈ ਤੇ ਦੂਸਰੀ ਸਾਈਡ ਬਲਕਰਨ ਸਿੰਘ ਕੋਸ਼ਿਸ਼ ਕਰਦਾ ਹੋ ਮੂਹਰੇ ਡੱਕਣ ਰੱਖਣ ਦੀ ਗੱਲ ਕਿ ਦੁਸ਼ਮਣ ਦੀ ਥਾਲੀ ਵਿੱਚ ਕਦੇ ਖਾਣਾ ਖਾਈਏ ਨਾ, ਯਾਰ ਗਦਾਰ ਨਾਲ ਕਦੇ ਵੀ ਯਾਰੀ ਲਾਈਏ ਨਾ, ਕਿ ਸੱਪ ਦੀ ਜ਼ਹਿਰ ਨਹੀਂ ਛੱਡਦੀ ਬੰਦਾ ਮਾਰ ਮੁਕਾਉਂਦੀ ਜੇ, ਪੈਂਦੇ ਜਿਸਨ ਪਟਾਕੇ ਤੋਂ ਜਵਾਨੀ ਆਉਂਦੀ ਹੈ। ਹੈਲੋ, ਲਖਵੀਰ ਸਿੰਘ ਲੱਖਾ ਜੋ ਕੈਨੇਡੀਅਨ ਆ ਉਹ ਵੀ ਸਾਡੇ ਨਾਲ ਨੈਟ ਤੇ ਜੁੜ ਚੁੱਕਾ। ਲਖਵੀਰ ਸਿੰਘ ਲੱਖਾ ਹੈਲੋ ਹੈਲੋ ਹੈਲੋ, ਕਾਲਾ ਬਬੀਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਸ਼ੇਸ਼ ਤੌਰ ਤੇ ਪੁੱਜੇ ਪਰਸਰਾਮਪੁਰ ਤੋਂ, ਆਪਾਂ ਧੰਨਵਾਦ ਕਰਦੇ ਹਾਂ। ਅਗਲੀ ਕਬੱਡੀ ਨੌਜਵਾਨ ਮਣੀ ਭਲੂਰ ਪਿੰਡ ਦਾ ਮੇਰੇ ਵੀਰੋ ਇਸ ਵੇਲੇ ਲਾਹ ਹਲਕਾ ਟੱਚ ਭੱਜ ਗਿਆ ਨੌਜਵਾਨ ਕਿ ਹੱਥ ਲਾ ਕੇ ਜਾਫੀ ਤਾਈ, ਹਵਾ ਬਣ ਜਾਈਦਾ ਹਵਾ ਬਣਿਆ ਨੌਜਵਾਨ। ਅਗਲੀ ਕਬੱਡੀ ਕਹਿ ਲਈਏ ਕਾਲੂ ਤਿਆਰੀ ਫੜਦਾ ਹੋਇਆ ਕਿ ਮਿੱਤਰਾਂ ਦੇ ਪੈਣ ਜਾਣ ਦੀ ਮੁੰਡਾ ਕਰਦਾ ਫਿਰੇ ਤਿਆਰੀ। ਨਾਲ ਹੀ ਇੱਕ ਪਾਸੇ ਕਹਿ ਲਈਏ ਹਸਨ ਭੱਟੀ ਵਾਲਾ ਨੌਜਵਾਨ ਪਿੱਛੇ ਪਿੱਛੇ ਭੱਜਣ ਦੀ ਪੂਰੀ ਕੋਸ਼ਿਸ਼, ਇੱਕ ਅੰਕ ਦਾ ਵਾਧਾ ਕਰਦਾ ਹੋਇਆ ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ ਜੀ, ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ। ਔਰ ਨਾਲ ਹੀ ਸਾਡੇ ਦਰਮਿਆਨ ਹਰਪਾਲ ਸਿੰਘ ਜੀ ਪਾਲੀ ਸਾਡੇ ਕਲੱਬ ਦੇ ਬੜੇ ਹੋਣਹਾਰ ਮੈਂਬਰ ਨੇ, ਉਹ ਪਹੁੰਚ ਚੁੱਕੇ ਨੇ। ਨਾਲ ਹੀ 1100 ਰੁਪਏ ਜਿਹੜੀ ਮਾਇਕ ਸਹਾਇਤਾ ਦਿੰਦੇ ਨੇ, ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਆਉਣ ਤੇ ਜੀ ਹੋਇਆਂ ਆਖਦੇ। ਅਗਲੀ ਕਬੱਡੀ ਨੌਜਵਾਨ ਫਿਰ ਤਿਆਰੀ ਫੜਦਾ ਹੋਇਆ ਖੇਡ ਮੈਦਾਨਾਂ ਵਿੱਚ, ਲਾ ਹੱਥਾਂ ਨੂੰ ਕਲੀ ਜਵਾਨੀ ਕਹਿ ਲਈਏ ਰੇਡ ਤੇ ਚਲੀ, ਤਿੰਨਾਂ ਵੀਰਾਂ ਦੀ ਘੁੰਮਦੀ ਹੋਈ ਚੈਨ। ਇੱਕ ਪਾਸੇ ਹਸਨ ਭੱਟੀ ਵਾਲਾ ਨੌਜਵਾਨ ਵੱਧ ਕੋਸ਼ਿਸ਼ ਕਰਦਾ ਹੋਇਆ ਕਿ ਝਾਕਾ ਕਿਸੇ ਹੋਰ ਦਾ, ਪਟਾਕਾ ਕਿਸੇ ਹੋਰ ਦਾ ਮੇਰੇ ਵੀਰੋ, ਐਨ ਲਾਹ ਪਰੇ ਸੁੱਟਦਾ ਹੈ ਪਰੇ ਨੌਜਵਾਨ। ਇੱਕ ਅੰਕ ਦਾ ਵਾਧਾ ਕਰਦਾ ਹੋਇਆ ਹਸਨ ਭੱਟੀ ਵਾਲਾ ਨੌਜਵਾਨ ਤੇ ਅਗਲੀ ਕਬੱਡੀ ਮਣੀ ਭਲੂਰ ਦੀ ਧਰਤੀ ਦਾ ਮਣੀ ਕਬੱਡੀ ਕਬੱਡੀ ਕਰਦਾ ਹੋਇਆ, ਜਿੱਥੋਂ ਦੇ ਕਹਿ ਲਈ ਗੁਰਪ੍ਰੀਤ ਵਰਗੇ ਤਗੜੇ ਖਿਡਾਰੀ ਨੇ ਭਲੂਰ ਵਾਲੇ ਜੱਕੀ ਵਰਗੇ ਮਣੀ ਦੀ ਪਾਈ ਹੋਈ ਕਬੱਡੀ, ਚਾਰਾਂ ਵੀਰਾਂ ਦੀ ਘੁੰਮਦੀ ਹੋਈ ਚੈਨ। ਇਸ ਵੇਲੇ ਲਾ ਹਲਕਾ ਟੱਚ ਨੌਜਵਾਨ ਕਹਿ ਲਈਏ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕਿ ਅਣਖ ਬਿਨਾ ਗੱਭਰੂ ਤੇ ਮੜਕ ਬਿਨਾ ਮੁਟਿਆਰ ਨਹੀਂ, ਲੰਘੇ ਆਣੀਏ ਛਿੰਦਿਆ ਮੁਕਬਰ ਦਾ ਅਤਬਾਰ ਨਹੀਂ। ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ, ਸ਼ੂਸ਼ਕ ਤੇ ਤਲਵੰਡੀ ਮਲੀਆਂ ਆਵੇ ਜੀ। ਚੂੜ ਸਿੰਘ ਵਾਲਾ ਤੇ ਖਖਰਾਣਾ, ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਦੂਸਰਾ ਮੁਕਾਬਲਾ ਖੇਡਿਆ ਜਾਵੇਗਾ। ਨਾਲ ਹੀ ਨੌਜਵਾਨ ਇੱਕ ਪਾਸੇ ਹਸਨ ਭੱਟੀ ਵਾਲਾ ਹੋ ਮੂਹਰੇ ਡੱਕਣ ਰੱਖਣ ਦੀ ਗੱਲ, ਮੰਗਲ ਘਾਲੀ ਵਾਂਗ ਕਿ ਮੂਹਰੇ ਅੜ ਕੇ ਹੌਸਲਾ ਕਰਕੇ ਭੂਤਰਿਆ ਸਾਂਢ ਸਿੰਘਾਂ ਤੋਂ ਫੜ ਕੇ ਜੱਫਾ ਲਾ ਹੀ ਜਾਂਦੇ ਨੇ, ਚੰਗੇ ਕੋਚ ਸਿਆਣੇ ਜਿਉਣ ਦਾ ਢੰਗ ਸਿਖਾ ਹੀ ਜਾਂਦੇ ਨੇ। ਨਾਲ ਦੀ ਨਾਲ ਅਮਰੀਕ ਸਿੰਘ ਖੋਸਾ ਕੋਟਲਾ, ਅਸੀਂ ਬੇਨਤੀ ਅੱਗੇ ਵੀ ਕੀਤੀ ਸੀ ਜੇ ਮੇਰਾ ਵੀਰ ਪਹੁੰਚ ਚੁੱਕਾ ਤਾਂ ਇੱਥੇ ਆਵੇ ਸਾਡੇ ਕੋਲ, ਅਮਰੀਕ ਸਿੰਘ ਖੋਸਾ ਕੋਟਲਾ। ਨਾਲ ਹੀ ਸ਼ੂਸ਼ਕ ਦੀ ਟੀਮ ਪੁੱਜੀ ਹੋਈ ਹੈ ਤਲਵੰਡੀ ਮਲੀਆਂ ਆਵੇ, ਹਸਨ ਭੱਟੀ ਜੇਤੂ ਹੈ ਜੀ ਇਸ ਮੁਕਾਬਲੇ ਚੋਂ। ਹਸਨ ਭੱਟੀ ਦੇ ਅੰਕੜੇ 15.5, ਰਾਜੇਨ ਦੇ ਅੰਕੜੇ 8 ਜੀ। ਲਾ ਲਾਂਗੇ 5 ਮਿੰਟ ਤੂੰ ਖੜ ਜਾ।
ਨਾਲ ਹੀ ਮੂਵ ਸਪਰੇ ਪੁੱਜਦੀ ਕਰ ਦਿਓ ਜੀ, ਮੂਵ ਸਪਰੇ ਪੁੱਜਦੀ ਕਰ ਦਿਓ। ਔਰ ਜਸਵਿੰਦਰ ਸਿੰਘ ਰੈਂਕਾ ਕੈਨੇਡੀਅਨ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ। ਜਸਵਿੰਦਰ ਸਿੰਘ ਰੈਂਕਾ ਕੈਨੇਡੀਅਨ ਸਾਡੇ ਨਾਲ ਜੁੜ ਚੁੱਕੇ ਆ, ਬੜੀ ਵੱਡੀ ਮਾਇਕ ਸਹਾਇਤਾ ਭੇਜੀ ਉਹਨਾਂ ਨੇ ਸਾਨੂੰ, ਤੇ ਹੁਣ ਵੀ ਉੱਥੇ ਬੈਠੇ ਜਿਹੜੇ ਸਾਡੀ ਹੌਸਲਾ ਵਧਾਈ ਕਰ ਰਹੇ ਆ, ਅਸੀਂ ਧੰਨਵਾਦ ਕਰਦੇ ਹਾਂ। 11,000 ਰੁਪਏ ਦੀ ਮਾਇਕ ਸਹਾਇਤਾ ਇਹਨਾਂ ਨੇ ਦਿੱਤੀ ਸਾਨੂੰ। ਜਸਵਿੰਦਰ ਸਿੰਘ ਜੀ, ਰੈਂਕਾ, ਡਿੱਪਾ ਮੇਰਾ ਵੀਰ, ਕ੍ਰਿਕਟ ਦੇ ਬੜੇ ਵਧੀਆ ਖਿਡਾਰੀ ਰਹੇ ਸੀ, ਉਹ ਸਾਡੇ ਨਾਲ ਜੁੜ ਚੁੱਕੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਨਾਲ ਹੀ ਸੁੱਖਾ ਆਪਣੇ ਪੈਸੇ ਲੈ ਜਾਵੇ ਜੀ, ਸੁੱਖਾ ਪੈਸੇ ਲੈ ਜਾਵੇ, ਪਿੰਡੇ ਵੱਲੋਂ ਆਏ ਨੇ 100 ਰੁਪਇਆ, ਸੁੱਖਾ ਪੈਸੇ ਲੈ ਜਾਵੇ। ਜਸਵਿੰਦਰ ਸਿੰਘ ਰੈਂਕਾ ਸਾਡੇ ਵੀਰ ਬਿੱਪਾ ਵਿਸ਼ੇਸ਼ ਤੌਰ ਤੇ ਇੰਟਰਨੈਟ ਦੇ ਜ਼ਰੀਏ ਕਹਿ ਲਈਏ ਸਾਡੇ ਨਾਲ ਜੁੜ ਗਏ ਨੇ, ਆਪਾਂ ਧੰਨਵਾਦ ਕਰਦੇ ਹਾਂ। ਸ਼ੂਸ਼ਕ ਪੁੱਜੀ ਹੋਈ ਹੈ, ਸਲਵੰਡੀ ਮਲੀਆਂ ਆਵੇ, ਸ਼ੂਸ਼ਕ ਪੁੱਜੀ ਹੋਈ ਹੈ ਜੀ। ਹੈਲੋ ਹੈਲੋ ਹਰਪ੍ਰੀਤ, ਇੰਗਲੈਂਡ ਵਾਲੇ ਜੋ ਵੀ ਸਾਡੇ ਨਾਲ ਜੁੜ ਚੁੱਕੇ ਆ, ਜੋ ਪਰਮਾਤਮਾ ਦੇ ਭਰਾ ਇੰਗਲੈਂਡ ਵਾਲੇ, ਉਹ ਵੀ ਸਾਡੇ ਨਾਲ ਲੈਟ ਤੇ ਜੁੜ ਚੁੱਕੇ ਨੇ। ਪਰ ਨਾਲ ਦੀ ਨਾਲ ਅਸੀਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਕਿ ਟੀਮਾਂ ਦਿੱਤੇ ਸੱਦੇ ਦੇ ਅਨੁਸਾਰ ਫਟਾਫਟ ਗਰਾਊਂਡ ਦੇ ਵਿੱਚ ਆ ਜਾਇਆ ਕਰਨ। ਰੈਫਰੀ ਸਾਹਿਬਾਨਾਂ ਨੂੰ ਬੇਨਤੀ ਆ, ਜੇ ਇੱਕ ਅੱਧਾ ਮਿੰਟ ਦੂਜੀ ਟੀਮ ਨਹੀਂ ਆਉਂਦੀ ਵਿਰੋਧੀ, ਤਾਂ ਇਹਨਾਂ ਨੂੰ ਆਪਾਂ ਜੇਤੂ ਕਰਾਰ ਦੇ ਦਿੱਤਾ ਜਾਊਗਾ। ਅਸੀਂ ਵਾਰ ਵਾਰ ਬੇਨਤੀਆਂ ਕਰਨੇ ਆ ਟੀਮਾਂ ਨੂੰ ਵੀ, ਇੱਕ ਤਾਂ ਤੁਸੀਂ ਕੱਪੜੇ 5-5, 6-6 ਕਿਲੋਮੀਟਰ ਤੇ ਜਾ ਕੇ ਲਾਉਣੇ ਹੋ, ਦੂਜਾ ਫਿਰ ਸਾਡੀ ਆਵਾਜ਼ ਨੂੰ ਸੁਣ ਕੇ ਜਲਦੀ ਗਰਾਊਂਡ ਦੇ ਵਿੱਚ ਨਹੀਂ ਪਹੁੰਚਦੇ। ਤਲਵੰਡੀ ਮਲੀਆਂ ਆਵੇ ਜੀ, ਤਲਵੰਡੀ ਮਲੀਆਂ ਦੀ ਟੀਮ ਆਵੇ, ਸ਼ੂਸ਼ਕ ਪੁੱਜੀ ਹੋਈ ਹੈ। ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਆਵੇ। ਨਾਲ ਹੀ ਸਾਡੇ ਵੀਰ ਸੋਨੀ ਵਿਸ਼ੇਸ਼ ਤੌਰ ਤੇ ਪੁੱਜ ਗਏ, ਖੈਰੀ ਸਾਡਾ ਵੀਰ, ਆਪਾਂ ਧੰਨਵਾਦ ਕਰਦੇ ਹਾਂ। ਇੰਟਰਨੈਟ ਦੇ ਜ਼ਰੀਏ ਸਾਡੇ ਸਮੁੱਚੇ ਨਗਰ ਦਾ ਮਾਨ NRI ਵੀਰ ਜੁੜ ਗਏ ਨੇ ਕਿ ਜਿੱਥੇ ਸਨ ਕਦੇ ਛੱਤਾਂ ਚੁੰਦੀਆਂ ਸੀ ਗਲੀਆਂ ਦੇ ਵਿੱਚ ਖਾਰ, ਅੱਜ ਘਰ ਘਰ ਕਾਰਾਂ ਘੁੰਮਦੀਆਂ ਭਰੇ ਪਿੰਡ ਕੋਠੀਆਂ ਨਾਲ। NRI ਵੀਰਾਂ ਦਾ ਵੱਡਾ ਸਹਿਯੋਗ, ਤੇ ਤਲਵੰਡੀ ਮਲੀਆਂ ਆਵੇ ਜੀ, ਤਲਵੰਡੀ ਮਲੀਆਂ ਆਵੇ। ਸਾਡੇ ਪ੍ਰਧਾਨ ਸਾਹਿਬ ਕਹਿੰਦੇ ਆ ਵੀ ਇਹ ਜਿਹੜੇ ਖਿਡਾਰੀ ਬਹੁਤ ਦੂਰ ਜਾ ਕੇ ਕੱਪੜੇ ਲਾਉਂਦੇ ਆ, ਪਤਾ ਨੀ ਉੱਥੇ ਕੀ ਪੈਟਰੋਲ ਪੰਪ ਲੱਗਾ, ਜਿਹੜੇ ਪੈਟਰੋਲ ਪਾ ਕੇ ਆਉਂਦੇ ਆ। ਬੇਨਤੀ ਕਰਦੇ ਆ ਵੀ ਟੀਮਾਂ ਛੇਤੀ ਪਹੁੰਚ ਜਾਇਆ ਕਰਨ। ਅੱਗੇ ਕਬੱਡੀ ਥੋੜੀ ਜਿਹੀ ਬਦਨਾਮ ਹੋ ਚੱਲੀ ਆ, ਥੋੜੀ ਜਿਹੀ ਕਾਫੀ ਬਦਨਾਮ ਹੋ ਚੱਲੀ ਆ। ਤੁਸੀਂ ਜਿਹੜੇ ਇਹ ਲੋਕਾਂ ਚੋਪੀ ਜਿਹੜੀ ਖੇਡਣ ਲੱਗ ਪੈਂਦੇ ਦਰਸ਼ਕਾਂ ਤੇ ਕਮੇਟੀਆਂ ਦੇ ਨਾਲ, ਇਹ ਬਹੁਤ ਮਾੜੀ ਗੱਲ ਆ। ਜਿਹੜੇ ਕੱਪੜੇ ਆ ਗਰਾਊਂਡ ਦੇ ਨੇੜੇ ਲਾਇਆ ਕਰੋ ਮੇਰੇ ਵੀਰ, ਤੇ ਜਲਦੀ ਗਰਾਊਂਡ ਦੇ ਵਿੱਚ ਆਇਆ ਕਰੋ। ਕੋਈ ਗੱਲ ਨੀ ਜੀ, ਸੁਲਝੇ ਖਿਡਾਰੀ ਨੇ, ਵਧੀਆ ਪਲੇਅਰ ਨੇ। ਤਲਵੰਡੀ ਮਲੀਆਂ ਸਮੇਂ ਦੀ ਕਦਰ ਕਰਦੇ ਹੋਏ ਖੇਡ ਮੈਦਾਨ ਵਿੱਚ ਪੁੱਜੇ, ਤਲਵੰਡੀ ਮਲੀਆਂ ਦਾ ਇੰਤਜ਼ਾਰ ਹੈ। ਨਾਲ ਹੀ ਕੰਡਿਆਲ ਤੇ ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਸੁਲਝੇ ਹੋਏ ਖਿਡਾਰੀ ਨੇ, ਨਜ਼ਦੀਕ ਬੈਠਿਆ ਕਰੋ ਜਿੱਥੇ ਤੱਕ ਸਾਡੀ ਆਵਾਜ਼ ਪੁੱਜਦੀ ਹੈ, ਦੂਰ ਨਾ ਜਾਇਆ ਕਰੋ, ਪਲੀਜ਼ ਬੇਨਤੀ ਹੈ। ਤੇ ਤਲਵੰਡੀ ਮਲੀਆਂ ਜਲਦੀ ਆਵੇ, ਤਲਵੰਡੀ ਮਲੀਆਂ ਹੱਥ ਖੜਾ ਕਰੋ ਜੀ। ਠੀਕ ਹੈ, ਤਲਵੰਡੀ ਮਲੀਆਂ ਦੀ ਟੀਮ ਪੁੱਜੀ ਹੋਈ ਹੈ, ਦੋਹੇ ਟੀਮਾਂ ਪੁੱਜ ਗਈਆਂ ਨੇ। ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਆਵੇ, ਟੱਲੇ ਕਿਤੇ ਘੱਲ ਕਲਾਂ ਫਿੱਡੂ ਸਾਡਾ ਵੀਰ ਕਹਿ ਲਈਏ, 21,000 ਰੁਪਇਆ ਸਾਡੇ NRI ਵੀਰਾਂ ਨੇ ਵੱਢੀ। ਮਾਈਕ ਸਾਡਾ ਜਸਪ੍ਰੀਤ ਸਾਡਾ ਵੀਰ, ਆਪਾਂ ਧੰਨਵਾਦ ਕਰਦੇ ਹਾਂ, NRI ਵੀਰਾਂ ਦਾ ਵੱਡਾ ਸਹਿਯੋਗ ਹੈ।
ਸਮੁੱਚੇ ਕਲੱਬ ਨੂੰ ਤਲਵੰਡੀ ਮਲੀਆਂ ਪੁੱਜੀ ਹੋਈ ਹੈ। ਕੁਲਦੀਪ ਸਿੰਘ ਕੀਪਾ ਸਾਡੇ ਪ੍ਰਧਾਨ ਸਾਹਿਬ ਨੂੰ ਮਿਲ ਲਵੇ ਇੱਥੇ ਆ ਕੇ। ਕੁਲਦੀਪ ਸਿੰਘ ਕੀਪਾ ਟਰਾਫੀਆਂ ਕੱਢਣਗੀਆਂ ਗੱਡੀ ਦੇ ਵਿੱਚੋਂ, ਆ ਜਾਓ ਮੇਰਾ ਵੀਰ। ਨਾਲੋਂ ਦੀ ਟੀਮ ਗਾਂਧੀ ਜੀ ਨੋਟ ਕਰਿਓ। ਹੈਲੋ ਬਾਈ ਸੋਢੀ ਸਾਹਿਬ ਫੈਮਲੀ, ਜਿਨ੍ਹਾਂ ਦੇ ਚਿਕਨਾਈ ਵਾਲੀ ਚੀਜ਼ ਲੱਗੀ ਹੋਈ ਨਾ, ਜਾਂ ਤਾਂ ਉਹਨਾਂ ਨੇ ਕਲੀ ਮਾਰਨੀ ਆ ਤੇ ਨਹੀਂ ਉਹਨੂੰ ਖੇਡਣ ਨਹੀਂ ਦਿੱਤਾ ਜਾਣਾ। ਇਹ ਕਮੇਟੀ ਦਾ ਇੱਕ ਰੂਲ ਆ, ਜਾਂ ਤਾਂ ਉਹਨਾਂ ਨੇ ਕਲੀ ਮਰੀ ਜਾਊਗੀ ਤੇ ਨਾ ਨਹੀਂ ਤਾਂ ਉਹਨੂੰ ਖੇਡਣ ਦਿੱਤਾ ਨਾ ਜਾਊਗਾ। ਬਸ ਜਿਹਨੇ ਕਲੀ ਨਹੀਂ ਮਿਲਾਈ ਤਾਂ ਉਹਨੂੰ ਖੇਡਣ ਨਹੀਂ ਦੇਣਾ। ਅਸੀਂ ਕੱਲ ਦੇ ਇਹ ਬੇਨਤੀਆਂ ਕਰੀ ਜਾਂਦੇ ਹਾਂ ਖਿਡਾਰੀ ਵੀਰਾਂ ਅੱਗੇ ਕਿ ਚਿਕਨਾਈ ਦਾ ਕੋਈ ਵੀ ਪਦਾਰਥ ਮਲ ਕੇ ਆਪਣੇ ਸਰੀਰ ਤੇ ਨਾ ਆਉਣ। ਜਿਹੜਾ ਵੀ ਖਿਡਾਰੀ ਸਾਨੂੰ ਪ੍ਰੂਫ ਹੋ ਗਿਆ ਕਿ ਇਹਦੇ ਕੋਈ ਚਿਕਨਾਈ ਵਾਲਾ ਪਦਾਰਥ ਮਿਲਿਆ ਹੋਇਆ, ਤਾਂ ਅਸੀਂ ਉਸ ਖਿਡਾਰੀ ਨੇ ਕਲੀ ਲਾਵਾਂਗੇ। ਇਹ ਪ੍ਰਬੰਧਕ ਕਮੇਟੀ ਦਾ ਫੈਸਲਾ ਵੀ ਉਹਦੀਆਂ ਲੱਤਾਂ ਬਾਹਾਂ ਜੋ ਵੀ ਜਿੱਥੇ ਵੀ ਚਿਕਨਾਈ ਵਾਲਾ ਪਦਾਰਥ ਲੱਗਾ ਹੋਊਗਾ ਉਹ ਕਲੀ ਨਾਲ ਲਬੇੜੀਆਂ ਜਾਣਗੀਆਂ। ਸੋ ਬੇਨਤੀ ਆ ਵੀ ਜੋ ਵੀ ਖਿਡਾਰੀ ਸਾਹਿਬਾਨ ਸੁਣ ਰਹੇ ਆ ਉਹ ਨੋਟ ਕਰਨ, ਕੋਈ ਵੀ ਚਿਕਨਾਈ ਵਾਲਾ ਪਦਾਰਥ ਮਲ ਕੇ ਖੇਡਣ ਦੀ ਕੋਸ਼ਿਸ਼ ਨਾ ਕਰਨ। ਦੋਵੇਂ ਟੀਮਾਂ ਪੁੱਜੀਆਂ ਇਸ ਵੇਲੇ ਪਿੰਡ ਵਾਲੀ ਸਾਈਡ ਟੀਮ ਸ਼ੂਸ਼ਕ ਦੀ ਹੋ ਗਈ ਹੈ, ਦੂਸਰੀ ਸਾਈਡ ਟੀਮ ਤਲਵੰਡੀ ਮੱਲੀਆਂ ਦੀ ਹੋ ਗਈ ਹੈ ਜੀ। ਨਾਲ ਹੀ ਲੋਹਾਰਾ ਆਵੇ ਫਕਰ ਬਾਬਾ ਦਾਮੂ ਸ਼ਾਹ ਲੋਹਾਰਾ, ਤੇ ਕੰਡਿਆਲ ਆਵੇ ਕਲਕਲਾਂ ਬਾਬਾ ਕੇਰ ਸਿੰਘ ਕਲੱਬ ਜਨੇਰ ਦੇ ਜੇਤੂ ਨੇ ਖੇਡਣਾ ਜੀ। ਜੇ ਕਿਸੇ ਵੀ ਖਿਡਾਰੀ ਦਾ ਕੋਈ ਰੌਲਾ ਹੁੰਦਾ ਤਾਂ ਰੈਫਰੀ ਸਾਹਿਬਾਨਾਂ ਨੂੰ ਪਰੇਸ਼ਾਨ ਨਾ ਕਰੋ, ਸਾਡੇ ਕੋਲੇ ਇਤਰਾਜ਼ ਫੀਸ ਜਮ੍ਹਾਂ ਕਰਾ ਕੇ ਉਹਦਾ ਇਤਰਾਜ਼ ਲਾਇਆ ਜਾਵੇ, ਉਸ ਤੋਂ ਬਾਅਦ ਕਮੇਟੀ ਜਿਹੜਾ ਫੈਸਲਾ ਕਰੂਗੀ। ਤੁਸੀਂ ਮੈਚ ਦਾ ਸਮਾਂ ਜਿਹੜਾ ਖਰਾਬ ਨਾ ਕਰਿਆ ਕਰੋ, ਉੱਥੇ ਆ ਕੇ ਜਦ ਜਦਾਈ ਦੇ ਵਿੱਚ ਜਿਹੜੇ ਵੀ ਖਿਡਾਰੀ 'ਤੇ ਕੋਈ ਇਤਰਾਜ਼ ਆ ਉਹ ਇਤਰਾਜ਼ ਫੀਸ ਜਮ੍ਹਾਂ ਕਰਾ ਕੇ ਸਾਡੇ ਕੋਲ ਇਤਰਾਜ਼ ਲਾਇਆ ਜਾਵੇ, ਉਸ ਦਾ ਜਿਹੜਾ ਰਿਜ਼ਲਟ ਆ ਅਸੀਂ ਗੁਪਤ ਰੱਖ ਕੇ ਉਹਦਾ ਫੈਸਲਾ ਕਰਾਂਗੇ। ਨਾਲ ਹੀ ਪਹਿਲੀ ਕਬੱਡੀ ਜੱਗੂ ਮੇਰੇ ਵੱਲੋਂ ਸੈਦੋ ਪਿੰਡ ਦਾ, ਜਿੱਥੋਂ ਦੀ ਗਲੀ ਨੀਲੇ ਵਰਗੀ, ਜਿੱਥੋਂ ਦੇ ਬਲਜੀਤ ਵਰਗੀ, ਜਿੱਥੋਂ ਦੇ ਮੱਖਣ ਵਰਗੇ, ਸੈਦੋ ਪਿੰਡ ਦਾ ਜੱਗੂ ਕਬੱਡੀ ਪਾਉਂਦਾ ਹੋਇਆ ਤੇ ਨਾਲ ਹੀ ਲਾ ਹਲਕਾ ਟੱਚ ਨੌਜਵਾਨ ਪਹਿਲਾ ਅੰਕ ਡੇਢ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਤਲਵੰਡੀ ਮੱਲੀਆਂ ਦੀ ਟੀਮ ਲਈ। ਅਗਲੀ ਕਬੱਡੀ ਰਿੰਕਾ ਸ਼ੂਸ਼ਕ ਪਿੰਡ ਦਾ, ਜਿੱਥੋਂ ਦੇ ਬਾਬੇ ਵਰਗੇ, ਜਿੱਥੋਂ ਦੇ ਸੁੱਖੇ ਵਰਗੇ, ਜਿੱਥੋਂ ਦੇ ਗਿਆਨੀ ਵਰਗੇ, ਜਿੱਥੋਂ ਦੇ ਕੁਲਵਿੰਦਰ ਵਰਗੇ, ਜਿੱਥੋਂ ਦੇ ਘੋਨੀ ਵਰਗੇ ਮੇਰੇ ਕੋਲ ਸੁਪਰ ਸਟਾਰ ਖਿਡਾਰੀ ਨੇ, ਉਹਨਾਂ ਦਾ ਗ੍ਰਾਂ ਰਿੰਕਾ ਕਬੱਡੀ ਪਾਉਂਦਾ ਹੋਇਆ ਤੇ ਇਸ ਵੇਲੇ ਕਹਿ ਲਈਏ ਹਾਨੀ ਮੇਰੇ ਵੀਰੋ ਸੁੱਖੇ ਭੰਡਾਲ ਦਾ ਗ੍ਰਾਈ ਨੌਜਵਾਨ ਲਾ ਤਕੜਾ ਜਫਾ ਪਾ ਪੁੱਠੀ ਬੱਲੇ ਬੱਲੇ ਕਰਵਾ ਗਏ ਤੇ ਕਹਿੰਦੇ ਤੇ ਘਵਾਉਂਦੇ ਔਰ ਧਾਵੀਆਂ ਦੇ ਫੱਟੇ ਨੇ ਚੱਕਦੇ। ਮਿਲ ਗਿਆ ਮਾਨ ਸਨਮਾਨ ਹਨੀ ਨੂੰ, ਭੰਡਾਲ ਵਾਲੇ ਕੱਪ ਦੇ, ਭੰਡਾਲ ਵਾਲੇ ਕੱਪ ਦੇ ਵੱਡੇ ਸਨਮਾਨ ਹੋਏ ਇਸ ਨੌਜਵਾਨ ਦੇ। ਅਗਲੀ ਕਬੱਡੀ ਜੱਗੂ ਮੇਰੇ ਵੀਰੋ ਮੱਖਣ ਉਹਨਾਂ ਦਾ ਗ੍ਰਾਈ ਨੌਜਵਾਨ ਸੈਦੋ ਪਿੰਡ ਦਾ ਜੱਗੂ ਲਾ ਹਲਕਾ ਟੱਚ ਭੱਜਣ ਦੀ ਪੂਰੀ ਕੋਸ਼ਿਸ਼,
ਸ਼ੁਸ਼ਕ ਵਾਲਾ ਹੋ ਮੂਰੇ ਡਕਦਾ ਰੋਇਆ ਤੇ ਨਾਲ ਹੀ ਇੱਕ ਅੰਕ ਦਾ ਵਾਧਾ ਕਰਦਾ ਜੱਗੂ ਸੈਦੋ ਪਿੰਡ ਦਾ ਨੌਜਵਾਨ। ਅਗਲੀ ਕਬੱਡੀ ਪਵਨਾ, ਇਸ ਵੇਲੇ ਕਹਿ ਲਈ ਪਵਨ ਗੁਰਬਾਣੀ ਵਿੱਚੋਂ ਲਿਆ ਹੋਇਆ ਨਾਂ ਨੌਜਵਾਨ ਦਾ ਕਿ ਪਵਨ ਗੁਰੂ ਪਾਣੀ ਪਿਤਾ ਦਾਤ ਮਹੱਤ। ਇਸ ਵੇਲੇ ਕਹਿ ਲਈ ਪਵਨ ਦੀ ਪਾਈ ਹੋਈ ਕਬੱਡੀ ਹਲਕਾ ਸਰੀਰ ਹੈ, ਇਸ ਵੇਲੇ ਲਾ ਹਲਕਾ ਟੱਚ ਨੌਜਵਾਨ ਭੱਜਣ ਦੀ ਪੂਰੀ ਕੋਸ਼ਿਸ਼। ਕਹਿ ਲਈ ਕਿ ਜਾਫੀ ਨੂੰ ਧਾਵੀ ਨੇ ਬਾਹਾਂ ਵਿੱਚ ਡਕਰ ਲਿਆ ਜਿਵੇਂ ਸ਼ੇਰ ਨੇ ਚੁੰਗੀਆਂ ਭਰਦੇ ਮਿਰਗ ਨੂੰ ਪਕੜ ਲਿਆ। ਹੋ ਹੋ ਦੁਨੀਆ ਵਹਿੰਦੀ ਪੱਬਾਂ ਭਾਰ ਕਬੱਡੀ ਨੂੰ, ਆ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਅਗਲੀ ਕਬੱਡੀ ਇਸ ਵੇਲੇ ਸੈਦੋ ਪਿੰਡ ਦਾ ਮੇਰੇ ਵੀਰੋ ਵੱਧ ਬੋਲਦਾ ਧਾਵਾ ਮੱਖਣ ਉਹਨਾਂ ਦਾ ਗ੍ਰਾਹੀ ਨੌਜਵਾਨ ਲਾ ਹਲਕਾ ਟੱਚ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਨਾਲ ਹੀ ਸਾਡੇ ਦਰਮਿਆਨ ਸਰਦਾਰ ਕੁਲਵੰਤ ਸਿੰਘ ਜੀ ਕੈਨੇਡੀਅਨ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਦਾ ਵੀ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ, ਜੀਓ ਆਇਆਂ ਕਹਿੰਦੇ ਹਾਂ। ਇਸ ਵੇਲੇ ਸੁੱਖੇ ਪੰਡਾਲ ਦਾ ਗ੍ਰਾਹੀ ਹੈ ਨੌਜਵਾਨ ਹਨੀ ਪੰਡਾਲ ਵਾਲਾ ਲਾ ਤਕੜਾ ਜੱਫਾ। ਕਹਿ ਲਈ ਖੁੱਚ ਪੁੱਟੀ ਹੈ ਕਿ ਖੁੱਚ ਪੁੱਟਣੀ ਤੇ ਔਖੀ ਲਾਉਣੀ, ਧਾ ਕੇ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਾਰੇ ਲੱਗਦੇ ਖਾ ਕੇ ਖੁਰਾ ਕੇ ਮਿੱਤਰੋ। ਅਗਲੀ ਕਬੱਡੀ ਜੱਗੂ ਸੈਦੋ ਪਿੰਡ ਦਾ ਫਿਰ ਤਿਆਰੀ ਫੜਦਾ ਹੋਇਆ ਕਿ ਮਿੱਤਰਾਂ ਦੇ ਪਿੰਡ ਜਾਣ ਦੀ ਮੁੱਦਾ ਕਰਦਾ ਫਿਰ ਤਿਆਰੀ। ਜੱਗੂ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਖੜੇ ਨੇ ਸ਼ੁਸ਼ਕ ਪਿੰਡ ਵਾਲੇ। ਕਹਿ ਲਈ ਕਿ ਸਬਰ ਸਿਰਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ, ਘਰ ਘਰ ਪਹੁੰਚੂ ਮੈਂ ਕਹ ਤੇਰੀ ਫੁੱਲ ਗੁਲਾਬ ਦੇ ਆ, ਮਿੱਟੀ ਚੁੱਕ ਚ ਮੱਥੇ ਨੂੰ ਲਾਵਣਗੇ ਤੇਰਿਆਂ ਰਾਹਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਜੱਗੂ ਨੌਜਵਾਨ ਲਾ ਹਲਕਾ ਟੱਚ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਅਗਲੀ ਕਬੱਡੀ ਪਮਨੇ ਨੇ ਪਾ ਦਿੱਤੀ ਹੈ ਪਮਨੇ ਦੀ ਪਾਈ ਹੋਈ ਕਬੱਡੀ। ਕਹਿ ਲਈ ਨੌਜਵਾਨ ਕੇਸੀ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ, ਅੱਖੀਆਂ ਤੋਂ ਦੂਰ ਗਿਆ ਬੰਨ ਕੇ ਲਾੜੀ ਮੌਤ ਦਾ ਗਾਣਾ ਪਮਨਾ ਨੌਜਵਾਨ। ਕਹਿ ਲਈਏ ਬਰਾੜਾਂ ਦਾ ਪੁੱਤ ਇਸ ਵੇਲੇ ਲਾਪਰੇ ਸੁੱਟਦਾ ਹੋਇਆ ਤੇ ਨਾਲ ਹੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਪਮਨਾ ਨੌਜਵਾਨ। ਅਗਲੀ ਕਬੱਡੀ ਜੱਗੂ ਫਿਰ ਪਰ ਠੰਡੇ ਠਾਰ ਪਾਣੀ ਦੀ ਕੁੱਟ ਤਿਆਰੀ ਫੜਦਾ ਹੋਇਆ ਨੌਜਵਾਨ। ਜੱਗੂ ਦੀ ਪਾਈ ਹੋਈ ਕਬੱਡੀ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਵਿਹੜੇ ਕਿ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ ਬਾਹਰ ਦਾ ਸਿੱਧ ਕਹਾਉਂਦਾ, ਕਿ ਕਾਮਯਾਬੀਆਂ ਦੇਖ ਜਮਾਨਾ ਕਿੱਥੋਂ ਸੁੱਖ ਮਨਾਉਂਦਾ, ਕਿ ਲੰਘੀਆਂ ਦੀਆਂ ਯੋਧਾ ਯੋਧਿਆਂ ਟੋਭਾ ਲਾਉਂਦੇ ਥੱਕਦੇ ਨੇ, ਜਦ ਗੁੱਡੀ ਚੜ ਜੇ ਅੰਮ੍ਰਿਤ ਇਹੀ ਲੋਕ ਸਲਾਉਂਦੇ ਥੱਕਦੇ ਨੇ। ਜੱਗੂ ਮੇਰੇ ਵੀਰੋ ਇਸ ਵੇਲੇ ਲਾ ਹਲਕਾ ਟੱਚ ਭੱਜਿਆ ਹੁੰਦਾ ਨੌਜਵਾਨ ਤੇ ਇੱਕ ਅੰਕ ਦਾ ਵਾਧਾ ਕਰਦਾ ਜੱਗੂ ਸੈਦੋ ਪਿੰਡ ਵਾਲਾ ਤਲਵੰਡੀ ਮੱਲੀਆਂ ਦੀ ਟੀਮ ਲਈ। ਅਗਲੀ ਕਬੱਡੀ ਕਹਿ ਲਈਏ ਸੁੱਖੇ ਉਹਨਾਂ ਦਾ ਗ੍ਰਾਹੀ ਨੌਜਵਾਨ ਕਬੱਡੀ ਪਾਉਣ ਦੀ ਤਿਆਰੀ ਫੜਦਾ ਪਾਵਣਾ ਖੇਡ ਮੈਦਾਨ ਵਿੱਚ। ਇਸ ਵੇਲੇ ਕਹਿ ਲਈਏ ਸ਼ੁਸ਼ਕ ਪਿੰਡ ਦਾ ਪਾਵਣਾ ਭਾਵੇਂ ਕੱਦ ਵਿੱਚ ਨਿੱਕਾ ਏ ਬਾਤਾ ਹੀ ਫੁਰਤੀਲਾ ਯਾਰੋ ਬਾਤਾ ਤਿੱਖਾ ਏ। ਪਾਵਣੇ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਨੇ ਤਲਵੰਡੀ ਮੱਲੀਆਂ ਦੀ ਧਰਤੀ ਦੇ, ਕਹਿ ਲਈਏ ਹਨੀ ਹੈ ਪੰਡਾਲ ਦੀ ਧਰਤੀ ਦਾ ਚੀੜਾ ਜਾਫੀ। ਇਸ ਵੇਲੇ ਕਹਿ ਲਈਏ ਤਲਵੰਡੀ ਮੱਲੀਆਂ ਵਾਲਾ ਨੌਜਵਾਨ ਵੱਧ ਕੋਸ਼ਿਸ਼ ਕਰਦਾ ਹੋਇਆ ਕਿ ਗੁੱਟ ਨੂੰ ਫੜ ਕੇ ਜੇਕਰ ਜਿੰਦਰੇ ਜੜ ਹੋ ਜਾਵਣ ਤਾਂ ਦ੍ਰਿਸ਼ ਕਹਿੰਦੇ ਕਿ ਧਾ ਵੀ ਫੜ ਹੋ ਜਾਵਣ। ਨਾਲ ਹੀ ਫਕਰ ਬਾਬਾ ਦਾਮੂਸ਼ਾ ਲੋਹਾਰਾ ਆਵੇ ਜੀ ਕੰਡਿਆਲ ਆਵੇ। ਨਾਲ ਹੀ ਜਿੱਥੇ ਕਹਿ ਲਈਏ ਕੋਟ ਸਿੰਘ ਧਰਤੀ ਤੇ 30-31 ਨੂੰ ਬੜੀਆਂ ਰੌਣਕਾਂ ਲੱਗਣਗੀਆਂ। ਨਾਲ ਹੀ ਕੋਰੇ ਵਾਲੇ ਦੇ ਖੇਡ ਮੇਲੇ ਤੇ ਵੀ ਕਹਿ ਲਈਏ 30-31 ਤਰੀਕ ਹੋਵੇਗੀ ਜਿੱਥੇ ਕਬੱਡੀ ਓਪਨ ਵਰਗ 20,000 ਰੁਪਇਆ ਫਸਟ ਪ੍ਰਾਈਜ਼, ਸੈਕਿੰਡ ਪ੍ਰਾਈਜ਼ 15,000, 57 ਕਿਲੋ, 48 ਕਿਲੋ, 27 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਕੋਰੇ ਵਾਲੇ ਖਿਡਾਰੀ ਵੀਰਾਂ ਨੂੰ ਖੁੱਲ੍ਹਾ ਸੱਦਾ ਹੈ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਅਗਲੀ ਕਬੱਡੀ ਨੌਜਵਾਨ ਕਹਿ ਲਈਏ ਰਿੰਕੇ ਨੇ ਪਾ ਦਿੱਤੀ ਹੈ। ਇਹ ਕਹਿ ਲਈਏ ਇੱਕ ਮਿੰਟ ਦੀ ਦੁਨੀਆ ਵਿੱਚ ਮਸ਼ਹੂਰ ਹੋਇਆ ਰਿੰਕਾ ਜਲਾਲ ਪਿੰਡ ਦਾ, ਇਸ ਵੇਲੇ ਰਿੰਕੇ ਦੀ ਪਾਈ ਹੋਈ ਕਬੱਡੀ ਡਬਲ ਚੈੱਕ ਦਾ ਇਸ਼ਾਰਾ ਪਰ ਨੌਜਵਾਨ ਕਹਿ ਲਈਏ ਵੱਧ ਜੱਫਾ ਲਾਉਂਦਾ ਹੋਇਆ ਇਸ ਵੇਲੇ ਜਦੋਜਹਿਦ ਜਾਰੀ ਹੈ
ਕਿ ਇਸ ਵੇਲੇ ਕਹਿ ਲਈਏ ਫੜਿਆ ਹੋਇਆ ਗੁੱਟ ਕਿ ਹੈ ਫਕਰਾਂ ਦੀ ਕਿਰਪਾ ਨੀ ਪਿੰਡ ਭਗਤੇ ਵਾਲੇ ਤੇ ਪੁੱਤ ਬਗਾਨਾ ਲੈ ਜਾਂਦਾ ਖਿੱਚ ਕੇ ਪਾਲੇ ਤੇ ਕਿ ਇੱਥੇ ਫਰਕ ਨੀ ਪੈਂਦਾ ਰੰਗ ਗੋਰੇ ਕਾਲੇ ਤੇ ਨੌਜਵਾਨ ਮੁਸ਼ਕਿਲ ਰੰਗ ਦਾ ਰਿੰਕਾ ਸਾਡੇ ਇੱਕ ਅੰਕ ਵਾਧਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਸੇਵਾਦਾਰ ਬੇਨਤੀ ਕਰਦੇ ਆ ਸੇਵਾਦਾਰ ਸਾਡੇ ਜਿਹੜੇ ਇੱਥੇ ਸਟੇਜ ਤੇ ਆ ਕੇ ਮਿਲਣ ਤੇ ਨਾਲ ਹੀ ਮੈਂ ਜੀ ਆਇਆਂ ਕਹਿੰਦਾ ਗਾਜੂ ਵੀਰ ਨੂੰ ਸਰਦਾਰ ਮੁਖਤਿਆਰ ਸਿੰਘ ਮਾੜੂ ਜੋ ਪਹਿਲਾਂ ਕਲੱਬ ਦੇ ਨਾਲ ਕਾਫੀ ਸਹਾਇਤਾ ਕਰਾਉਂਦੇ ਰਹੇ ਹੁਣ ਵਿੱਤੀ ਮਦਦ ਵੀ ਦਿੰਦੇ ਨੇ ਸਾਨੂੰ ਸਰਦਾਰ ਕੇਵਲ ਸਿੰਘ ਤੇ ਸਰਦਾਰ ਨੇਕੀ ਜੀ ਨੂੰ ਪਿਆਰ ਨਾਲ ਆਪਾਂ ਹਰਨੇਕ ਸਿੰਘ ਨੇਕੀ ਉਹਨਾਂ ਦਾ ਛੋਟਾ ਭਰਾ ਹੈ ਗਾਜੂ ਵੀਰ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਹੋਇਆ ਕਹਿੰਦੇ ਨਾਲ ਹੀ ਮਸਤਾਂ ਦੇ ਨਾਲ ਮਸ਼ਹੂਰ ਹੋਇਆ ਦਿਲਬਾਗ ਗੱਜਣ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਅਮਰੀਕ ਖੋਸਾ ਕੋਟਲਾ ਉਹ ਵੀ ਕਹਿ ਲਈਏ ਆਪਣੇ ਬੋਲ ਸਾਂਝੇ ਕਰਨਗੇ ਦਰਸ਼ਕਾਂ ਨਾਲ ਕਬੱਡੀ ਦੀ ਬਾਤ ਪਾਉਣਗੇ ਤੇ ਨੌਜਵਾਨ ਇਸ ਵੇਲੇ ਸ਼ੂਸ਼ਕ ਪਿੰਡ ਦਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਜੱਗੂ ਮੇਰੇ ਵੀਰੋ ਨੌਜਵਾਨ ਇਕੱਲਾ ਕਬੱਡੀ ਪਾਉਂਦਾ ਏ ਇਸ ਵੇਲੇ ਕਹਿ ਲਈਏ ਕਿ ਇਕੱਲੇ ਇਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕੌਣ ਜਾਊ ਭੱਜ ਯਾਰੋ ਕੌਣ ਜਾਊ ਫੜਿਆ ਅੱਜ ਕਹਿ ਲਈਏ ਕਿ ਜਾਣ ਦੇ ਧਾਵੀ ਗੁੱਟ ਜਿਹਦਾ ਜਿਹਦਾ ਫੜਿਆ ਸ਼ੂਸ਼ਕ ਵਾਲਾ ਪੂਰੀ ਕੋਸ਼ਿਸ਼ ਕਰਦਾ ਹੋਇਆ ਇਸ ਵੇਲੇ ਹੋ ਮੂਹਰੇ ਤੱਕੋ ਤੱਕੀ ਹੁੰਦੀਆਂ ਹੋਈਆਂ ਜਵਾਨੀਆਂ ਮਿਹਣੋ ਮਿਹਣੀ ਹੁੰਦੀਆਂ ਹੋਈਆਂ ਜਵਾਨੀਆਂ ਤੇ ਨਾਲ ਹੀ ਜੱਗੂ ਸੈਦੋ ਪਿੰਡ ਵਾਲਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਮੇਰੇ ਵੀਰੋ ਸ਼ੂਸ਼ਕ ਪਿੰਡ ਦਾ ਨੌਜਵਾਨ ਕਹਿ ਲਈਏ ਕਿ ਮਿੱਤਰਾਂ ਦੀ ਨੂਨ ਦੀ ਗਲੀ ਅੱਜ ਮਿਸ਼ਰੀ ਬਰਾਬਰ ਜਾਣੀ ਮਿੱਤਰਾਂ ਦੇ ਗਰਬੇ ਦਾ ਠੰਡਾ ਸ਼ਰਬਤ ਵਰਗਾ ਪਾਣੀ ਕਹਿ ਲਈਏ ਇਸ ਵੇਲੇ ਨਵਾਂ ਹੀ ਖਿਡਾਰੀ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਹੁਣੇ ਹੁਣੇ ਨੌਜਵਾਨ ਨੇ ਕਹਿ ਲਈ ਕਬੱਡੀ ਨਾਲ ਪ੍ਰੀਤ ਪਾਈ ਹੈ ਕਿ ਇੱਕ ਤੋਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ ਤੇ ਨਾਲ ਹੀ ਅਗਲੀ ਕਬੱਡੀ ਇਸ ਵੇਲੇ ਤਲਵੰਡੀ ਮਲੀਆਂ ਵਾਲਾ ਰਵਿੰਦਰ ਸਿੰਘ ਕਬੱਡੀ ਪਾਉਂਦਾ ਹੋਇਆ ਤਿਆਰੀ ਫੜਦਾ ਨੌਜਵਾਨ ਲਾਈ ਹੋਈ ਹੱਥਾਂ ਨੂੰ ਕਲੀ ਖੇਡ ਮੈਦਾਨਾਂ ਵਿੱਚ ਵੱਧ ਬੋਲਦਾ ਧਾਵਾ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਜਿੰਦ ਜਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇਸ ਵੇਲੇ ਰਵਿੰਦਰ ਦੀ ਪਾਈ ਹੋਈ ਕਬੱਡੀ ਤੇ ਦੋ ਨੰਬਰ ਦਾ ਬੰਦਾ ਮਾੜਾ ਤੇ ਦੋ ਨੰਬਰ ਦਾ ਧੰਦਾ ਮਾੜਾ ਲੱਗਦਾ ਹੋਇਆ ਜੱਫਾ ਮੇਰੇ ਵੀਰੋ ਨੌਜਵਾਨ ਕਹਿ ਲਈਏ ਭਰ ਬਗਲਾ ਕੇ ਕਬੱਡੀ ਵਿੱਚ ਛੇ ਰਖਵਾਉਂਦਾ ਫਰੰਦੇਪੁਰ ਦਾ ਗੋਪੀ ਬਹੁਤਾ ਚਿਰ ਨਹੀਂ ਲਾਉਂਦਾ ਪੁੱਠੀ ਕਰ ਦਿੰਦਾ ਟੋਪੀ ਇਸ ਵੇਲੇ ਕਹਿ ਲਈਏ ਕਿ ਚਾਰ ਰਸ਼ਨ ਧਾਵੀ ਪਰ ਚੜ ਜਾਂਦਾ ਏ ਫੜ ਬਗਲਾ ਗਰਾਊਂਡੋਬਰ ਕਰ ਜਾਂਦਾ ਏ ਬਗਲਾ ਪਰ ਨੌਜਵਾਨ ਸ਼ੂਸ਼ਕ ਵਾਲਾ ਜੱਫਾ ਲਾਉਂਦਾ ਹੋਇਆ ਅਗਲੀ ਕਬੱਡੀ ਪਵਨਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਪਵਨੇ ਦੀ ਪਾਈ ਹੋਈ ਕਬੱਡੀ ਛੋਟਾ ਕੱਦ ਨੌਜਵਾਨ ਦਾ ਚਾਰਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਕਿਹੜਾ ਨੌਜਵਾਨ ਵੱਧ ਕੋਸ਼ਿਸ਼ ਕਰੇਗਾ ਇਸ ਧਾਵੀ ਨੂੰ ਰੱਖਣ ਦੀ ਕਿ ਧਾਵੀ ਕਹਿੰਦਾ ਮੈਂ ਮੱਖੀ ਨੀ ਬਹਿਣ ਦੇਣੀ ਇਸ ਵੇਲੇ ਹਨੀ ਭੰਡਾਲ ਵਾਲਾ ਕਹਿੰਦਾ ਏ ਦਿਖਾਵਾਂਗੇ ਡੱਕ ਲੋਕੋ ਜਿਹਦੇ ਡੋਲਿਆਂ ਪੱਟਾਂ ਵਿੱਚ ਜਾਣ ਹੋ ਹੋਈ ਜਿੱਤੂ ਅੱਜ ਖੋਸੇ ਰਣਧੀਰ ਵਾਲਾ ਕੱਪ ਲੋਕੋ ਨਾਲ ਹੀ ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਆਵੇ ਫਕਰ ਬਾਬਾ ਦਾਮੂ ਸ਼ਾਹ ਲੋਹਾਰਾ ਤੇ ਕੰਡਿਆਲ ਆਵੇ ਅਗਲੀ ਕਬੱਡੀ ਜੱਗੂ ਸੈਦੋ ਪਿੰਡ ਦਾ ਜਿੱਥੋਂ ਦੇ ਨੀਲੇ ਵਰਗੇ ਜਿੱਥੋਂ ਦੇ ਬਲਜੀਤ ਵਰਗੇ ਜਿੱਥੋਂ ਦੇ ਮੱਖਣ ਸੈਦੋ ਵਾਲੇ ਕਹਿ ਲਈ ਮਸ਼ਹੂਰ ਨੇ ਤੇ ਲਾ ਹਲਕਾ ਟੱਚ ਨੌਜਵਾਨ ਸੁਲਝਿਆ ਹੋਇਆ ਖਿਡਾਰੀ ਹੈ ਕਿ ਹਿੱਕ ਤਾਂ ਮਾਝੇ ਦਾ ਮਜੈਲ ਖੜਦਾ ਮਾਲਵੇ ਦਾ ਮਲਵਈ ਵੀ ਨਹੀਂ ਕਿਸੇ ਤੋਂ ਡਰਦਾ ਦੁਆਬੇ ਵਾਲੇ ਮਾਰਦੇ ਨੇ ਧੌਲ ਮਿੱਤਰੋ ਸੁਲਝੇ ਖਿਡਾਰੀ ਕਦੇ ਖੇਡਦੇ ਨੇ ਫੌਲ ਮਿੱਤਰੋ ਲੋਹਾਰਾ ਆਵੇ ਜੀ ਲੋਹਾਰਾ ਤੇ ਕੰਡਿਆਲ ਆਵੇ ਸਪੇਰ ਖਿਡਾਰੀ ਪਲੀਜ਼ ਪਿੱਛੇ ਹੋ ਕੇ ਬਹਿ ਜਾਣ ਸਪੇਰ ਖਿਡਾਰੀ ਬਣੀਆਂ ਕਹਿ ਲਈਏ ਜ਼ਿੰਮੇਵਾਰੀਆਂ ਨੇ ਸਾਡੇ ਪ੍ਰਬੰਧਕ ਵੀਰਾਂ ਦੀਆਂ ਕਰਨਪਾਲ ਕਾਕਾ ਡੈਰੀ ਵਾਲਾ ਨਾਲ ਗੁਰਿੰਦਰ ਸਿੰਘ ਜੀ ਪੱਪੀ ਰਮਨਦੀਪ ਸਿੰਘ ਰਿੰਪੀ ਸਰਪੰਚ ਵੱਡਾ ਕਹਿ ਲਈਏ ਉਪਰਾਲਾ ਸਮੁੱਚੇ ਨਗਰ ਦੀ ਤਰਫੋਂ ਆਤਮਾ ਸਿੰਘ ਜੀ ਸਰਪੰਚ ਵੱਡੇ ਮਾਣ ਕਰਦੇ ਨੇ ਸਮੁੱਚੇ ਕਲੱਬ ਨੂੰ 5100 ਰੁਪਇਆ ਪੁੱਜਦਾ ਕਰਦੇ ਨੇ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ NRI ਵੀਰ ਵਿਸ਼ੇਸ਼ ਤੌਰ ਤੇ ਜੁੜ ਗਏ ਨੇ ਆਪਾਂ ਧੰਨਵਾਦ ਕਰਦੇ ਹਾਂ ਜੀ ਅਸੀਂ ਸੇਵਾਦਾਰਾਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਸਟੇਜ ਤੇ ਆ ਕੇ ਸਾਨੂੰ ਮਿਲਣ ਜਿੰਨੇ ਵੀ ਸਾਡੇ ਸੇਵਾਦਾਰ ਆ ਬਿੱਕਰ ਲੱਖਾ ਰੌਣਕੀ ਮੇਰਾ ਵੀਰ ਇੱਥੇ ਸਾਡੇ ਕੋਲ ਸਟੇਜ ਤੇ ਪਹੁੰਚਣ ਕੇ ਸਾਰੇ ਜਾਣੇ ਉਹ
ਅਸੀਂ ਬੇਨਤੀ ਅੱਗੇ ਵੀ ਕੀਤੀ ਆ, ਹੁਣ ਫਿਰ ਕਹਿੰਦੇ ਆ ਵੀ ਉਹ ਸਾਰੇ ਜਾਣੇ ਕਿ ਇੱਕ ਵਾਰ ਆ ਕੇ ਸਾਨੂੰ ਇੱਥੇ ਸਟੇਜ 'ਤੇ ਮਿਲਣ। ਨਾਲ ਹੀ ਓਪਨ ਟੀਮਾਂ ਨੂੰ ਬੇਨਤੀ ਕਰਦੇ ਹਾਂ ਕਿ ਠੀਕ ਹੈ, ਇੱਕ ਘੰਟੇ ਬਾਅਦ 1 ਵਜੇ ਅਸੀਂ ਉਹਨਾਂ ਦੇ ਮੈਚ ਸਟਾਰਟ ਕਰ ਦਿੰਦੇ ਹਾਂ। ਜਿੰਨੀਆਂ ਵੀ ਓਪਨ ਟੀਮਾਂ ਸਾਡੇ ਕੋਲ ਪਹੁੰਚੀਆਂ ਉਹ ਆਪਣੇ ਨਾਮ ਦਰਜ ਕਰਵਾ ਦੇਣ। ਓਪਨ ਟੀਮਾਂ ਨੂੰ ਬੇਨਤੀ ਆ ਵੀ ਅਸੀਂ ਠੀਕ 1 ਵਜੇ ਉਹਨਾਂ ਦੇ ਮੈਚ ਸਟਾਰਟ ਕਰ ਦੇਣੇ ਆ। ਜਿੰਨੀਆਂ ਵੀ ਟੀਮਾਂ ਸਾਡੇ ਕੋਲ ਪਹੁੰਚੀਆਂ ਉਹ ਸਾਨੂੰ ਇੱਥੇ ਟੈਕਨੀਕਲ ਸਟੇਜ 'ਤੇ ਸਾਡੇ ਬਾਗੇ ਹੁਣੀ ਬੈਠੇ ਮੇਰੇ ਵੀਰ ਉਹਨਾਂ ਕੋਲ ਆਪਣੇ ਨਾਮ ਐਂਟਰ ਕਰਵਾ ਦੇਣ। ਨਾਲ ਹੀ ਕਬੱਡੀ ਓਪਨ ਵਰਗ ਦੀਆਂ ਟੀਮਾਂ ਧਿਆਨ ਦੇਣ, ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ ਸਾਰੀਆਂ ਹੀ ਟੀਮਾਂ ਐਂਟਰ ਹੋ ਜਾਣ। ਨਾਲ ਹੀ ਮੰਗਲ ਘਾਲੀ ਵਿਸ਼ੇਸ਼ ਤੌਰ 'ਤੇ ਆਵੇਗਾ ਬੰਨੀ ਸਿੱਧੂ ਵੱਲੋਂ, ਕਹਿ ਲਈ ਘਿਓ ਦਾ ਪੀਪਾ ਦੇ ਨਵਾਜਿਆ ਜਾਵੇਗਾ ਮੰਗਲ ਘਾਲੀ ਨੂੰ। ਇਸ ਵੇਲੇ ਕਹਿ ਲਈਏ ਸੈਦੋ ਪਿੰਡ ਦਾ ਨੌਜਵਾਨ ਕਿ ਮਾਰੀ ਜਦ ਛਾਲ ਆ ਲਾ ਕੇ ਜ਼ੋਰ ਬੱਟਾ ਨਾਲ ਅੱਖ ਦੇ ਝਮੱਕੇ ਨਾਲ ਕਮਾਲ ਜਿਹਾ ਹੋ ਗਿਆ, ਹੱਥ ਲਾ ਕੇ ਜਾਫੀ ਤਾਈ ਸੈਦੋ ਵਾਲਾ ਗੱਭਰੂ ਉਹ ਗਿਆ ਉਹ ਗਿਆ ਉਹ ਗਿਆ। ਨਾਲ ਹੀ ਕਹਿ ਲਈਏ ਘਰ ਘਰ ਵਿੱਚ ਤਸਵੀਰ ਜਾ ਰਹੀ ਹੈ। ਇਸ ਵੇਲੇ ਨਵ ਡਿਜੀਟਲ ਸਟੂਡੀਓ ਕੱਲ ਕਲਾਂ ਕਿਵੇਂ ਕਣਕ ਵਿੱਚ ਕੇ ਆਇਆ ਨੀ, ਤੇਰਾ ਸਿਰੋਂ ਉਲਾਂਭਾ ਲਾਇਆ ਨੀ, ਜਿੱਥੇ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾਂ ਬੋਲਦੀਆਂ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਕਹਿ ਲਈਏ ਪਮਨੇ ਦੀ ਪਾਈ ਹੋਈ ਕਬੱਡੀ ਕਿ ਪਿਤਾ ਭਰਪੂਤ ਨਸਲ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ ਮੇਰੇ ਵੀਰੋ। ਪਮਨੇ ਦੀ ਪਾਈ ਹੋਈ ਕਬੱਡੀ ਹੰਧਿਆਂ ਦੇ ਲਾਗੇ ਟੱਕਰ ਹੋਈ ਹੈ ਕਿ ਟੱਕਰ ਹੋ ਗਈ ਸ਼ਿਰਾਂ ਦੀ, ਖੜ ਕੇ ਦੇਖੂ ਕੁੱਲ ਜਮਾਨਾ, ਮੈਚ ਉਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ। ਅਗਲੀ ਕਬੱਡੀ ਸੈਦੋ ਪਿੰਡ ਦਾ ਜੱਗੂ ਫਿਰ ਤਿਆਰੀ ਫੜਦਾ ਜੱਗੂ ਦੀ ਪਾਈ ਹੋਈ ਕਬੱਡੀ। ਇਸ ਵੇਲੇ ਕਹਿ ਲਈਏ ਕਿ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ, ਸਾਨਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ, ਦਾਮੂਸ਼ਾ ਲੋਹਾਰਾ ਆਵੇ ਜੀ, ਪੁੱਜੀ ਹੋਈ ਹੈ ਟੀਮ ਦਾਮੂਸ਼ਾ ਲੋਹਾਰਾ ਪੁੱਜੀ ਹੋਈ ਹੈ, ਕੰਡਿਆਲ ਆਵੇ ਕੰਡਿਆਲ ਹੱਥ ਖੜਾ ਕਰ ਜੀ। ਸਕਿਉਰਿਟੀ ਵਾਲੇ ਵੀਰਾਂ ਨੂੰ ਅਸੀਂ ਸੁਬਾਹ ਹੀ ਬੇਨਤੀ ਕੀਤੀ ਸੀ, ਇੱਕ ਤਾਂ ਜਿਹੜਾ ਆਹ ਟਰਾਲੀ ਇੱਧਰ ਵੇਟ ਵਾਲੀ ਆਪਣੀ ਇਹਨਾਂ ਦੇ ਜਿਹੜਾ ਮਗਰਲੇ ਪਾਸੇ ਰਸਤਾ ਹੈ ਬੰਦ ਕਰਵਾ ਦਿਓ, ਇੱਕ ਆ ਸਟੇਜ ਦੇ ਸੱਜੇ ਪਾਸੇ ਬਿਲਕੁਲ ਟੈਕਨੀਕਲ ਸਟੇਜ ਦੇ ਜਿਹੜੇ ਬਿਲਕੁਲ ਸਾਹਮਣੇ ਬੱਚੇ ਬੈਠੇ ਆ। ਅਸੀਂ ਬੇਨਤੀ ਕੀਤੀ ਸੀ ਸਕਿਉਰਿਟੀ ਵਾਲਿਆਂ ਨੂੰ ਪਹਿਲਾਂ ਹੀ, ਹੁਣ ਫਿਰ ਦੁਬਾਰਾ ਕਹਿੰਦੇ ਆ ਵੀ ਇਹਨਾਂ ਦੀ ਗਿਣਤੀ ਆ ਜਿਹੜੀ ਹੌਲੀ ਹੌਲੀ ਵਧੀ ਜਾਣੀ ਆ, ਫਿਰ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ, ਕਿਰਪਾ ਕਰਕੇ ਇਹਨਾਂ ਨੂੰ ਜਿਹੜਾ ਗਰਾਊਂਡ ਦੇ ਬਾਹਰ ਜਿਹੜਾ ਆਪਣਾ ਜੰਗਲਾ ਲਾਇਆ ਉਹ ਲਾਈਨ 'ਤੇ ਭੇਜਿਆ ਜਾਵੇ। ਅਸੀਂ ਬੇਨਤੀ ਕਰਦੇ ਹਾਂ ਕਿ ਜੇ ਕੱਠ ਇਹ ਹੋਰ ਵਧੀ ਗਿਆ ਤੇ ਤੁਹਾਡੇ ਤੋਂ ਜਿਹੜੀ ਇਹ ਮੁਸ਼ਕਲ ਆ ਸਾਂਭੀ ਨਹੀਂ ਜਾਣੀ, ਇੱਕ ਜਿਹੜਾ ਗੇਟ ਆ ਮਗਰ ਲਾਏ ਬੰਦ ਕਰਵਾ ਦਿਓ। ਨੌਜਵਾਨ ਹਨੀ ਕਹਿ ਲਈਏ ਲਾ ਤਕੜਾ ਜਫਾ ਬੱਲੇ ਬੱਲੇ ਕਰਵਾ ਗਏ। ਨਾਲ ਹੀ ਮੁਕਾਬਲਾ ਸਮਾਪਤੀ ਵੱਲ ਵਧ ਗਿਆ ਜੀ। ਮਨਿੰਦਰ ਸਿੰਘ ਜੀ ਗਾਂਧੀ ਸਾਹਿਬ ਦੱਸਿਓ ਕਿਹੜੀ ਟੀਮ ਜਿੱਤ ਗਈ ਹੈ? ਤਲਵੰਡੀ ਮੱਲੀਆਂ ਦੀ ਟੀਮ 16 ਅੰਕ ਪ੍ਰਾਪਤ ਕਰ ਜੇਤੂ ਹੈ ਜੀ। ਸ਼ੂਸ਼ਕ ਦੇ ਅੰਕ ਨੇ 11.5, ਤਲਵੰਡੀ ਮੱਲੀਆਂ ਦੇ ਅੰਕ ਨੇ 16 ਜੀ। ਨਾਲ ਹੀ ਫਕਰ ਬਾਬਾ ਦਾਮੂਸ਼ਾ ਲੋਹਾਰਾ ਤੇ ਕੰਡਿਆਲ ਆਵੇ, ਫਕਰ ਬਾਬਾ ਦਾਮੂਸ਼ਾ ਲੋਹਾਰਾ ਪੁੱਜੀ ਹੋਈ ਹੈ, ਕੰਡਿਆਲ ਦਾ ਇੰਤਜ਼ਾਰ ਹੈ ਜੀ। ਕੰਡਿਆਲ ਹੱਥ ਖੜਾ ਕਰੇ ਜੇਕਰ ਪੁੱਜ ਗਈ ਹੈ, ਕੰਡਿਆਲ ਹੱਥ ਖੜਾ ਕਰੇ ਜੀ। ਇਸ ਵੇਲੇ ਤਲਵੰਡੀ ਮੱਲੀਆਂ ਦੀ ਟੀਮ ਜੇਤੂ ਹੈ। ਸਤਪਾਲ ਸਿੰਘ ਜੀ ਸਾਡੇ ਜਸਪਾਲ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਪੁੱਜ ਗਏ ਨੇ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਮਹਿੰਦਰ ਸਿੰਘ ਜੀ ਪਿੰਦਾ, ਮਹਿੰਦਰ ਸਿੰਘ ਜੀ ਮਿੰਦਾ ਕੱਲ ਤੋਂ ਕਹਿ ਲਈਏ ਪਾਣੀ ਦੀ ਸੇਵਾ ਕਰਦੇ ਨੇ, ਆਪਾਂ ਧੰਨਵਾਦ ਕਰਦੇ ਹਾਂ ਮਹਿੰਦਰ ਸਿੰਘ ਜੀ ਮਿੰਦਾ। ਫਕਰ ਬਾਬਾ ਦਾਮੂਸ਼ਾ ਪੁੱਜੀ ਹੋਈ ਹੈ, ਕੰਡਿਆਲ ਦਾ ਇੰਤਜ਼ਾਰ ਹੈ, ਕੰਡਿਆਲ ਆਵੇ ਕੰਡਿਆਲ ਜੀ, ਲਾਸਟ ਕਾਲ ਹੈ ਕੰਡਿਆਲ ਦੀ ਟੀਮ ਨੂੰ। ਨਾਲ ਹੀ ਤੱਲੇ ਕੇ ਤੇ ਕੱਲ ਕਲਾਂ ਖੋਸਾ ਕੋਟਲਾ ਏ ਤੇ ਔਗੜ, ਬਾਬਾ ਕਿਰਨ ਸਿੰਘ ਕਲੱਬ ਜਨੇਰ ਤੇ ਹਸਨ ਭੱਜੀ ਨੇ ਖੇਡਣਾ ਏ, ਚੂਟ ਸਿੰਘ ਵਾਲਾ ਤੇ ਖਖਰਾਣਾ ਆਵੇ, ਕੰਡਿਆਲ ਦੀ ਟੀਮ ਦਾ ਇੰਤਜ਼ਾਰ ਹੈ, ਕੰਡਿਆਲ ਆਵੇ ਜੀ।
ਕੰਡਿਆਲ ਵਾਲਾ ਬਾਲੀ ਪੁੱਜ ਗਏ ਆਪਾਂ ਧੰਨਵਾਦ ਕਰਦੇ ਹਾਂ ਸਮੁੱਚੀ ਟੀਮ ਆਵੇ ਜੀ ਕੰਡਿਆਲ ਨਾਲੀ ਕੰਡਿਆਲ ਤੇ ਫਕਰ ਬਾਬਾ ਦਾਮੂਸ਼ਾ ਲਹਾਰਾ ਪੁੱਜੀ ਹੋਈ ਹੈ ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ ਢੱਲੇ ਕੇ ਕੱਲ ਕਲਾਂ ਦਾ ਮੁਕਾਬਲਾ ਖੇਡਿਆ ਜਾਵੇਗਾ ਖੋਸਾ ਕੋਟਲਾ ਏ ਤੇ ਔਗੜ ਜੋੜ ਸਿੰਘ ਵਾਲਾ ਤੇ ਖਕਰਾਣਾ ਆਵੇ ਦੋਵੇਂ ਟੀਮਾਂ ਟਾਸ ਕਰਵਾ ਦਿਓ ਜੀ ਸੈਂਟ ਲੈਨ ਦੇ ਨੇੜੇ ਪੁੱਜ ਕੇ ਦੋਵੇਂ ਟੀਮਾਂ ਟਾਸ ਕਰਵਾ ਦਿਓ ਇਕਬਾਲ ਸਿੰਘ ਜੀ ਨਾਲ ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਸਾਡੇ ਕੋਲ ਐਂਟਰ ਹੋ ਸਕਦੀ ਹੈ ਓਪਨ ਦੀ ਕੋਈ ਟੀਮ ਵੀ ਆਈ ਹੋਵੇ ਓਪਨ ਦੀ ਕੋਈ ਟੀਮ ਆਈ ਹੋਵੇ ਤਾਂ ਐਂਟਰ ਹੋ ਸਕਦੀ ਆ ਸਾਡਾ ਵੀਰ ਲਾਡਾ ਲਾਡੀ ਕਿ ਧਰ ਦੇ ਪਤੀਲਾ ਤੇਰਾ ਜੀਵੇ ਵੀਰ ਨੇ ਚਾਹ ਬਿਨਾ ਪੈੜਾ ਉੱਠਣਾ ਸਰੀਰ ਨੇ ਚਾਹ ਪੁੱਜਦੀ ਕਰਦੇ ਵੀਰ ਇੱਕ ਕੱਪ ਚਾਹ ਪੁੱਜਦੀ ਕਰਦੇ ਲੋਹਾਰਾ ਤੇ ਕੰਡਿਆਲ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਲੋਹਾਰੇ ਦੀ ਟੀਮ ਇਸ ਵੇਲੇ ਮੰਡੀ ਵਾਲੀ ਸਾਈਡ ਹੋ ਗਈ ਹੈ ਤੇ ਦੂਸਰੀ ਸਾਈਡ ਟੀਮ ਕੰਡਿਆਲ ਦੀ ਹੋ ਗਈ ਹੈ ਮੇਰੇ ਵੀਰ ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ ਧੱਲੇ ਕੇ ਤੇ ਕੱਲ ਕਲਾਂ ਖੋਸਾ ਕੋਟਲਾ ਏ ਤੇ ਔਗੜ ਬਾਬਾ ਕਿਰਤ ਸਿੰਘ ਕਲੱਬ ਜਨੇਰ ਤੇ ਹਸਨ ਪੱਟੀ ਚੂੜ ਸਿੰਘ ਵਾਲਾ ਤੇ ਖਖਰਾਣਾ ਆਵੇ ਨਾਲ ਹੀ ਹੈਰੀ ਸਾਡਾ ਵੀਰ ਸੋਨੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਨਾਲ ਹੀ ਸਾਡੇ ਵੀਰ ਇੰਟਰਨੈਟ ਦੇ ਜ਼ਰੀਏ ਵਿਸ਼ੇਸ਼ ਤੌਰ ਤੇ ਜੁੜ ਗਏ ਨੇ ਸਰਦਾਰ ਕਰਨਪਾਲ ਸਿੰਘ ਕੈਨੇਡੀਅਨ ਵੱਡਾ ਧੰਨਵਾਦ ਕਰਦੇ ਹਾਂ ਵੱਡੀ ਮਾਈਕ ਸਾਡਾ ਪੁੱਜੀ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਗਾਂਧੀ ਸਾਬਕਾ ਕਬੱਡੀ ਖਿਡਾਰੀ ਸਰਦਾਰ ਬਲਦੇਵ ਸਿੰਘ ਡਾਇਰੈਕਟਰ ਸਰਦਾਰ ਹਰਪਾਲ ਸਿੰਘ ਮੱਲੀ ਕੈਨੇਡੀਅਨ ਸਰਦਾਰ ਜਗਤਾਰ ਸਿੰਘ ਕੈਨੇਡੀਅਨ ਵਿਸ਼ੇਸ਼ ਤੌਰ ਤੇ ਜੁੜ ਗਏ ਨੇ ਆਪਾਂ ਇਹਨਾਂ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਐਨਆਰਆਈ ਵੀਰਾਂ ਦਾ ਵੱਡਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਜੁੜੇ ਹੋਏ ਨੇ ਵੱਡਾ ਪਿਆਰ ਹੈ ਸਮੁੱਚੇ ਨਗਰ ਨਾਲ ਤੇ ਨਾਲ ਹੀ ਦੇਵ ਦਿਆਲਪੁਰਾ ਕਰਨਪਾਲ ਘੋਨੇ ਨੂੰ ਮਿਲਵੇ ਪਹਿਲੀ ਕਬੱਡੀ ਨੌਜਵਾਨ ਕਹਿ ਲਈਏ ਲੋਹਾਰੇ ਦੀ ਤਰਫੋਂ ਪਿੰਡਾਂ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਟੀਨੂ ਖੜਾ ਇੱਕ ਪਾਸੇ ਸ਼ਕਤੀਮਾਨ ਦੋ ਨੰਬਰ ਤੇ ਕਹਿ ਲਈ ਬਾਲੀ ਕੰਡਿਆਲ ਪਿੰਡ ਵਾਲਾ ਵੱਧ ਕੋਸ਼ਿਸ਼ ਕਰਦਾ ਹੋਇਆ ਕਿ ਕਹਿੰਦੇ ਤੇ ਘਵਾਉਂਦੇ ਯਾਰੋ ਧਾਵੀਆਂ ਦੇ ਫੱਟੇ ਨੇ ਚੱਕਦੇ ਮਿਲ ਗਿਆ ਮਾਨ ਸਨਮਾਨ ਕੰਡਿਆਲ ਵਾਲੇ ਵੱਡੇ ਕੱਪ ਦੇ ਕਹਿ ਲਈਏ ਕੰਡਿਆਲ ਦੇ ਕੱਪ ਤੇ ਬਾਲੀ ਦੇ ਵੱਡੇ ਮਾਨ ਸਨਮਾਨ ਹੋਏ ਨੌਜਵਾਨ ਦੇ ਤੇ ਨਾਲ ਹੀ ਕੰਡਿਆਲ ਪਿੰਡ ਦਾ ਬਾਲੀ ਤਗੜਾ ਜੱਫਾ ਵਾਲਾ ਬੱਲੇ ਬੁੱਲੇ ਕਰਵਾਉਂਦਾ ਏ ਕਿ ਬੱਲੇ ਬੱਲੇ ਕਰਵਾਉਂਦਾ ਬਾਲੀ ਜਿੱਥੇ ਜਾਂਦਾ ਏ ਨਾਲ ਹੀ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾਈ ਏ ਅਗਲੀ ਕਬੱਡੀ ਜੋਤ ਭਿੰਡਰਾਂ ਦੀ ਧਰਤੀ ਦਾ ਇਸ ਵੇਲੇ ਕਹਿ ਲਈਏ ਜੋਤ ਭਿੰਡਰਾਂ ਦੀ ਧਰਤੀ ਦਾ ਕਿ ਧਰਮ ਖਾਤਰ ਲੜਨ ਵਾਸਤੇ ਜੇ ਕੋਈ ਗੱਲ ਸੁਣਾ ਜਾਂਦਾ
ਤੀਰ ਵਾਲਾ ਇੱਕ ਬਾਬਾ ਅੱਖਾਂ ਮੂਹਰੇ ਆ ਜਾਂਦਾ ਕਿ ਸੂਰਜ ਚਮਕਦਾ ਵੇਖਿਆ ਮੌਸਮ ਵਿੱਚ ਸਲਾਬੇ ਦੇ ਕਿ ਅਸੀਂ ਫੈਨ ਹਾਂ ਯਾਰੋ ਪਿੰਡਰਾਂ ਵਾਲੇ ਬਾਬੇ ਦੇ ਪਿੰਡਰਾਂ ਦੀ ਧਰਤੀ ਦਾ ਜੋਤ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਚਾਰਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਭਾਗਾਪੁਰੀ ਕੋਸ਼ਿਸ਼ ਕਰਦਾ ਲੋਹਾਰੇ ਵਾਲਾ ਜਾਫਾ ਨਹੀਂ ਲਾ ਸਕਿਆ ਅਗਲੀ ਕਬੱਡੀ ਨੌਜਵਾਨ ਪਿੰਦਾ ਲੋਹਾਰੇ ਵਾਲਾ ਵੱਖਰਾ ਜਿਹਾ ਹੇਅਰ ਸਟਾਈਲ ਨੌਜਵਾਨ ਦਾ ਕਹਿ ਲਈਏ ਪਿੰਦੇ ਦੀ ਪਾਈ ਹੋਈ ਕਬੱਡੀ ਇਸ ਵੇਲੇ ਮੱਥਾ ਟੇਕਿਆ ਨੌਜਵਾਨ ਨੇ ਕਿ ਗੱਭਰੂ ਦੇਸ਼ ਪੰਜਾਬ ਦੇ ਉੜਜੂ ਉੜਜੂ ਕਰਦੇ ਨੇ ਮਿਰਗਾਂ ਜਿਹੇ ਸਰੀਰ ਹੌਸਲੇ ਸ਼ੇਰਾਂ ਵਰਗੇ ਨੇ ਨਾਲ ਹੀ ਕਲੱਬਾਂ ਦੀਆਂ ਟੀਮਾਂ ਨੂੰ ਬੇਨਤੀ ਹੈ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਨੇ ਸਾਰੀਆਂ ਹੀ ਐਂਟਰ ਹੋ ਜਾਣ ਪਰ ਨਾਲ ਹੀ ਲਖਵੀਰ ਸਿੰਘ ਲੱਖਾ ਕੈਨੇਡੀਅਨ ਉਹ ਸਾਡੇ ਗੋਪੀ ਵੀਰ ਨੂੰ ਫੋਨ ਆਇਆ ਉਹ ਕਹਿੰਦਾ ਮੈਂ ਜੁੜ ਚੁੱਕਿਆ ਇੰਟਰਨੈਟ ਜ਼ਰੀਏ ਲੱਖਾ ਮੇਰਾ ਵੀਰ ਬਲਵੀਰ ਸਿੰਘ ਦਾ ਛੋਟਾ ਭਰਾ ਉਹ ਸਾਡੇ ਨਾਲ ਜੁੜ ਚੁੱਕਿਆ ਇੰਟਰਨੈਟ ਦੇ ਜ਼ਰੀਏ ਅਸੀਂ ਜੀ ਆਇਆਂ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਇਹਨਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੀ ਜਿਹੜਾ ਇਹ ਟੂਰਨਾਮੈਂਟ ਆ ਉਹ ਹਰ ਸਾਲ ਆ ਜਿਹੜਾ ਸੰਭਵ ਹੁੰਦਾ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਇਹ ਟੂਰਨਾਮੈਂਟ ਪੂਰੀ ਸ਼ਾਨੋ ਸ਼ੌਕਤ ਨਾਲ ਕਰਾਉਂਦੇ ਹਾਂ ਸੋ ਸਾਰੇ ਹੀ ਐਨ ਆਰ ਆਈ ਵੀਰ ਜਿੰਨੇ ਨੈੱਟ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਆ ਜਾਂ ਜੁੜਨ ਜਾ ਰਹੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਸਮੁੱਚੇ ਕਲੱਬ ਵੱਲੋਂ ਸਮੁੱਚੇ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਨਾਲ ਹੀ ਸਾਡਾ ਵੀਰ ਹਰਮੇਲ ਕਹਿ ਲਈਏ ਨਿਊਜ਼ੀਲੈਂਡ ਦੇ ਵਿੱਚ ਇੰਟਰਨੈਟ ਦੇ ਜ਼ਰੀਏ ਕਹਿ ਲਈ ਵਿਸ਼ੇਸ਼ ਤੌਰ ਤੇ ਜੁੜ ਗਏ ਹਰਮੇਲ 6100 ਰੁਪਏ ਦੀ ਵੱਡੀ ਮਾਈਕ ਸਦਾ ਪੁੱਜਦੀ ਕਰਦਾ ਏ ਕਰਨਪਾਲ ਦੇ ਚਾਚਾ ਜੀ ਨੇ ਵੱਡਾ ਧੰਨਵਾਦ ਕਰਦੇ ਆ ਹਰਮੇਲ ਸਿੰਘ ਜੀ ਨਿਊਜ਼ੀਲੈਂਡ ਲੱਖਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਜੁੜ ਗਿਆ ਜੀ ਨਾਲ ਹੀ ਇਸ ਮੁਕਾਬਲੇ ਤੋਂ ਬਾਅਦ ਅਮਰੀਕ ਖੋਸਾ ਕੋਟਲਾ ਤਿਆਰੀ ਫੜ ਲਵੇ ਇਸ ਮੁਕਾਬਲੇ ਤੋਂ ਬਾਅਦ ਅਮਰੀਕ ਕੋਟਲਾ ਤਿਆਰੀ ਫੜ ਲਵੇ ਅਗਲੀ ਕਬੱਡੀ ਜੋਤ ਪਿੰਡਰਾਂ ਦੀ ਧਰਤੀ ਦਾ ਮੇਰੇ ਵੀਰੋ ਵੱਧ ਬੋਲਦਾ ਧਾਵਾ ਕੇ ਚੜ੍ਹਦੀ ਜਵਾਨੀ ਦਾ ਨਾ ਮਾਣ ਕਰੀਏ ਕਿ ਨੀਲੀ ਛੱਤ ਵਾਲੇ ਤੋਂ ਹਮੇਸ਼ਾ ਡਰੀਏ ਐਸਾ ਕੰਮ ਵੀ ਕਦੇ ਨਾ ਕਰੀਏ ਜਿਹਦੇ ਪਿੱਛੋਂ ਪਵੇ ਪਛਤਾਉਣਾ ਮਿੱਤਰੋ ਕਿ ਜਿਹੜਾ ਬੰਦਾ ਬਹੁਤੀਆਂ ਅੱਖਾਂ 'ਚ ਰੜ ਕੇ ਹੁੰਦਾ ਕੁਝ ਦਿਨਾਂ ਦਾ ਪਰਾਉਣਾ ਮਿੱਤਰੋ ਜੋਤ ਨੌਜਵਾਨ ਇਸ ਵੇਲੇ ਲੋਹਾਰੇ ਵਾਲਿਆਂ ਦੀ ਅੱਖ ਵਿੱਚ ਰੜਕਦਾ ਏ ਅਗਲੀ ਕਬੱਡੀ ਲੋਹਾਰੇ ਵਾਲਾ ਪਿੰਡਾ ਮੇਰੇ ਵੀਰੋ ਕਿ ਜੋਗੀ ਵਾਲੀ ਪੱਪੂ ਦੀ ਖੁਰਾਕ ਖੁੱਲੀ ਡੁੱਲੀ ਹੈ ਰੌਲੀ ਵਾਲੇ ਪਿੰਡੀ ਦੀ ਕੈਨੇਡਾ ਵਿੱਚ ਕੁੱਲੀ ਹੈ ਪੱਕੇ ਰਹਿਣ ਬਸੇਰੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਾਈਕਲ ਨਹੀਂ ਸੀ ਕਦੇ ਨਸੀਬ ਹੋਏ ਉਹਨਾਂ ਦੇ ਵਿੱਚੋਂ ਦਿਨ ਫੇਰੇ ਤੈਨੂੰ ਖੇਡ ਕੇ ਕਬੱਡੀ ਨਹੀਂ ਦਿੰਦੇ ਦੇਖੇ ਬੁਲਟਾਂ ਦੇ ਉਹ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਲਵਾ ਤੇ ਕੈਨੇਡਾ ਦੇ ਟੂਰ ਤੋਂ ਤੇਰੇ ਸਦਕੇ ਜਾਵਾਂ ਮੈਂ ਕਬੱਡੀ ਕਈਆਂ ਘਰਾਂ ਦੀ ਕਰਦੀ ਗਰੀਬੀ ਦੂਰ ਤੋਂ ਤੈਨੂੰ ਮੇਰੇ ਵੱਧ ਕੋਸ਼ਿਸ਼ ਕਰਦਾ ਲੋਹਾਰੇ ਵਾਲੇ ਪਿੰਡੇ ਨੂੰ ਜੱਫਾ ਲਾਉਣ ਦੀ ਹੰਦਿਆਂ ਦੇ ਲਾਗੇ ਨੌਜਵਾਨ ਕਹਿ ਲਈਏ ਪਰ ਬਗਲ ਪੁੱਠਾ ਕਰ ਸੁੱਟਣ ਦੀ ਕੋਸ਼ਿਸ਼ ਨਾਲ ਹੀ ਤੀਆਂ ਸਕਿੰਟਾਂ ਦਾ ਘੁੱਗੂ ਵੱਜਿਆ ਖਤਰੇ ਦਾ ਘੁੱਗੂ ਅਗਲੀ ਕਬੱਡੀ ਗੁਰਜੀਤ ਕਹਿ ਲਈਏ ਸਲੀਨ ਪਿੰਡ ਵਾਲਾ ਗੁਰਜੀਤ ਦੀ ਪਾਈ ਹੋਈ ਕਬੱਡੀ ਕਿ ਗੁੰਦਿਆ ਗੁਰਜੀਤ ਪਿਆ ਮੇਰੇ ਵੀਰੋ ਗੁੰਦਿਆ ਸਰੀਰ ਹੈ ਨੌਜਵਾਨ ਦਾ ਗੁਰਜੀਤ ਦੀ ਪਾਈ ਹੋਈ ਕਬੱਡੀ ਕਿ ਮਾੜਾ ਖੇਡ ਖਿਡਾਰੀ ਹੁੰਦਾ ਤਗੜਾ ਸਿੱਧਾ ਨਹੀਂ ਕੋਈ ਤਗੜਾ ਜੰਮਦਾ ਜਿਹੜਾ ਬੰਦਾ ਫਿਰੇ ਰਾਤੋ ਰਾਤ ਬੰਨ ਨੂੰ ਸਟਾਰ
ਹੈਲੋ ਹੈਲੋ ਨਾਲ ਹੀ ਜੇਲੂ ਦੇ ਪਾਪਾ 500 ਰੁਪਏ ਭੇਜਦੇ ਨੇ ਬੋਲਾ ਇਸ ਵੇਲੇ ਜੇਲੂ ਦੇ ਲਈ 500 ਰੁਪਏ ਭੇਜਦੇ ਨੇ ਲੱਗਦੇ ਹੋਏ ਜੱਫੇ ਤੇ ਔਰ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਬਿਜਲੀ ਦੇ ਕਰਮਚਾਰੀ ਜਿਹੜੇ ਬਾਈ ਜੋਧੇ ਹੋਣੀ ਤਰਸੇਮ ਹੋਣੀ ਬਾਈ ਪ੍ਰਗਟ ਸਿੰਘ ਹੋਣੀ ਸਾਹਮਣੇ ਬੈਠੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬੜੀਆਂ ਤਕੜੀਆਂ ਸੇਵਾਵਾਂ ਨੇ ਸਾਡੇ ਪਿੰਡ ਲਈ ਇਹਨਾਂ ਦੀਆਂ ਬੇਨਤੀ ਵੀ ਇਹਨਾਂ ਦੇ ਸਾਹਮਣੇ ਕਿ ਗ੍ਰਿੱਡ ਤੇ ਥੋੜੀ ਜਿਹੀ ਗੱਲਬਾਤ ਕਰਕੇ ਸਾਰੇ ਪਿੰਡਾਂ ਦੇ ਵਿੱਚ ਕੇਬਲਾਂ ਚੱਲਦੀਆਂ ਉਹਨਾਂ ਨੂੰ ਕਹੋ ਵੀ ਅੱਜ ਦੀ ਦਿਹਾੜੀ ਕਿਰਪਾ ਕਰਕੇ ਜਿਹੜੇ ਕੱਟ ਆ ਥੋੜੇ ਜਿਹੇ ਘਟਾ ਦਿੱਤੇ ਜਾਣ ਜਾਂ ਬਿਲਕੁਲ ਹੀ ਬੰਦ ਕਰ ਦਿੱਤੇ ਜਾਣ ਧੰਨਵਾਦ ਹੋਵੇਗਾ ਉਹਨਾਂ ਵੀਰਾਂ ਦਾ ਵੀ ਤੇ ਨਾਲ ਹੀ ਤੁਹਾਡਾ ਵੀ ਨਾਲ ਹੀ ਬੋਲਾਂ ਤੋਂ ਖੁਸ਼ ਹੋ ਗਏ ਬੰਨੀ ਸਿੱਧੂ 500 ਰੁਪਏ ਦੇ ਮਾਣ ਕਰਦਾ ਏ ਕਿ ਯਾਰਾਂ ਦਾ ਯਾਰ ਦਿਲੋਂ ਕਰਦਾ ਪਿਆਰ ਜਿੱਥੇ ਆਣ ਖੜਦਾ ਘਰ ਘਰ ਮਾਵਾਂ ਨੇ ਪੁੱਤ ਜੰਮਦੀਆਂ ਬੰਨੀ ਸਿੱਧੂ ਤੇਰੇ ਵਰਗਾ 500 ਰੁਪਏ ਪੁੱਜਦਾ ਕਰਦਾ ਏ ਮੇਰੇ ਲਈ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਖਤਰੇ ਦਾ ਘੁੱਗੂ ਵੱਜਿਆ ਏ ਤੇ ਇਸ ਤੋਂ ਅਗਲਾ ਮੁਕਾਬਲਾ ਟੱਲੇ ਕਿਤੇ ਕਲ ਕਲਾਂ ਦੇ ਵਿਚਕਾਰ ਖੇਡਿਆ ਜਾਵੇਗਾ ਮੰਗਲ ਕਾਲੀ ਦਾ ਕਹਿ ਲਈਏ ਦੇਸੀ ਘਿਓ ਦਾ ਟੇਨ ਦਿੱਤਾ ਜਾਵੇਗਾ ਬੰਨੀ ਸਿੱਧੂ ਵੱਲੋਂ ਅਗਲੀ ਕਬੱਡੀ ਨੌਜਵਾਨ ਕਹਿ ਲਈਏ ਲੱਖਾਂ ਪਾਉਂਦਾ ਹੋਇਆ ਕਿ ਲੱਲੇ ਉੱਤੇ ਲੱਖਾਂ ਯਾਰੋ ਸੱਸੇ ਤੇ ਸਰੂਰ ਹੈ ਕਿ ਗੱਗੇ ਉੱਤੇ ਗਾਜੀਪੁਰੀ ਇੱਕ ਕੌਡੀ ਚ ਮਸ਼ਹੂਰ ਹੈ ਕਹਿ ਲਈਏ ਲੱਖਾਂ ਗਾਜੀਪੁਰੀ ਇੱਕ ਮਸ਼ਹੂਰ ਹੈ ਕਾਹ ਨੌਜਵਾਨ ਲੱਖਾਂ ਔਰ ਨਾਲ ਹੀ ਡਾਕਟਰ ਲਖਵੀਰ ਸਿੰਘ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸਲਾਹਕਾਰ ਨੇ ਸਾਡੇ ਹਰ ਔਕੜ ਮੁਸ਼ਕਲ ਮੌਕੇ ਉਹ ਸਾਨੂੰ ਇੱਕ ਸੁਚੱਜੀ ਸਲਾਹ ਦਿੰਦੇ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਲਖਵੀਰ ਸਿੰਘ ਅਗਲੀ ਕਬੱਡੀ ਜੋਤ ਕਹਿ ਲਈਏ ਭਿੰਡਰਾਂ ਦੀ ਧਰਤੀ ਦਾ ਜੋਤ ਨੇ ਕਬੱਡੀ ਪਾ ਦਿੱਤੀ ਹੈ ਨਾਲ ਹੀ 2 ਨੰਬਰ ਤੋਂ ਨੌਜਵਾਨ ਵੱਧ ਕੋਸ਼ਿਸ਼ ਕਰਦਾ ਪਰ ਸਾਡੇ ਇਕਬਾਲ ਮੱਦੋ ਕੇ ਨਹੀਂ ਮੰਨਦੇ ਪੁਆਇੰਟ ਧਾਵੀ ਦੇ ਹੱਕ ਵਿੱਚ ਹੋ ਗਿਆ ਜੀ ਅਗਲੀ ਕਬੱਡੀ ਪਿੰਡਾ ਲੋਹਾਰੇ ਪਿੰਡ ਦਾ ਤਿਆਰੀ ਫੜਦਾ ਹੋਇਆ ਨਾਲ ਹੀ ਦਿਲਬਾਗ ਸਾਡੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਮਾਸਟਰ ਜੀ ਹਰਚੰਦ ਸਿੰਘ ਜਿਨ੍ਹਾਂ ਨੇ ਸਾਨੂੰ ਪੜ੍ਹਨੇ ਪਾਇਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਬੋਲਣਾ ਸਿੱਖੇ ਹਾਂ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀਓ ਆਇਆਂ ਕਹਿੰਦੇ ਹਾਂ ਮਾਸਟਰ ਹਰਚੰਦ ਸਿੰਘ ਜੀ ਦਾ ਨਾਲ ਹੀ ਜਗਸੀਰ ਲਾਲੂ ਕਹਿੰਦਾ ਏ ਆਸ ਪਾਸ ਦੇ ਨਗਰਾਂ ਵਿੱਚ ਕੋਈ ਵੀ ਬੇਰੁਜ਼ਗਾਰ ਹੋਵੇ ਤਾਂ ਸਾਨੂੰ ਆ ਕੇ ਮਿਲੇ ਕਹਿ ਲਈਏ ਨਾਲ ਹੀ ਠਾਈਵਾਂ ਸ਼ਾਨਦਾਰ ਜੋੜ ਮੇਲਾ ਹੋਵੇਗਾ ਬਰਨਾਲੇ ਦੀ ਧਰਤੀ ਤੇ 24 ਤੇ 25 ਤਰੀਕ ਕਹਿ ਲਈਏ ਵੱਡੇ ਸਾਦੇ ਦਿੰਦੇ ਨੇ ਖਿਡਾਰੀਆਂ ਨੂੰ ਜਿੱਥੇ ਕਹਿ ਲਈਏ ਕਬੱਡੀ 55 ਕਿੱਲੋ 60 ਕਿੱਲੋ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਨਾਲ ਹੀ ਇਸ ਵੇਲੇ ਲਾ ਤਕੜਾ ਜੱਫਾ ਨੌਜਵਾਨ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਕਬੱਡੀ ਨੌਜਵਾਨ ਲੱਖਾਂ ਕਹਿ ਲਈਏ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਵਿਹੜੇ ਚਾਰਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਕੇ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ ਜਿਹੜੀ ਧਰਤ ਵਿੱਚ ਪੂਰੀ ਗਿੱਲ ਹੋਵੇ ਉੱਥੇ ਹੁੰਦੀ ਹੈ ਫਸਲ ਢੇਰ ਪੈਦਾ ਇਸ ਵੇਲੇ ਕਹਿ ਲਈਏ ਜਿਹੜੇ ਮਾਪਿਆਂ ਦੀ ਕੀਤੀ ਹੋਵੇ ਤਪੱਸਿਆ ਉਹਦੇ ਘਰ ਹੁੰਦਾ ਪੁੱਤ ਪਲੇਅਰ ਪੈਦਾ ਗੇਲੂ ਕਹਿ ਲਈਏ ਲਾ ਤਕੜਾ ਜੱਫਾ ਜਿਸਦੇ ਪਾਪਾ 500 ਰੁਪਏ ਭੇਜਦੇ ਨੇ ਗੇਲੂ ਦੇ ਲਈ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਟੱਲੇ ਕਿਤੇ ਕਲ ਕਲਾਂ ਆਵੇ ਟੱਲੇ ਕਿਤੇ ਕਲ ਕਲਾਂ ਆਵੇ ਗੇਲੂ ਤਕੜਾ ਜੱਫਾ ਲਾ ਨੌਜਵਾਨ ਬੱਲੇ ਬੱਲੇ ਕਰਵਾਈ ਹੈ ਅਗਲੀ ਕਬੱਡੀ ਗੁਰਜੀਤ ਸਿੰਘ ਕਬੱਡੀ ਪਾਉਂਦਾ ਹੋਇਆ ਸਲੇਣੇ ਪਿੰਡ ਦਾ ਗੁਰਜੀਤ ਇੱਕ ਤੋਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ ਗੁਰਜੀਤ ਦੀ ਪਾਈ ਹੋਈ ਕਬੱਡੀ ਦੁਨੀਆ ਦਾ ਸਟਾਰ ਖਿਡਾਰੀ ਹੈ ਕਿ ਬਣਾਉਂਦੇ ਰਹਿਣ ਡੋਲਿਆਂ ਤੇ ਚੀਤੇ ਸ਼ੇਰ ਮਾਲਕਾ ਰੱਖੀ ਤੂੰ ਖਿਡਾਰੀਆਂ ਤੇ ਮਿਹਰ ਮਾਲਕਾ ਵੱਡੀ ਮਿਹਰ ਹੈ ਗੁਰਜੀਤ ਸਲੇਣੇ ਪਿੰਡ ਵਾਲੇ ਤੇ ਨਾਲ ਹੀ ਇਕਬਾਲ ਮੱਦੋ ਕੇ ਫੈਸਲੇ ਕਰਦੇ ਹੋਏ ਪੁਆਇੰਟ ਧਾਵੀ ਦੇ ਹੱਕ ਵਿੱਚ ਹੋ ਗਿਆ ਜੀ ਟੱਲੇ ਕਿਤੇ ਕਲ ਕਲਾਂ ਆਵੇ ਜੀ ਟੱਲੇ ਕਿਤੇ ਕਲ ਕਲਾਂ ਆਵੇ ਟੱਲੇ ਕੇ ਦੀ ਟੀਮ ਹੱਥ ਖੜਾ ਕਰੇ ਪੁੱਜ ਗਈ ਹੈ ਟੱਲੇ ਕੇ ਜੀ ਕਲ ਕਲਾਂ ਜੀ ਕਲ ਕਲਾਂ ਹੱਥ ਖੜਾ ਕਰੇ ਠੀਕ ਹੈ ਜੀ ਪੁੱਜੀ ਹੋਈ ਹੈ ਕਲ ਕਲਾਂ ਪੁੱਜੀ ਹੋਈ ਹੈ ਟੱਲੇ ਕੇ ਦਾ ਇੰਤਜ਼ਾਰ ਹੈ ਅਗਲੀ ਕਬੱਡੀ ਪਿੰਡਾ ਲੋਹਾਰੇ ਪਿੰਡ ਦਾ ਕਹਿ ਲਈਏ
ਹੈ ਫਕਰਾਂ ਦੀ ਕਿਰਪਾ ਨੇ ਪਿੰਡ ਭਗਤੇ ਵਾਲੇ ਤੇ, ਵੱਡੀ ਕਿਰਪਾ ਲੋਹਾਰੇ ਵਾਲੇ ਕਹਿ ਲਈਏ ਸੰਤ ਬਾਬਾ ਦਾਮੂ ਸ਼ਾਹ ਜੀ, ਧੰਨ ਧੰਨ ਬਾਬਾ ਦਾਮੂ ਸ਼ਾਹ ਜੀ ਕਹਿ ਲਈਏ ਸਮੁੱਚੇ ਨਗਰ ਤੇ, ਵੱਡੀ ਮੇਅਰ ਪਿੰਡ ਦੀ ਪਾਈ ਹੋਈ ਕਬੱਡੀ ਵੱਖਰਾ ਜਿਹਾ ਹੇਅਰ ਸਟਾਈਲ ਕਹਿ ਲਈਏ, ਇਸ ਵੇਲੇ ਕਿ ਇਸ ਵੇਲੇ ਨੌਜਵਾਨ ਭੱਜਣ ਦੀ ਪੂਰੀ ਕੋਸ਼ਿਸ਼ ਆਉਂਦੇ ਨੇ, ਲਾਗੇ ਟੱਕਰ ਹੋਈ ਹੈ ਕਿ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ, ਘੜਿਆ ਝਣਾ ਤੋਂ ਮੈਨੂੰ ਲਾ ਦੇ ਪਾਰ ਵੇ, ਨੌਜਵਾਨ ਪਾਲ ਲੱਗਾ ਪਿੰਡਾਂ ਲੋਹਾਰੇ ਵਾਲਾ, ਇੱਕ ਅੰਕ ਦਾ ਵਾਧਾ ਕਰਦਾ ਹੋਇਆ ਨਾਲ ਹੀ ਅਗਲੀ ਕਬੱਡੀ ਇਸ ਵੇਲੇ ਜੋਤ ਪਿੰਡਰਾਂ ਦੀ ਧਰਤੀ ਦਾ ਕਹਿ ਲਈਏ ਵੱਧ ਬੋਲਦਾ ਧਾਵਾ ਕਿ ਚੱਕੀ ਦੇ ਬੜਵਰਗੀ ਛਾਤੀ ਜਿਗਰੇ ਗਾਰਡਨ ਨੇ ਜੂੰਝ ਜੂੰਝ ਕੇ ਹੰਧਿਆਂ ਨੂੰ ਟੱਚ ਕਰਦੇ ਬਾਰਡਨ ਦੇ ਨੌਜਵਾਨ ਜੂੰਝੇ, ਔਰ ਨਾਲ ਹੀ ਤੱਲੇ ਕਿਤੇ ਗੱਲ ਗਲਾਂ ਵਿੱਚ ਅਗਲੀ ਗੱਲ ਮਾਈਕ ਤੇ ਅਮਰੀਕ ਜੀ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸ਼ਿੰਦਾ ਵੀਰ, ਸਾਡਾ ਕਬੱਡੀ ਖਿਡਾਰੀ ਸਾਡੇ ਦਰਮਿਆਨ ਪਹੁੰਚ ਚੁੱਕਿਆ, ਨਾਲ ਦੀ ਨਾਲ ਹੀ ਅਸੀਂ ਜਿੰਨੇ ਵੀ ਸਾਡੇ ਇੱਥੇ ਸਟਾਲਾਂ ਲਾਈਆਂ ਬੰਦੇ ਰੇਹੜੀਆਂ ਵਾਲੇ ਆ, ਬੇਨਤੀ ਕਰਦੇ ਹਾਂ ਵੀ ਸਾਡੀ ਟੈਂਕੀ ਤੋਂ ਕਿਰਪਾ ਕਰਕੇ ਪਾਣੀ ਨਾ ਲਓ, ਅਸੀਂ ਵਾਰ ਵਾਰ ਬੇਨਤੀ ਕਰਦੇ, ਹੁਣ ਤਾਂ ਬੇਨਤੀ ਆ ਮੁੜ ਕੇ ਹੀ ਸਖਤੀ ਵਰਤਾਂਗੇ, ਪਾਣੀ ਗੁਰਦੁਆਰਾ ਸਾਹਿਬੋਂ ਲੈ ਕੇ ਆਓ, ਸਾਨੂੰ ਪਿੰਡ ਟੈਂਕੀ ਭਰਨ ਜਾਣੀ ਬੜੀ ਔਖੀ ਆ ਮੁੜ ਕੇ ਬਾਅਦ ਚ। ਹੈਲੋ ਫਰੀਦਾ ਖਾਕ ਨਾ ਨਿੰਦੀਏ ਖਾਕ ਜੇਟਣਾ ਕੋਏ, ਜੀਵਦਿਆਂ ਪੈਰਾਂ ਥੱਲੇ ਔਰ ਮਰਿਆ ਉੱਪਰ, ਇਹ ਮਿੱਥਰ ਰੰਗਲਾ ਪੰਜਾਬ ਮੇਰਾ, ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ, ਸਰਬੰਸ ਵਾਰ ਕੇ ਰੱਬ ਨੂੰ ਹਾਲ ਦੱਸੇ, ਸੌਂਗੇ ਕੰਡਿਆ ਉੱਤੇ ਮੁਰੀਦ ਜਿੱਥੇ, ਵੱਡੇ ਵੱਡੇ ਧਾੜਵੀਆਂ ਦੇ ਜਿੱਥੋਂ ਨੇ ਮੂੰਹ ਮੁੜ ਗਏ, ਮਹਿਕ ਸੁੰਘ ਕੇ ਜਿੱਥੋਂ ਗੁਲਾਬ ਦੀ ਜੀ, ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ, ਕੌਡੀ ਖੇਡੇ ਉਸ ਪੰਜਾਬ ਦੀ ਜੀ, ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ, ਕੌਡੀ ਖੇਡੇ ਉਸ ਪੰਜਾਬ ਦੀ ਜੀ। ਅੱਜ ਰੰਗਲੇ ਪੰਜਾਬ ਦੀ ਰੰਗਲੀ ਖੇਡ ਖੇਡੀ ਜਾ ਰਹੀ ਹੈ, ਕਬੱਡੀ ਦਾ ਗੁਲਾਬ ਖੇਡਿਆ ਵੱਡਾ ਇਕੱਠ ਹੈ, ਔਰ ਜਿਸ ਤਰ੍ਹਾਂ ਕਹਿੰਦੇ ਵੀ ਦਿਨ ਢਲਦਾ ਜਾਵੇਗਾ ਮੈਚ ਟੈਟ ਹੋਈ ਜਾਣੇ ਆ, ਦਰਸ਼ਕਾਂ ਦਾ ਇਕੱਠ ਵਧੀ ਜਾਣਾ, ਜਿਹੜੇ ਸਵਾਦਾਂ ਦੇ ਵਿੱਚ ਵਾਧੇ ਹੋਈ ਜਾਣੇ ਆ, ਔਰ ਵੱਡੀਆਂ ਰੌਣਕਾਂ ਲੱਗੀਆਂ ਨੇ ਅੱਜ ਸਾਹਮਣੇ ਦੇਖਦੇ ਵੀ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਟੀਮ ਕਹਿੰਦੇ ਵੀ ਜਿਹੜੀ ਕੜਿਆਲ ਦੀ ਖੇਡ ਰਹੀ ਹੈ, ਦੂਜੇ ਪਾਸੇ ਟੀਮ ਕਹਿੰਦੇ ਵੀ ਲੋਹਾਰੇ ਦੀ ਟੀਮ ਹੈ, ਲਓ ਸਾਹਮਣੇ ਲੋਹਾਰੇ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ, ਲਓ ਸਾਹਮਣੇ ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ, ਨਾਲ ਦੋ ਬੱਚੇ ਆ ਛੋਟੇ ਜਿਹੇ, ਉਹਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਹੈ। ਦਸ ਤੇ ਸਾਢੇ ਪੰਦਰਾਂ ਦੇ ਮੁਕਾਬਲੇ ਕੜਿਆਲ ਦੀ ਹੈਲੋ 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 ਬਾਈ ਰਾਮ ਜੀ, ਅਮਰੀਕ ਵਾਲਾ ਮਾਈਕ ਬੰਦ ਹੋ ਗਿਆ। ਹੈਲੋ, ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਸਾਡੇ ਕੋਲ ਐਂਟਰ ਹੋ ਸਕਦੀ ਹੈ, ਓਪਨ ਦੀ ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਸਾਡੇ ਕੋਲ ਐਂਟਰ ਹੋ ਸਕਦੀ ਹੈ। ਹੈਲੋ, ਔਰ ਨਾਲ ਹੀ ਸਾਡੇ ਸਰਦਾਰ ਕੁਲਵੰਤ ਸਿੰਘ ਸ਼ਿੰਦਾ ਜੋ ਕਬੱਡੀ ਖਿਡਾਰੀ, ਉਹਨਾਂ ਦੇ ਫਾਦਰ ਸਾਹਿਬ ਨੇ, ਉਹਨਾਂ ਨੇ ਸਾਨੂੰ ਹੁਣੇ ਹੁਣੇ ਦੱਸਿਆ ਕਿ ਕਲੱਬ ਦੀ ਜੋ ਵੀ ਟੀਮ ਫਸਟ ਆਵੇਗੀ ਉਹਨਾਂ ਵੱਲੋਂ ਸਪੈਸ਼ਲ ਤੌਰ 'ਤੇ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਕਬੱਡੀ ਖਿਡਾਰੀ ਸ਼ਿੰਦਾ ਖੋਸਾ ਰਣਧੀਰ ਦਾ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਕੁਲਵੰਤ ਸਿੰਘ, ਉਹਨਾਂ ਨੇ ਸਾਨੂੰ ਹੁਣੇ ਫੋਨ ਕਰਕੇ ਕਿਹਾ ਉਹ ਆਪ ਕਿਤੇ ਦੂਰ ਨੇ, ਵੀ ਜਿਹੜੀ ਇਹ ਕਲੱਬ ਟੀਮ ਫਸਟ ਆਵੇਗੀ ਉਸ ਨੂੰ 1000 ਰੁਪਈਆ ਸਪੈਸ਼ਲ ਨਾਮ ਉਹਨਾਂ ਵੱਲੋਂ ਦਿੱਤਾ ਜਾਵੇਗਾ। ਅਸੀਂ ਸਮੂਹ ਪ੍ਰਬੰਧਕ ਤੇ ਨਗਰ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲੱਖੇ ਗੇਰ ਇਹਦਾ ਥੋੜਾ ਜਿਹਾ ਹੋਰ ਪਾਲਾ, ਲੱਖੇ ਵੀਰ ਗੇਰ ਇਹਦਾ ਥੋੜਾ ਜਿਹਾ ਵੱਡਾ ਕਰ, ਥੋੜਾ ਜਿਹਾ ਖਿੱਚ ਕੇ ਗੇੜਾ ਦੇ। ਜਿਹੜੇ ਦੂਜੇ ਸੇਵਾਦਾਰ ਉਹਨਾਂ ਨੂੰ ਬੇਨਤੀ ਆ ਵੀ ਵੱਡੇ ਜਨਰੇਟਰ ਨੂੰ ਗੇੜਾ ਪਾਇਆ ਜਾਵੇ, ਆਪਣਾ ਵੱਡਾ ਜਨਰੇਟਰ ਆ ਜਿਹੜਾ ਉਹਨੂੰ ਗੇੜਾ ਪਾਇਆ ਜਾਵੇ। ਜਸਵਿੰਦਰ ਸਿੰਘ ਜੀ ਰਿਪੀ ਮੈਂਬਰ ਸਾਹਿਬ ਸਾਡੇ ਦਰਮਿਆਨ ਪਹੁੰਚ ਚੁੱਕੇ ਆ, ਜੀ ਆਇਆਂ ਕਹਿੰਦੇ ਨੇ ਜਸਵਿੰਦਰ ਸਿੰਘ ਜੀ ਰਿਪੀ। ਔਰ ਨਾਲ ਹੀ ਜਿੰਨਾ ਚਿਰ ਪਾਣੀ ਦਾ ਛਿੜਕਾਅ ਹੋ ਰਿਹਾ, ਜਿੰਨਾ ਵੀ ਸੱਜਣਾਂ ਨੇ ਇਸ ਟੂਰਨਾਮੈਂਟ ਲਈ ਸਾਨੂੰ ਵਿੱਤੀ ਸਹਾਇਤਾ ਦਿੱਤੀ ਆ, ਪ੍ਰਧਾਨ ਸਾਹਿਬ ਸਾਡੇ ਗੁਰਵਿੰਦਰ ਸਿੰਘ ਪੱਪੀ ਉਹਨਾਂ ਦੇ ਨਾਂ ਅਨਾਊਂਸ ਕਰਨਗੇ। ਜਿੰਨਾ ਵੀ ਸੱਜਣਾਂ ਨੇ ਸਾਨੂੰ ਵਿੱਤੀ ਸਹਾਇਤਾ ਦਿੱਤੀ ਇਸ ਟੂਰਨਾਮੈਂਟ ਲਈ ਉਹਨਾਂ ਦੇ ਨਾਮ ਬਾਲਟੀ ਸਾਈਡ ਤੇ ਕਰ ਦੀ ਵੀਰੇ ਬਾਲਟੀ। ਹਾਂਜੀ, ਜਿੰਨਾ ਜਿੰਨਾ ਵੀਰ ਭਰਾਵਾਂ ਨੇ ਐਨ ਆਰ ਆਈ ਵੀਰਾਂ ਨੇ ਸਾਨੂੰ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦੇ ਨਾਮ ਅਸੀਂ ਉਹਨਾਂ ਅਨਾਊਂਸ ਕਰਨ ਲੱਗੇ ਹਾਂ। ਸਰਦਾਰ ਸੁਖਜਿੰਦਰ ਸਿੰਘ ਜਨਰਲ ਸਕੱਤਰ ਬੀ ਕੇ ਯੂ ਅਤੇ ਉਹਨਾਂ ਦੇ ਭਰਾਤਾ ਗੁਰਮੇਲ ਸਿੰਘ ਅਤੇ ਗੁਰਮੇਲ ਸਿੰਘ ਦੇ ਲੜਕੇ ਗੁਰਪਾਲ ਸਿੰਘ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਸਾਨੂੰ ਕਲੱਬ ਦਾ ਪਹਿਲਾ ਨਾਮ 48,000 ਰੁਪਏ ਦਿੱਤਾ ਗਿਆ। ਅਸੀਂ ਕਲੱਬ ਵੱਲੋਂ ਸਰਦਾਰ ਗੁਰਪਾਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਗੁਰਿੰਦਰ ਸਿੰਘ ਅਤੇ ਸੋਨੀ ਕਨੇਡੀਅਨ ਹੈਰੀ ਖੋਸਾ 21,000 ਰੁਪਏ, ਰਮਨਦੀਪ ਸਿੰਘ ਰਿੰਕੀ ਸਰਪੰਚ ਸਾਹਿਬ 15,000 ਰੁਪਏ, ਸਰਦਾਰ ਜਸਵਿੰਦਰ ਸਿੰਘ ਸਾਹਿਬ 11,000 ਰੁਪਏ, ਅਮਰਜੀਤ ਸਿੰਘ ਕਨੇਡੀਅਨ ਥਾਣਾ ਬਜਾਜ ਸਿੰਘ 11,000 ਰੁਪਏ, ਮਨਜੀਤ ਸਿੰਘ ਸਪੇਨ ਵਾਲੇ ਅਤੇ ਉਹਨਾਂ ਦੇ ਭਰਾ ਸੁਖਮੰਦਰ ਸਿੰਘ ਦੁਬਈ ਵਾਲੇ ਥਾਣਾ, ਸਰਦਾਰ ਨੱਥਾ ਸਿੰਘ ਜੀ 11,000 ਰੁਪਏ ਉਹਨਾਂ ਵੱਲੋਂ ਦਿੱਤੇ ਜਾਂਦੇ ਆ। ਸਰਦਾਰ ਕਮਲਜੀਤ ਸਿੰਘ ਅਤੇ ਕਾਬਲ ਸਿੰਘ ਜੀ ਕਨੇਡਾ ਵਾਲੇ
ਥਾਣਾ ਸਰਦਾਰ ਲੇਜੋ ਸਿੰਘ ਜੀ ਉਹਨਾਂ ਵੱਲੋਂ 11,000 ਰੁਪਏ, ਹਰਮੇਲ ਵਾਲੇ 6,100 ਰੁਪਏ, ਸਤਨਾਮ ਸਿੰਘ ਸੱਤਾ ਜੋ ਨੰਬਰਦਾਰ ਸਾਧੂ ਸਿੰਘ ਦੇ ਗੁਰਜੰਟ ਸਿੰਘ ਦੇ ਭਾਣਜਾ ਸਾਹਿਬ ਨੇ ਅਤੇ ਹਰਨੂਰ ਸਿੰਘ ਕਨੇਡੀਅਨ ਸਰਦਾਰ ਸਿੰਘ ਕਨੇਡੀਅਨ ਦੇ ਲੜਕੇ ਹਨ ਉਹਨਾਂ ਵੱਲੋਂ 11,000 ਰੁਪਏ, ਡੀ ਐੱਸ ਪੀ ਸੁਰਜੀਤ ਸਿੰਘ ਜੀ ਖੋਸਾ ਸਾਹਿਬ 5,100 ਰੁਪਏ, ਜਗਦੇਵ ਸਿੰਘ ਕੋਚ ਸਾਹਿਬ ਰੱਸਾਕਸ਼ੀ ਜੋ ਸਾਨੂੰ ਕੱਲ੍ਹ ਉਹਨਾਂ ਨੇ ਇੱਥੇ ਮੈਚ ਕਰਾਏ ਆ, ਬਹੁਤ ਵੱਡਾ ਉਹਨਾਂ ਨੇ ਰੋਲ ਅਦਾ ਕੀਤਾ, ਉਹਨਾਂ ਵੱਲੋਂ 5,100 ਰੁਪਏ, ਜੋਗਾ ਸਿੰਘ ਸਪੇਨ ਵਾਲੇ ਸਰਦਾਰ ਲਛਮਣ ਸਿੰਘ ਦੇ ਲੜਕੇ ਨੇ 5,100 ਰੁਪਏ, ਦਰਸ਼ਨ ਸਿੰਘ ਸਾਨਵ ਗੁਰਦਿਆਲ ਸਿੰਘ ਜੋ ਬੀਤਾ ਜੀ ਅਤੇ ਸਰਦਾਰ ਦਿਲਬਾਗ ਸਿੰਘ ਬਾਗਾ ਦੇ ਡੈਡੀ ਹਨ ਉਹਨਾਂ ਵੱਲੋਂ 5,100 ਰੁਪਏ, ਚਰਨ ਸਿੰਘ ਘਈ ਸਾਹਿਬ ਸਾਨਵ ਸਰਦਾਰ ਸ਼ਾਮ ਸਿੰਘ ਜੀ ਜੋ ਗੁਰਪ੍ਰੀਤ ਸਿੰਘ ਗੋਪੀ ਦੇ ਡੈਡੀ ਹਨ, ਰਾਮ ਸਿੰਘ ਸਿੱਧੂ ਧੱਲੇਕੇ ਵਾਲੇ 5,100 ਰੁਪਏ, ਬਲਦੇਵ ਸਿੰਘ ਯੂ ਐੱਸ ਏ ਵਾਲੇ 5,100 ਰੁਪਏ, ਸਵਰਗਵਾਸੀ ਹਰਦਿਆਲ ਸਿੰਘ ਹਰਪਾਲ ਸਿੰਘ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਵੱਲੋਂ ਜੋ ਇਸ ਵੇਲੇ ਕਨੇਡਾ ਵਿੱਚ ਹਨ 5,100 ਰੁਪਏ, ਭੁਪਿੰਦਰ ਸਿੰਘ ਮੰਗਤੂ ਸਾਹਿਬ ਕਨੇਡੀਅਨ ਸਨ ਆਫ ਸਰਦਾਰ ਨਛੱਤਰ ਸਿੰਘ ਜੀ 5,100 ਰੁਪਏ, ਕਰਮ ਸਿੰਘ ਕਨੇਡੀਅਨ ਸਾਹਿਬ 5,100 ਰੁਪਏ, ਲਖਵੀਰ ਸਿੰਘ ਲੱਖਾ ਜੋ ਬਲਵੀਰ ਸਿੰਘ ਦੇ ਭਰਾਤਾ ਹਨ ਸਰਦਾਰ ਅਜਮੇਰ ਸਿੰਘ ਦੇ ਲੜਕੇ ਹਨ ਉਹਨਾਂ ਵੱਲੋਂ 5,100 ਰੁਪਏ, ਸਤਿਕਾਰਯੋਗ ਮਾਸਟਰ ਹਰੀ ਸਿੰਘ ਜੀ ਜਿਨ੍ਹਾਂ ਨੇ ਸਕੂਲ ਦੇ ਵਿੱਚ ਬਹੁਤ ਚਿਰ ਸੇਵਾ ਕੀਤੀ ਆ 5,100 ਰੁਪਏ, ਸਤਨਾਮ ਸਿੰਘ ਦੁਬਈ ਵਾਲੇ ਸਨ ਆਫ ਸਰਦਾਰ ਜੋਰਾ ਸਿੰਘ ਜੀ ਜੋ ਹੁਣ ਇਸ ਟਾਈਮ ਸਪੈਸ਼ਲ ਇੱਥੇ ਮੈਚ ਵੇਖਣ ਵਾਸਤੇ ਪਹੁੰਚੇ ਹਨ 5,100 ਰੁਪਏ। ਅੱਛਾ ਮਾੜੂ ਦੱਸ, ਅੰਗਰੇਜ਼ ਸਿੰਘ ਦੁਬਈ ਵਾਲੇ ਖੋਸਾ ਜਲਾਲ 5,100 ਰੁਪਏ, ਸਰਦਾਰ ਮੁਖਤਿਆਰ ਸਿੰਘ ਯੂ ਐੱਸ ਏ ਵਾਲੇ ਆ ਉਹਨਾਂ ਦਾ ਹੁਣੇ ਫੋਨ ਆਇਆ 5,100 ਰੁਪਏ, ਸਰਦਾਰ ਪ੍ਰੀਤਮ ਸਿੰਘ ਜੀ ਫੌਜੀ ਜੋ ਸਰਦਾਰ ਹਰਚੰਦ ਸਿੰਘ ਮਾਸਟਰ ਦੇ ਭਰਾਤਾ ਨੇ ਕਨੇਡੀਅਨ ਸਾਹਿਬ 5,100 ਰੁਪਏ, ਮਲਕੀਤ ਸਿੰਘ ਸਾਬਕਾ ਸਰਪੰਚ ਸਾਹਿਬ ਉਹਨਾਂ ਦੇ ਲੜਕੇ ਸਰਦਾਰ ਪ੍ਰਿਤਪਾਲ ਸਿੰਘ ਜੀ ਗੋਲਡੀ ਉਹਨਾਂ ਵੱਲੋਂ 5,100 ਰੁਪਏ, ਸਰਦਾਰ ਚਮਕੌਰ ਸਿੰਘ ਯੂ ਐੱਸ ਏ ਵਾਲੇ ਜੋ ਇੱਥੇ ਮੈਚ ਹੁਣ ਵੇਖ ਰਹੇ ਆ, ਯੂ ਐੱਸ ਏ ਵਿੱਚ ਰਹਿੰਦੇ ਆ, ਇੱਥੇ ਟੂਰਨਾਮੈਂਟ ਦੇ ਵਿੱਚ ਮੌਜੂਦ ਹਨ 5,100 ਰੁਪਏ, ਪ੍ਰੀਤਮ ਸਿੰਘ ਖੋਸਾ ਜਲਾਲ ਸਵਰਗਵਾਸੀ ਉਹਨਾਂ ਦੇ ਲੜਕੇ ਸਰਦਾਰ ਇਕਬਾਲ ਸਿੰਘ ਜੀ ਕਾਲਾ ਜੋ ਇੱਥੇ ਟੂਰਨਾਮੈਂਟ ਵਿੱਚ ਪਹੁੰਚੇ ਹੋਏ ਹਨ 5,100 ਰੁਪਏ, ਇਕਬਾਲ ਸਿੰਘ ਆੜਤੀ ਸਾਹਿਬ 5,100 ਰੁਪਏ, ਜਸਵੀਰ ਸਿੰਘ ਪੱਪੂ ਆੜਤੀ ਸਾਹਿਬ ਅਤੇ ਸਾਬਕਾ ਮੈਂਬਰ ਪੰਚਾਇਤ 5,100 ਰੁਪਏ, ਹਰਨੇਕ ਸਿੰਘ ਖੋਸਾ ਕੋਟਲਾ ਆੜਤੀ ਸਾਹਿਬ, ਸਰਦਾਰ ਆਤਮਾ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਜੋ ਸਟੇਜ 'ਤੇ ਮੌਜੂਦ ਹਨ ਉਹਨਾਂ ਵੱਲੋਂ 5,100 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਅਸੀਂ ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ ਅਤੇ ਧੰਨਵਾਦ ਕਰਦੇ ਹਾਂ। ਸਰਦਾਰ ਜਸਵੀਰ ਸਿੰਘ ਜੀ ਲਾਲੂ ਆੜਤੀ ਸਾਹਿਬ ਜੋ ਸਾਡੇ ਕਲੱਬ ਦੇ ਹੋਣਹਾਰ ਵਰਕਰ ਨੇ 5,100 ਰੁਪਏ, ਰੰਗਵੀਰ ਸਿੰਘ ਜੋ ਡਾਕਟਰ ਸਾਹਿਬ ਡਾਕਟਰ ਲਖਵੀਰ ਸਿੰਘ ਦੇ ਲੜਕੇ ਨੇ ਅਤੇ ਮਾਸਟਰ ਜਸਕਰਨ ਸਿੰਘ ਜੀ ਉਹਨਾਂ ਵੱਲੋਂ 5,100 ਰੁਪਏ, ਜਗਤਾਰ ਸਿੰਘ ਜੀ ਮਨਾਵਾਂ ਭੱਠੇ ਵਾਲੇ 5,100 ਰੁਪਏ, ਅਸ਼ੋਕ ਕੁਮਾਰ ਗਰਗ ਭੱਠੇ ਵਾਲੇ 5,100 ਰੁਪਏ, ਅਰਜਿੰਦਰ ਕੁਮਾਰ ਭੱਠੇ ਵਾਲੇ 5,100 ਰੁਪਏ, ਇੰਦਰ ਬਾਊ ਭੱਠੇ ਵਾਲੇ 5,100 ਰੁਪਏ, ਗੁਰਨੂਰ ਸਿੰਘ
ਤੇ ਜਗਰਾਜ ਸਿੰਘ ਜੋ ਚਾਚਾ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ 5100 ਰੁਪਏ ਸਰਦਾਰ ਆਤਮਾ ਦੂਜਾ ਸਰਦਾਰ ਠਾਣਾ ਸਿੰਘ ਜੀ ਕੈਨੇਡੀਅਨ ਖੋਸਾ ਕੋਟਲਾ ਵਾਲੇ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਆ। ਸਰਦਾਰ ਰੇਸ਼ਮ ਸਿੰਘ ਜੀ ਉਹਨਾਂ ਦੇ ਲੜਕੇ ਉਹਨਾਂ ਵੱਲੋਂ 2100 ਰੁਪਏ ਦੀ ਮਹਿਕ ਸਹਾਇਤਾ ਦਿੱਤੀ ਗਈ ਆ। ਅਸੀਂ ਸਰਦਾਰ ਠਾਣਾ ਸਿੰਘ ਸਰਪੰਚ ਸਾਹਿਬ ਅਤੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਵਰਗਵਾਸੀ ਜੰਗੀਰ ਸਿੰਘ ਜੀ ਖੋਸਾ ਜਲਾਲ ਵਾਲੇ 5100 ਰੁਪਏ, ਗੁਰਦਿੱਤਾ ਸਿੰਘ ਸਰਪੰਚ ਸਾਹਿਬ ਉਹਨਾਂ ਵੱਲੋਂ 5100 ਰੁਪਏ, ਸਤਵੀਰ ਸਿੰਘ ਟੋਨੀ ਅਤੇ ਸਤਨਾਮ ਸਿੰਘ ਬਿੱਟੂ ਡਬਈ ਕੈਨੇਡਾ ਵਾਲੇ ਉਹਨਾਂ ਵੱਲੋਂ ਬਹੁਤ ਸਾਰੀ ਮਹਿਕ ਸਹਾਇਤਾ ਭੇਜੀ ਗਈ ਆ 6100 ਰੁਪਏ। ਸਵਰਗਵਾਸੀ ਜਗਨਨਾਥ ਅਰੋੜਾ ਜੀ 5100 ਰੁਪਏ, ਕਰਨਲ ਨੈਬ ਸਿੰਘ ਸਿੱਧੂ ਸਾਹਿਬ ਉਹਨਾਂ ਦੇ ਪੋਤਰੇ ਸਰਦਾਰ ਬੰਨੀ ਸਿੱਧੂ ਜੋ ਇੱਥੇ ਟੂਰਨਾਮੈਂਟ ਦਾ ਆਨੰਦ ਵੀ ਮਾਣ ਰਹੇ ਆ ਅਤੇ ਕਲੱਬ ਦੇ ਨਾਲ ਸੇਵਾ ਕਰਾ ਰਹੇ ਆ 5100 ਰੁਪਏ। ਸਵਰਗਵਾਸੀ ਪੰਡਿਤ ਮਦਨ ਲਾਲ ਜੀ ਉਹਨਾਂ ਦੇ ਲੜਕਿਆਂ ਵੱਲੋਂ ਉਹਨਾਂ ਦੀ ਯਾਦ ਵਿੱਚ 5100 ਰੁਪਏ, ਪਾਲ ਟੈਂਟ ਹਾਊਸ ਵਾਲੇ ਉਹਨਾਂ ਵੱਲੋਂ ਟੈਂਟ ਦੀ ਫਰੀ ਸੇਵਾ 5100 ਰੁਪਏ। ਪਰਮਾਤਮਾ ਸਿੰਘ ਜਿਨ੍ਹਾਂ ਨੂੰ ਆਪਾਂ ਰੱਬ ਰੱਬ ਜੀ ਕਹਿੰਦੇ ਹਾਂ 5100 ਰੁਪਏ। ਸਰਦਾਰ ਸੁੱਚਾ ਸਿੰਘ ਮੰਦਰਾਂ ਵਾਲੇ, ਸਰਦਾਰ ਨਿੰਮਾ ਸਿੰਘ ਜੀ ਨਿਰਮਲ ਅਤੇ ਜਸਵੀਰ ਸਿੰਘ ਕੰਡਕਟਰ ਸਾਹਿਬ, ਜਸਵੰਤ ਸਿੰਘ ਫੌਜੀ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ 3100 ਰੁਪਏ, ਕਰਨਪਾਲ ਸਿੰਘ ਜੀ ਡੇਅਰੀ ਵਾਲੇ ਅਤੇ ਕਲੱਬ ਦੇ ਜੋ ਸਾਡੇ ਖਜ਼ਾਨਚੀ ਸਾਹਿਬ ਹਨ 3100 ਰੁਪਏ, ਸਤਪਾਲ ਸਿੰਘ ਸਨ ਆਫ ਸਰਦਾਰ ਦਰਸ਼ਨ ਸਿੰਘ ਸਵਰਗਵਾਸੀ ਡੇਅਰੀ ਵਾਲੇ ਅਤੇ ਕਲੱਬ ਦੇ ਮੀਤ ਪ੍ਰਧਾਨ ਹਨ 3100 ਰੁਪਏ, ਜਸਦੀਪ ਸਿੰਘ ਜੇਡੀ ਸਾਹਿਬ ਜੋ ਇੱਥੇ ਸਟੇਜ 'ਤੇ ਸੁਜੋਭਤ ਹਨ, ਸਰਦਾਰ ਬਲਵੀਰ ਸਿੰਘ ਜੀ ਸਵਰਗਵਾਸੀ ਦੇ ਲੜਕੇ ਹਨ 3100 ਰੁਪਏ, ਜਗਰਾਜ ਸਿੰਘ ਪਾਲਾ ਸੋਢੀ ਸਾਹਿਬ ਜੋ ਇੱਥੇ ਪੁਆਇੰਟਾਂ ਦੀ ਵੀ ਸੇਵਾ ਵੱਡੀ ਕਰ ਰਹੇ ਹਨ ਉਹਨਾਂ ਵੱਲੋਂ 3100 ਰੁਪਏ, ਜਸਵਿੰਦਰ ਸਿੰਘ ਰਿੰਪੀ ਮੈਂਬਰ ਸਾਹਿਬ ਸਾਬਕਾ ਇੱਥੇ ਮੌਜੂਦ ਨੇ ਸਾਡੇ ਕੋਲ 3100 ਰੁਪਏ, ਕੁਲਦੀਪ ਸਿੰਘ ਕੀਪਾ ਜੀ ਜੋ ਸਾਡੇ ਕਲੱਬ ਦੇ ਹੋਣਹਾਰ ਮੈਂਬਰ ਨੇ 3100 ਰੁਪਏ, ਸਰਦਾਰ ਗੁਰਮੀਤ ਸਿੰਘ ਜੀ ਕਲੱਬ ਦੇ ਖਜ਼ਾਨਚੀ ਸਾਹਿਬ 3100 ਰੁਪਏ ਭੇਜ ਰਹੇ ਹਨ, ਮਿਸਤਰੀ ਰਾਜਾ ਸਿੰਘ ਸ਼ੋਰੂਮ ਵਾਲੇ ਸਾਣਾ ਸਰਦਾਰ ਮਹਿੰਦਰ ਸਿੰਘ ਜੀ 2100 ਰੁਪਏ, ਸੂਬੇਦਾਰ ਬਲਦੇਵ ਸਿੰਘ ਜੀ ਵਲੈਤੀ ਜਿਨ੍ਹਾਂ ਨੂੰ ਜੋ ਪਹਿਲਾਂ ਆਪ ਹੀ ਕਬੱਡੀ ਖੇਡਦੇ ਰਹੇ ਹਨ ਉਹਨਾਂ ਵੱਲੋਂ 2100 ਰੁਪਏ, ਦਰਸ਼ਨ ਸਿੰਘ ਸਾਨਵ ਜੰਗੀਰ ਸਿੰਘ ਜੀ ਪੱਤੀ ਦਵਾਨਕੀ ਵਾਲੇ 2100 ਰੁਪਏ, ਰੰਗਵੀਰ ਪ੍ਰਸਾਦ ਰਾਮਨਿਵਾਸ 2100 ਰੁਪਏ, ਸੁਖਮੰਦਰ ਸਿੰਘ ਹਰਜਿੰਦਰ ਸਿੰਘ ਸਾਨਵ ਸਰਦਾਰ ਹਜੂਰਾ ਸਿੰਘ 2100 ਰੁਪਏ, ਗੁਪਤਦਾਨ 2100 ਰੁਪਏ, ਕੁਲਵੰਤ ਸਿੰਘ ਸਾਨਵ ਸਰਦਾਰ ਮਹਾਂ ਸਿੰਘ ਜੀ ਜੋ ਛਿੰਦਾ ਜੀ ਦੇ ਡੈਡੀ ਹਨ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਵੱਲੋਂ 2100 ਰੁਪਏ, ਭਾਨ ਸਿੰਘ ਜੀ ਨੰਬਰਦਾਰ ਆੜ੍ਹਤੀ ਸਾਹਿਬ 2100 ਰੁਪਏ, ਹਰਵਿੰਦਰ ਸਿੰਘ ਸਨ ਆਫ ਬਲੌਰ ਸਿੰਘ ਜੀ 2100 ਰੁਪਏ, ਅਮਰਜੀਤ ਸਿੰਘ ਫੌਜੀ ਜੋ ਕਿ ਰੱਛਾ ਕਸੀ ਦੇ ਬਹੁਤ ਵਧੀਆ ਪਲੇਅਰ ਰਹਿ ਚੁੱਕੇ ਹਨ ਉਹਨਾਂ ਵੱਲੋਂ 2100 ਰੁਪਏ, ਸਰਦਾਰ ਰੁਪਿੰਦਰ ਸਿੰਘ ਜੀ ਪਿੰਦਾ ਜੀ 2100 ਰੁਪਏ, ਸਰਦਾਰ ਚਰਨਜੀਤ ਸਿੰਘ ਭੱਠੇ ਵਾਲੇ 1500 ਰੁਪਏ, ਇਕਬਾਲ ਸਿੰਘ ਸਰਦਾਰ ਸਨ ਆਫ ਸਰਦਾਰ ਲਾਲ ਸਿੰਘ 1500 ਰੁਪਏ, ਜੀਤਾ ਸਿੰਘ ਦੋਧੀ ਸਾਹਿਬ 1000 ਰੁਪਏ, ਗੁਰਬਖਸ਼ੀਸ਼ ਸਿੰਘ ਦੁਕਾਨ ਵਾਲੇ 1000 ਰੁਪਏ,
ਮਿਸਤਰੀ ਅੰਗਰੇਜ਼ ਸਿੰਘ 1000 ਰੁਪਏ, ਗੁਰਜੰਟ ਸਿੰਘ ਸਨ ਆਫ ਸੁਖਦੇਵ ਸਿੰਘ 1100 ਰੁਪਏ, ਸ਼ੇਰ ਸਿੰਘ ਸਨ ਆਫ ਸਰਦਾਰ ਭੂਪਾ ਸਿੰਘ 1100 ਰੁਪਏ, ਨਾਰ ਸਿੰਘ ਸਨ ਆਫ ਸਰਦਾਰ ਬੱਗੜ ਸਿੰਘ 1100 ਰੁਪਏ, ਭੁਪਿੰਦਰ ਐਂਡ ਕੰਪਨੀ 1100 ਰੁਪਏ, ਸੀਤਾ ਰਾਮ ਬਾਲਕ੍ਰਿਸ਼ਨ 1100 ਰੁਪਏ, ਕਰਨੈਲ ਸਿੰਘ ਕੈਲੂ ਜੋ ਇੱਥੇ ਸਟੇਜ 'ਤੇ ਮੌਜੂਦ ਨੇ, ਸਵਰਗਵਾਸੀ ਮੰਗਲ ਸਿੰਘ ਦੇ ਲੜਕੇ ਨੇ, ਇਹ ਵੀ ਪਹਿਲਾਂ ਬਹੁਤ ਵਧੀਆ ਕਬੱਡੀ ਦੇ ਸਟੋਪਰ ਰਹੇ ਹਨ, ਉਹਨਾਂ ਵੱਲੋਂ 1000 ਰੁਪਏ। ਡਾਕਟਰ ਜਗਦੇਵ ਸਿੰਘ ਧੱਲੇਕੇ ਵਾਲੇ 1100 ਰੁਪਏ, ਵਾਲੀਆ ਪੈਸਟੀ ਹਾਊਸ ਧੱਲੇਕੇ 1100 ਰੁਪਏ, ਦਿਲਵੀਰ ਸਿੰਘ ਸਨ ਆਫ ਸਵਰਗਵਾਸੀ ਸਰਦਾਰ ਸ਼ਿੰਦਰ ਸਿੰਘ ਜੀ ਜੋ ਇੱਥੇ ਕਲੱਬ ਦੇ ਵਿੱਚ ਸਾਡੇ ਹੋਣਹਾਰ ਮੈਂਬਰ ਨੇ 1100 ਰੁਪਏ, ਗੁਰੂ ਨਾਨਕ ਪਬਲਿਕ ਸਕੂਲ ਪ੍ਰਿੰਸੀਪਲ ਸਾਹਿਬ 1100 ਰੁਪਏ, ਰੁਪਿੰਦਰ ਸਿੰਘ ਕਹੀ ਸਨ ਆਫ ਸਰਦਾਰ ਅਜੀਤ ਸਿੰਘ ਜੀ ਭਾਊ 1100 ਰੁਪਏ, ਠਾਕਰ ਸਿੰਘ ਕਾਮਰੇਡ ਜੀ 1100 ਰੁਪਏ, ਮਾਸਟਰ ਹਰਚੰਦ ਸਿੰਘ ਜੀ ਜੋ ਇੱਥੇ ਸਟੇਜ 'ਤੇ ਮੌਜੂਦ ਨੇ, ਬਹੁਤ ਸਮਾਂ ਇਹਨਾਂ ਨੇ ਸਕੂਲ ਦੇ ਵਿੱਚ ਸੇਵਾ ਕੀਤੀ, 1100 ਰੁਪਏ, ਗੁਰਦੇਵ ਸਿੰਘ ਸਨ ਆਫ ਸਰਦਾਰ ਨਿੱਕਾ ਸਿੰਘ ਕਾਮਰੇਡ 1100 ਰੁਪਏ, ਪਰਮਿੰਦਰ ਸਿੰਘ ਸਨ ਆਫ ਪਿਆਰਾ ਸਿੰਘ 1100 ਰੁਪਏ, ਬਲਵਿੰਦਰ ਸਿੰਘ ਸਨ ਆਫ ਜੰਗੀਰ ਸਿੰਘ 1100 ਰੁਪਏ। ਮਾਫ਼ ਕਰਨਾ, ਥੋੜ੍ਹਾ ਜੀ ਜ਼ਰੂਰੀ ਅਨਾਊਂਸਮੈਂਟ ਸੀ, ਖਿਡਾਰੀਆਂ ਨੂੰ ਬੇਨਤੀ ਕਰਦੇ ਹਾਂ ਨਾਲ ਹੀ ਰੈਫਰੀ ਸਾਹਿਬਾਨਾਂ ਨੂੰ, ਜਿਹੜੇ ਖਿਡਾਰੀ ਕੱਲ੍ਹ ਦੋ ਦੋ ਤਿੰਨ ਤਿੰਨ ਮੈਚ ਖੇਡ ਕੇ ਗਏ ਆ ਉਹਨਾਂ ਦਾ ਵੇਟ ਬਿਲਕੁਲ ਅਸੀਂ ਅੱਜ ਦੁਬਾਰਾ ਨਹੀਂ ਕਰਨਾ, ਜਿਹੜਾ ਖਿਡਾਰੀ ਨਵਾਂ ਖੇਡਦਾ ਉਹਦਾ ਵੇਟ ਅਸੀਂ ਦੁਬਾਰਾ ਕਰਾਂਗੇ। ਖਿਡਾਰੀ ਸਾਹਿਬਾਨ ਵੀ ਨੋਟ ਕਰ ਲੈਣ, ਬਾਅਦ 'ਚ ਸਾਡੇ ਨਾਲ ਕੋਈ ਰੌਲਾ ਰੱਪਾ ਨਾ ਪਾਵੇ, ਜਿਹੜੇ ਖਿਡਾਰੀ ਕੱਲ੍ਹ ਤਿੰਨ ਚਾਰ ਚਾਰ ਮੈਚ ਖੇਡ ਕੇ ਗਏ ਉਹਨਾਂ ਦਾ ਕਿਸੇ ਦਾ ਅਸੀਂ ਦੁਬਾਰਾ ਵੇਟ ਨਹੀਂ ਕਰਨਾ, ਨਵਾਂ ਖਿਡਾਰੀ ਜੋ ਵੀ ਆਵੇਗਾ ਉਹਦਾ ਅਸੀਂ ਦੁਬਾਰਾ ਵੇਟ ਕਰਾਂਗੇ। ਬਾਕੀ ਦੇ ਜਿਹੜੇ ਨਾਮ ਨੇ ਦਾਨੀ ਸੱਜਣਾ ਦੇ ਉਹ ਅਸੀਂ ਦੂਜੇ ਹਾਫ ਦੇ ਵਿੱਚ ਬੋਲ ਦੇਵਾਂਗੇ, ਮਾਫ਼ੀ ਚਾਹੁੰਦੇ ਹਾਂ, ਦੂਜੇ ਹਾਫ ਦੇ ਵਿੱਚ ਬੋਲ ਦੇਵਾਂਗੇ ਕਿਉਂਕਿ ਚੱਲਦੇ ਮੈਚ ਦੇ ਵਿੱਚ ਕਮੈਂਟਰੀ ਬਹੁਤ ਜ਼ਰੂਰੀ ਆ। ਹਾਂਜੀ ਅਮਰੀਕ ਸਿੰਘ, ਲਓ ਦੇਖੀਏ ਵੀ ਸਾਹਮਣੇ ਹੁਣ ਜੱਸੇ ਦੀ ਨੌਜਵਾਨ, ਕਹਿੰਦੇ ਵੀ ਪ੍ਰਗਟ ਦੀ ਪਾਈ ਹੋਈ ਕਬੱਡੀ ਤੇ ਜੱਸੇ ਨੇ ਗੁੱਟ ਫੜਿਆ ਹੋਇਆ ਲੱਗਾ ਹੋਇਆ, ਕਹਿੰਦੇ ਵੀ ਲੋਕ ਔਰ ਦੇਖਾਂਗੇ ਪੁਆਇੰਟ ਜਿਹੜਾ ਧੱਲੇਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਇੱਕ ਪਾਸੇ ਕਹਿੰਦੇ ਵੀ ਲਿਆਕਤ ਅਲੀ ਬਿੱਲਾ ਗਾਲਰ ਪਿੰਡ ਦਾ, ਦੂਜੇ ਪਾਸੇ ਕਹਿੰਦੇ ਵੀ ਲਗਾਤਾਰ ਤਿੰਨ ਵਰਲਡ ਕੱਪ ਦੇ ਵਿੱਚ ਕਹਿੰਦੇ ਵੀ ਸੀਟੀਆਂ ਮਾਰੀਆਂ, ਕੌਣ ਦੇਵ ਹੈ ਦਿਆਲਪੁਰੇ ਪਿੰਡ ਦਾ ਮੁੰਡਾ ਬਠਿੰਡੇ ਵਾਲਾ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਲਗਾਤਾਰ 3 ਸਾਲ ਵਰਲਡ ਕੱਪ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਦੇਵ ਦਿਆਲਪੁਰੇ ਪਿੰਡ ਦਾ, ਦੂਜੇ ਲਿਆਕਤ ਅਲੀ ਬਿੱਲਾ ਗੱਲ ਬ੍ਰਹਮ ਸਿੰਘ ਪਿੰਡ ਦਾ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਾਲ ਬੱਚੇ ਜਿਹੜੇ ਉਹ ਚੱਕਰ ਲਾ ਰਹੇ ਦਰਸ਼ਕਾਂ ਦੀ ਕਚਹਿਰੀ 'ਚ, ਇਹਦਾ ਤੁਸੀਂ ਮਾਣ ਸਨਮਾਨ ਕਰਿਓ। ਨਾਲ ਹੀ ਅਰਸ਼ ਨੂੰ ਬੇਨਤੀ ਵੀ ਉਹ ਚਾਬੀ ਦੇ ਜਾਵੇ, ਕੜਿਆਲ ਵਾਲਿਆਂ ਦੀ ਗੱਡੀ ਦੀ ਚਾਬੀ ਹੈ, ਅਰਸ਼ ਗਰਾਊਂਡ ਦੇ ਵਿੱਚ ਜਾਵੇ, ਬੇਨਤੀ ਕਰਦੇ ਹਾਂ ਵੀ ਅਰਸ਼ ਗਰਾਊਂਡ ਦੇ ਵਿੱਚ ਲਓ ਸਾਹਮਣੇ ਦੇਖਾਂਗੇ ਵੀ ਨੌਜਵਾਨ ਇਸ ਵੇਲੇ ਹੁਣ ਅਮਨਾ ਕਹਿੰਦੇ ਵੀ ਚੰਦਾਂ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀ ਕਹਿੰਦੇ ਵੀ ਇੱਕ ਪਾਸੇ ਜੁਗਨੂ ਹੈ ਧੰਨੇ ਸ਼ਹੀਦ ਦੀ ਧਰਤੀ ਦਾ, ਘੱਲ ਪਿੰਡ ਕਹਿੰਦੇ ਵੀ ਖਿਡਾਰੀਆਂ ਦਾ ਪਿੰਡ ਹੈ, ਕਬੱਡੀ ਦੀ ਨਰਸਰੀ ਦੇ ਵਜੋਂ ਜਾਣਿਆ ਜਾਂਦਾ ਹੈ। ਲਓ ਸਾਹਮਣੇ ਜੁਗਨੂ ਧੰਨੇ ਸ਼ਹੀਦ ਪਿੰਡ ਦਾ ਨੌਜਵਾਨ, ਤੇ ਦੂਜੇ ਪਾਸੇ ਕਹਿੰਦੇ ਵੀ ਚੰਦਾ ਵਾਲਾ, ਲਓ ਡੱਕ ਲੈਣ ਦੀ ਕੋਸ਼ਿਸ਼, ਔਰ ਬਹੁਤ ਸੋਹਣਾ ਪੁਆਇੰਟ ਜੋ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ, ਨੌਜਵਾਨ ਅਮਨਦੀਪ ਸਿੰਘ ਚੰਦਾ ਦੀ ਧਰਤੀ ਦਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਧੱਲੇਕਿਆਂ ਦੀ ਟੀਮ ਦੇ ਲਈ। ਲਓ ਅਗਲੀ ਕਬੱਡੀ ਦੇਖਦੇ ਹੈ ਵੀ ਨੌਜਵਾਨ ਪ੍ਰਗਟ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਪ੍ਰਗਟ ਕੱਲਾਂ ਦੀ ਧਰਤੀ ਦਾ ਤੇ ਜੱਸਾ ਸਾਹਮਣੇ, ਲੋਕੀ ਪਿੱਥੋਂ ਵਾਲਾ ਪਿਆਰ ਨਾਲ ਕਹਿੰਦੇ ਹੈ ਜੱਸੇ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ, ਧੱਲੇਕੇ ਪਿੰਡ ਹੈ
ਪੰਜ ਛੇ ਸੱਤ ਤਰੀਕ ਨੂੰ ਕਹਿੰਦੇ ਵੀ ਮੁੰਡੇ ਜੱਗੇ ਹੋਣੀ, ਅੰਗਰੇਜ਼ ਹੋਣੀ ਆਪ ਸਭ ਨੂੰ ਸੱਦੇ ਦੇ ਰਹੇ ਹੈ। ਪੰਜ ਛੇ ਸੱਤ ਤਰੀਕ ਕਹਿੰਦੇ ਵੀ ਧੱਲੇ ਕਹਿੰਦੇ ਕਬੱਡੀ ਕੱਪ ਦੀ ਹੈ। ਰਾਜੀ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਸਾਹਮਣੇ ਰਾਜੀ ਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਫੀ। ਇੱਕ ਪਾਸੇ ਕਹਿੰਦੇ ਸ਼ਕੂਰ ਵਾਲਾ ਲਓ ਸਾਹਮਣੇ ਨੌਜਵਾਨ ਜੁਗਨੂੰ ਧੰਨਾ ਸ਼ਹੀਦ ਪਿੰਡ ਦਾ ਕਰਦਾ ਕੋਸ਼ਿਸ਼ ਡੱਕ ਲੈਣ ਦੀ, ਪਰ ਪੁਆਇੰਟ ਜਿਹੜਾ ਰਾਜੀ ਧੱਲੇ ਕੇ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਔਰ ਜਿੰਨੀਆਂ ਵੀ ਸਨਮਾਨਯੋਗ ਸ਼ਖਸੀਅਤਾਂ ਸਟੇਜ ਤੇ ਸ਼ੋਭਤ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਸਰਦਾਰ ਠਾਣਾ ਸਿੰਘ ਜੀ ਸਾਬਕਾ ਸਰਪੰਚ ਕੈਨੇਡਾ, ਔਰ ਉਹਨਾਂ ਦੇ ਲਫਤੇ ਜਿਗਰ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਆਪਾਂ ਜੀਆ ਆਖਦੇ ਹਾਂ। ਨਾਲ ਹੀ ਸਾਡਾ ਵੀਰ ਗੁਰਵਿੰਦਰ ਡੇਰੀ ਵਾਲਾ ਖੂਸਾ ਕੋਟਲਾ, ਉਹਨਾਂ ਵੱਲੋਂ ਕਹਿੰਦੇ ਵੱਡੀ ਮਾਈਕ ਸਹਾਇਤਾ ਵੀ ਭੇਜੀ ਗਈ ਹੈ, ਔਰ ਪਿਆਰ ਬਹੁਤ ਵੱਡਾ ਸਾਡੇ ਵੀਰ ਕਾਕੇ ਹੋਣਾਂ ਦੇ ਨਾਲ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਅਮਨਦੀਪ ਸਿੰਘ ਚੰਦਾ ਦੀ ਧਰਤੀ ਦਾ ਨੌਜਵਾਨ ਕਹਿੰਦੇ ਵੀ ਅੱਜ ਜਿਹੜਾ ਧੱਲੇ ਕਿਆਂ ਦਾ ਪੁੱਤ ਬਣ ਕੇ ਖੇਡਦਾ, ਧੱਲੇ ਕਿਆਂ ਵਾਲਿਆਂ ਨੇ ਵੱਡਾ ਹਿੱਸਾ ਬਣਾ ਲਿਆ ਆਪਣੀ ਟੀਮ ਦਾ। ਨੌਜਵਾਨ ਕਹਿੰਦੇ ਵੀ ਅਮਨ ਚੰਦਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਦੇਖਾਂਗੇ ਵੀ ਸਾਹਮਣੇ ਧੱਲਾਂ ਵਾਲੇ ਨੌਜਵਾਨ ਦੀ ਬਹੁਤ ਸੋਹਣੀ ਚੱਲਦੀ ਹੋਈ ਕੋਸ਼ਿਸ਼। ਲਓ ਸਾਹਮਣੇ ਕਹਿੰਦੇ ਵੀ ਰੂਪ ਹੈ ਧੱਲਾਂ ਦੀ ਧਰਤੀ ਦਾ ਜਿਹਨੇ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਜਿਹੜਾ ਕਹਿੰਦੇ ਵੀ ਰੇਡਰ ਦੇ ਹਿੱਸੇ ਜੁੜਦਾ ਹੋਇਆ। ਟਾਰਗੇਟ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ, ਟਾਰਗੇਟ ਧੱਲਾਂ ਦੀ ਧਰਤੀ ਦਾ। ਹੁਣ ਚਾਰ ਜਾਫੀ, ਇੱਕ ਪਾਸੇ ਕਹਿੰਦੇ ਵੀ ਸੋਹਣਾ ਜਲਾਲਾਬਾਦ ਪਿੰਡ ਦਾ, ਦੂਜੇ ਪਾਸੇ ਲਓ ਸਾਹਮਣੇ ਕਹਿੰਦੇ ਵੀ ਸੋਹਣਾ ਜਲਾਲਾਬਾਦ ਪਿੰਡ ਦਾ। ਜਾਫੀ ਬਹੁਤ ਟੌਪ ਟੌਪ ਦੇ, ਪਰ ਇਹੋ ਜਿਹਾ ਕੋਈ ਨਹੀਂ ਹੋਣਾ, ਜਲਾਲਾਬਾਦ ਪਿੰਡ ਦਾ ਟੌਪ ਦਾ ਜੱਫਾ ਲਾਉਂਦਾ ਸੋਹਣਾ। ਔਰ ਨਾਲ ਹੀ ਸਾਡਾ ਛੋਟਾ ਵੀਰ ਬੀਤਾ ਖੋਸਾ, ਉਹ ਵੀ ਪਹੁੰਚ ਚੁੱਕਿਆ ਕਬੱਡੀ ਖਿਡਾਰੀ। ਔਰ ਨਾਲ ਹੀ ਅਸੀਂ ਅੱਗੇ ਵੀ ਅਨਾਊਂਸ ਕੀਤਾ ਸੀ ਵੀ ਪਹਿਰੇਦਾਰ ਅਖਬਾਰ ਵੱਲੋਂ ਜੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ, ਉਹਦਾ ਜਿਹੜਾ ਸਟਾਲ ਆ ਸਟੇਜ ਦੇ ਬਿਲਕੁਲ ਪਿਛਲੇ ਪਾਸੇ ਲੱਗਾ, ਉਹ ਦਸਤਖਤ ਕਰਵਾਉਂਦੇ ਆ ਉੱਥੇ ਫਾਰਮਾਂ ਦੇ ਉੱਤੇ। ਸੋ ਵੱਧ ਤੋਂ ਵੱਧ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਹ ਫਾਂਸੀ ਦੇ ਖਿਲਾਫ ਆ ਜਿਹੜੀ ਉੱਥੇ ਆਪਣੀ ਦਸਤਖਤ ਮੁਹਿੰਮ ਦੇ ਵਿੱਚ ਹਿੱਸਾ ਲੈਣ। ਪਹਿਰੇਦਾਰ ਅਖਬਾਰ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਆ। ਔਰ ਨਾਲ ਹੀ ਗੁਰਪ੍ਰੀਤ ਸਿੰਘ ਮਾਨ, ਜਸਪ੍ਰੀਤ ਸਿੰਘ ਤੇ ਸਰਜੀਤ ਸਿੰਘ ਸਰਾਂ, ਇਹਨਾਂ ਤਿੰਨਾਂ ਵੱਲੋਂ ਹਰਦੀਪ ਸਿੰਘ ਫਿੱਡੂ ਜੋ ਸਾਡੇ ਪਿੰਡ ਦੇ ਹੋਣਹਾਰ ਖਿਡਾਰੀ ਨੇ, ਉਹਨਾਂ ਨੂੰ 21,000 ਰੁਪਈਏ ਦਾ ਵਿਸ਼ੇਸ਼ ਮਾਨ ਸਨਮਾਨ ਜਿਹੜਾ ਦਿੱਤਾ ਜਾਵੇਗਾ। ਅਸੀਂ ਸਮੂਹ ਕਲੱਬ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਜਿੱਥੇ ਵੱਡੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ, ਲਓ ਸਾਹਮਣੇ ਦੇਖਦੇ ਵੀ ਨੌਜਵਾਨ ਨਿੰਦਰਾ ਸਿੱਧੂ ਧੱਲੇ ਕੇ ਪਿੰਡ ਵਾਲਾ ਜਸਵੀਰ ਲਾਲੂ ਕਹਿੰਦਾ ਵੀ ਨਿੰਦਰਾ ਜਿੰਨੇ ਜੱਫੇ ਲਾਵੇਗਾ ਉਹਨੇ 100 ਰੁਪਈਏ ਹੋਣਗੇ। ਸਾਡਾ ਵੀਰ ਜਸਵੀਰ ਲਾਲੂ ਆੜਤੀਆ ਕਹਿੰਦਾ ਵੀ ਨਿੰਦਰਾ ਜਿੰਨੇ ਵੀ ਜੱਫੇ ਲਾਵੇਗਾ ਉਹਨੇ ਆਪਾਂ ਮਾਨ ਸਨਮਾਨ ਦੇਵਾਂਗੇ। ਉਹ ਸਾਹਮਣੇ ਕਹਿੰਦੇ ਵੀ ਜੱਸੀ ਅਮਨਦੀਪ ਸਿੰਘ ਨੌਜਵਾਨ ਚੰਦਾ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਅਮਨਦੀਪ ਸਿੰਘ ਚੰਦਾ ਦੀ ਧਰਤੀ ਦਾ। ਇੱਕ ਪਾਸੇ ਕਹਿੰਦੇ ਵੀ ਜੁਗਨੂੰ ਹੈ ਧੰਨੇ ਸ਼ਹੀਦ ਵਾਲਾ, ਔਰ ਜਿਹੜੇ ਤਿੰਨ ਜਾਫੀ ਉਹ ਘੱਲਾਂ ਦੀ ਧਰਤੀ ਦੇ ਹੈ। ਦੋ ਨੰਬਰ ਤੇ ਰੂਪ ਹੈ, ਉਹ ਸਾਹਮਣੇ ਕਹਿੰਦੇ ਵੀ ਜੁਗਨੂੰ ਧੰਨੇ ਸ਼ਹੀਦ ਪਿੰਡ ਦਾ ਨੌਜਵਾਨ ਲਾਹ ਤਕੜਾ ਜਾਫਾ ਬੱਲੇ ਬੱਲੇ ਕਰਵਾਉਣ ਦੀ ਕੋਸ਼ਿਸ਼ ਕਰਦਾ ਹੋਇਆ ਆਪਣੀ ਟੀਮ ਦੇ ਲਈ। ਔਰ ਸਾਡਾ ਵੀ ਰਾਜੂ ਨਾਲ ਹੀ ਸਾਡਾ ਵੀਰ ਪਰਮਜੀਤ ਪੰਮਾ ਕਹਿੰਦੇ ਵੀ ਮਨੀਲਾ ਦੇ ਵਿੱਚ ਬੈਠਾ ਹੈ ਸਾਡਾ ਵੀਰ ਦਰਸ਼ਨ ਹੀਰੋ ਦੇ ਜਿਹੜੇ ਛੋਟੇ ਭਾਈ ਸਾਹਿਬ ਹੈ। ਪੰਮਾ ਸਾਡਾ ਵੀਰ ਹੈ, ਕਬੱਡੀ ਵੀ ਟੌਪ ਦੀ ਖੇਡੀ ਹੈ, ਵਿਦੇਸ਼ਾਂ ਦੇ ਵਿੱਚ ਬੈਠਾ, ਮਨੀਲਾ ਦੇ ਵਿੱਚ ਬੈਠਾ ਹੈ, ਨੈੱਟ ਦੇ ਜ਼ਰੀਏ ਆਨੰਦ ਮਾਣ ਰਿਹਾ। ਔਰ ਜਿੰਨੀਆਂ ਵੀ ਹੋਰ ਸਨਮਾਨਯੋਗ ਸ਼ਖਸੀਅਤਾਂ ਨੈੱਟ ਦੇ ਜ਼ਰੀਏ ਜੁੜੀਆਂ ਹੋਈਆਂ ਨੇ ਆਪਾਂ ਧੰਨਵਾਦ ਕਰਦੇ ਹਾਂ। ਸਾਡੇ ਵੀਰ ਕਰਨਪਾਲ ਸਿੰਘ ਜੀ ਕੈਨੇਡੀਅਨ, ਸਰਦਾਰ ਗੁਰਜੀਤ ਸਿੰਘ ਜੀ ਗਾਂਧੀ
ਕਹਿੰਦੇ ਵੀ ਬੈਕ ਬਹੁਤ ਭੱਜਦਾ ਸੀ, ਸਪੀਡ ਬਹੁਤ ਜ਼ਿਆਦਾ ਸੀ। ਨਾਲ ਬਲਦੇਵ ਸਿੰਘ ਜੀ ਸਾਡੇ ਡਾਇਰੈਕਟਰ ਸਾਹਿਬ, ਹਰਪਾਲ ਸਿੰਘ ਜੀ ਮੱਲੀ ਕੈਨੇਡੀਅਨ, ਜਗਤਾਰ ਸਿੰਘ ਜੀ ਕੈਨੇਡਾ, ਇਹ ਸਾਰੇ ਵੀਰ ਨੈੱਟ ਦੇ ਜ਼ਰੀਏ ਮੈਚਾਂ ਦਾ ਆਨੰਦ ਮਾਣ ਰਹੇ ਆ। ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਲਾਡੀ ਸਟੇਜ ਤੇ ਚਾਹ ਪਾਉਣ ਦੀ ਕਰਦੇ ਪਏ ਸਾਡਾ ਵੀਰ ਲਾਡੀ, ਨਾਲ ਹੀ ਪਾਣੀ ਵਾਲੇ ਬਾਬੇ ਦਾ ਵੀ ਧੰਨਵਾਦ ਕਰਦੇ ਹਾਂ ਕਿ ਭਾਈ ਘਣਈਆ ਵੈਰੀ ਤਾਈ ਫਿਰੇ ਪਿਆਉਂਦਾ ਪਾਣੀ, ਵੱਡੀ ਸੇਵਾ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਅਗਲੇ ਮੈਚਾਂ ਦੇ ਲਈ ਬਾਬਾ ਕੇਰ ਸਿੰਘ ਜੀ ਕਲੱਬ ਜਨੇਰ ਵਰਸਿਜ ਹਸਨ ਪੱਟੀ, ਖੋਸਾ ਕੋਟਲਾ ਏ ਤੇ ਔਗੜ, ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਸਭ ਟੀਮਾਂ ਨੂੰ ਬੇਨਤੀ ਹੈ, ਨਾਲ ਹੀ ਬਾਈ ਰਾਮ ਨੂੰ ਬੇਨਤੀ ਵੀ ਬਾਈ ਰਿਪੀਟ ਦੇ ਕੇ ਇੱਕੋ ਲਾ ਦੇਵੇ। ਬਾਈ ਰਾਮ ਨੂੰ ਬੇਨਤੀ ਹੈ ਰਿਪੀਟ ਦੇ ਕੇ ਇੱਕੋ ਲਾ ਦੇਵੇ। ਬਾਈ ਰਾਮ ਨੂੰ ਬੇਨਤੀ, ਬੜੀ ਪਿਆਰੀ ਸਾਊਂਡ ਲੱਗੀ ਹੋਈ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਬੜੀ ਪਿਆਰੀ ਸਾਊਂਡ ਲੱਗੀ ਹੋਈ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਅਮਨਦੀਪ ਸਿੰਘ ਚੰਦ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਚਾਰ ਜਾਫੀ ਦੇਖਾਂਗੇ ਕੱਲਾਂ ਦੀ ਧਰਤੀ ਦੇ। ਅਮਨਦੀਪ ਸਿੰਘ ਦੀ ਪਾਈ ਹੋਈ ਕਬੱਡੀ ਸਾਡੇ ਸਤਿਕਾਰਯੋਗ ਹੈ ਪ੍ਰਧਾਨ ਸਾਹਿਬ ਪੁੱਜੇ ਹੋਏ ਨੇ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਜਗਦੇਵ ਸਿੰਘ ਜੀ ਖੋਸਾ ਕੋਚ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਮੁਬਾਰਕਬਾਦ ਵੀ ਦਿੰਦੇ ਹਾਂ ਕਿਉਂਕਿ ਫਿੱਡੂ ਦਾ ਕਹਿੰਦੇ ਵੀ 21,000 ਰੁਪਏ ਦੇ ਨਾਲ ਵੱਡਾ ਮਾਣ ਸਨਮਾਨ ਹੋਵੇਗਾ। ਔਰ ਜਿੱਥੇ ਕਹਿੰਦੇ ਵੀ ਵੱਡੇ ਦਾਨੀ ਸੱਜਣ ਇਸ ਨਗਰ ਨੇ ਪੈਦਾ ਕੀਤੇ ਨੇ, ਕੋਈ ਗੁਪਤ ਰੂਪ ਦੇ ਵਿੱਚ ਮਾਇਆ ਦੇ ਗੱਫੇ ਵੱਡੀ ਸਹਾਇਤਾ ਭੇਜਦਾ, ਕੋਈ ਐਲਾਨ ਕਰਵਾਉਂਦਾ, ਆਪਾਂ ਅਰਦਾਸ ਕਰਦੇ ਵੀ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੀਏ ਇਹਨਾਂ ਨੂੰ, ਜਿਨ੍ਹਾਂ ਦੇ ਸਿਰਾਂ ਤੋਂ ਸਾਡੇ ਧਿਰ ਘਰ ਤੁਰਦੇ ਆ, ਸਾਡੇ ਢਿੱਡ ਭਰਦੇ ਆ, ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਸਾਡੀਆਂ ਉਮਰਾਂ ਵੀ ਇਹਨਾਂ ਨੂੰ ਲੱਗ ਜਾਣ, ਕਬੱਡੀ ਦੇ ਚਾਹੁਣ ਵਾਲਿਆਂ ਨੂੰ ਉਮਰਾਂ ਲੱਗ ਜਾਣ, ਰੱਬ ਲੰਮੀਆਂ ਉਮਰਾਂ ਬਖਸ਼ੇ। ਲਓ ਸਾਹਮਣੇ ਪ੍ਰਗਟ ਨੌਜਵਾਨ ਮੇਰੇ ਅਜ਼ੀਜ਼ ਵੀਰ, ਹੈਲੋ ਗੋਪੀ ਕੈਨੇਡੀਅਨ ਵੱਲੋਂ ਧੱਲੇ ਕਿਹੜੀ ਸਮੁੱਚੀ ਟੀਮ ਨੂੰ 200 ਰੁਪਈਆ ਸਪੈਸ਼ਲ ਪ੍ਰਾਈਜ਼ ਦਿੱਤਾ ਜਾਂਦਾ, ਅਸੀਂ ਧੰਨਵਾਦ ਕਰਦੇ ਹਾਂ ਕਮੇਟੀ ਵੱਲੋਂ ਗੋਪੀ ਦਾ। ਹੈਲੋ ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਇੰਟਰੋ ਸਕਦੀ ਹੈ ਓਪਨ ਦੀ, ਨਾਲ ਹੀ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਨੇ ਜੇ ਓਪਨ ਦੀ ਟੀਮ ਆਈ ਹੋਵੇ ਤਾਂ ਇੰਟਰ ਹੋ ਸਕਦੀ ਹੈ। ਧੱਲੇ ਕੇ ਪਿੰਡ ਗੋਪੀ ਦਾ ਸਹੁਰਾ ਪਿੰਡ ਆ, ਇਸੇ ਕਰਕੇ ਜਿਹੜੇ ਮਾਨ ਸਨਮਾਨ ਆ ਉਹ ਇਹ ਧੱਲੇ ਕੀ ਟੀਮ ਦੇ ਕਰਦੇ ਰਹਿਣਗੇ। ਔਰ ਨਾਲ ਹੀ ਸਾਡੇ ਦਰਮਿਆਨ ਹਰਦੀਪ ਸਿੰਘ ਫਿੱਡੂ ਉਹਨਾਂ ਦੇ ਫਾਦਰ ਸਾਹਿਬ ਪਹੁੰਚ ਚੁੱਕੇ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਨਾਲ ਹੀ ਸਰਦਾਰ ਗੁਰਮੇਲ ਸਿੰਘ ਜੀ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਬੜੀ ਵੱਡੀ ਮਾਇਕ ਸਹਾਇਤਾ ਉਹਨਾਂ ਨੇ 41,000 ਰੁਪਈਆ ਜਿਹੜਾ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਦਿੱਤਾ, ਅਸੀਂ ਰਿਣੀ ਆ ਉਹਨਾਂ ਦੇ, ਅਸੀਂ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੱਡੇ ਜਿਹੜੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ ਮਾਇਕ ਦੇ ਉੱਪਰੋਂ, ਸਾਡੇ ਸਤਿਕਾਰਯੋਗ ਹੈ ਦਰਸ਼ਨ ਸਿੰਘ ਜੀ ਹੀਰੋ, ਸਨਮਾਨਯੋਗ ਸ਼ਖਸੀਅਤ ਹੈ। ਲਓ ਦੇਖਾਂਗੇ ਵੀ ਸਾਹਮਣੇ ਨੌਜਵਾਨ ਕਹਿੰਦੇ ਵੀ ਅਮਨਦੀਪ ਸਿੰਘ ਚੰਦਾਂ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚੰਦਪੁਰਾਣਾ ਪਿੰਡ ਕਹਿੰਦੇ ਵੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਧਰਤੀ ਹੈ, ਬਾਬਾ ਗੁਰਦੀਪ ਸਿੰਘ ਜੀ ਦੀ ਵੱਡੀ ਕਿਰਪਾ ਉਸ ਇਲਾਕੇ ਦੇ। ਨਾਲ ਹੀ ਅਮਰੀਕ ਸਿੰਘ ਮੇਰੇ ਵੀਰ ਲਾਲੂ ਵੱਲੋਂ, ਜਿਹੜਾ ਹਰੀ ਨੀਕਰ ਦੇ ਵਿੱਚ ਮੁੰਡਾ ਨਿੰਦਰਾ ਖੇਡ ਰਿਹਾ ਧੱਲੇ ਗਿਆ ਵੱਲੋਂ, ਉਹਨੂੰ ਹਰ ਇੱਕ ਜੱਫੇ ਦਾ 100 ਰੁਪਈਆ ਸਪੈਸ਼ਲ ਨਾਮ ਮੇਰਾ ਵੀਰ ਲਾਲੂ ਦੇਵੇਗਾ। ਵੱਡੇ ਜਿਹੜੇ ਆਦਰ ਸਤਿਕਾਰ ਲੋ ਸਾਹਮਣੇ ਦੇਖਦੇ ਵੀ ਪ੍ਰਗਟ ਨੌਜਵਾਨ ਕਬੱਡੀ ਪਾਉਂਦਾ ਹੋਇਆ। ਲਓ ਦੇਖਾਂਗੇ ਵੀ ਦੇਵ ਦਿਆਲਪੁਰੇ ਪਿੰਡ ਦਾ ਕਹਿੰਦੇ ਵੀ ਮੁੰਡਾ ਬਠਿੰਡੇ ਵਾਲਾ, ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਪ੍ਰਗਟ ਸਿੰਘ ਦੇ ਹਿੱਸੇ ਜੁੜਦਾ ਹੋਇਆ, ਕਹਿੰਦੇ ਵੀ ਲਿਆਕਤ ਅਲੀ ਬਿੱਲਾ ਤੇ ਦੂਜੇ ਪਾਸੇ ਦੇਵ ਦਿਆਲਪੁਰੇ ਪਿੰਡ ਦਾ ਜੋੜੀ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਲਓ ਦੇਖਾਂਗੇ ਵੀ ਅਮਨਦੀਪ ਸਿੰਘ ਨੌਜਵਾਨ ਕਬੱਡੀ ਪਾਉਂਦਾ ਹੋਇਆ, ਨਾਲ ਸਾਡਾ ਵੀਰ ਕਹਿੰਦੇ ਵੀ ਕਰਨਪਾਲ ਘੋਨਾ, ਨਾਲ ਹੀ ਸਾਡੇ ਸਤਿਕਾਰਯੋਗ ਲਛਮਣ ਘਾਲੀ ਜੀ ਰੰਡਿਆਲੇ ਪਿੰਡ ਦਾ, ਭਿੰਦਰ ਗੁਰਮੁਖ ਸਿੰਘ ਸੋਢੀ ਵਾਲੇ ਪਿੰਡ ਦਾ,
ਜਿਹਨੀਆਂ ਵੀ ਕਬੱਡੀ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ, ਅਫੀਸ਼ੀਅਲ ਵੀਰ ਪੁੱਜੇ ਹੋਏ ਨੇ, ਮਹਾਂਖੇਡ ਕਬੱਡੀ ਦੇ ਬੁਲਾਰੇ ਪੁੱਜੇ ਹੋਏ ਨੇ, ਆਪਾਂ ਆਪ ਸਭ ਦਾ ਧੰਨਵਾਦ ਕਰਦੇ ਹਾਂ। ਅਰਸ਼ ਉਮਰੀਆਂ ਨਾਲ ਹੀ ਸਾਡਾ ਵੀਰ ਦਿਲਬਾਗ ਗੱਜਣ ਵਾਲਾ ਕਹਿੰਦੇ ਵੀ ਕਮੈਂਟਰੀ ਦਾ ਜਾਦੂਗਰ ਹੈ, ਉਸ ਮੇਰੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਸਾਹਮਣੇ ਕਹਿੰਦੇ ਵੀ ਕੋਈ ਪਿਆਰ ਨਾਲ ਹਨੇਰੀ ਆਖਦਾ, ਘੱਲ ਕਲਾਂ ਪਿੰਡ ਕਹਿੰਦੇ ਵੀ ਸੁੱਖ ਘਾਲੀ ਦਾ ਪਿੰਡ ਹੈ, ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੇ ਲਈ ਵੱਡੀ ਦੇਣ ਹੈ। ਲਓ ਸਾਹਮਣੇ ਕਹਿੰਦੇ ਵੀ ਜਿਹੜੇ ਪਿੰਡ ਦਾ ਹਰਚੰਦ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਰਹਿੰਦਾ ਹੈ, ਕਹਿੰਦੇ ਵੀ ਸਾਡੇ ਰੇਸ਼ਮ ਸਿੰਘ ਜੀ ਪੁੱਜੇ ਹੋਏ ਆ, ਨਾਲ ਸਾਡੇ ਸਤਿਕਾਰਯੋਗ ਸਰਦਾਰ ਠਾਣਾ ਸਿੰਘ ਜੀ ਸਾਬਕਾ ਸਰਪੰਚ। ਲਓ ਸਾਹਮਣੇ ਬੋੜਾ ਧੱਲੇ ਕੇ ਪਿੰਡ ਦਾ ਬਹੁਤ ਸੋਹਣੀ ਕਰਦਾ ਕੋਸ਼ਿਸ਼, ਔਰ ਪੁਆਇੰਟ ਜਿਹੜਾ ਨੌਜਵਾਨ ਕਹਿੰਦੇ ਵੀ ਹਨੇਰੀ ਘੱਲਾਂ ਵਾਲਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਨਾਲ ਹੀ ਖੋਸੇ ਕੋਟਲੇ ਦੀ ਟੀਮ ਪਹੁੰਚੀ, ਆਪਾਂ ਬੇਨਤੀ ਕਰਦੇ ਹਾਂ ਔਗੜਾਂ ਦੀ ਟੀਮ, ਔਗੜਾਂ ਦੀ ਟੀਮ ਜਲਦੀ ਆ ਜਾਵੇ ਗਰਾਊਂਡ ਦੇ ਵਿੱਚ, ਆ ਗਏ ਹੋ ਟੇਰ ਸਿੰਘ ਜੀ ਕਲੱਬ ਜਨੇਰ ਤੇ ਹਸਨ ਭੱਟੀ, ਇਹਨਾਂ ਸਭ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜਣ। ਲਓ ਪ੍ਰਗਟ ਨੌਜਵਾਨ, ਔਰ ਨਾਲ ਹੀ ਸਾਡੇ ਸਤਿਕਾਰਯੋਗ ਠਾਣਾ ਸਿੰਘ ਜੀ ਸਰਪੰਚ ਮੇਰੇ ਛੋਟੇ ਵੀਰ ਅਮਰੀਕ ਨੂੰ 100 ਰੁਪਈਆ ਉਹਨਾਂ ਦੇ ਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ, ਅਸੀਂ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਬਾਈ ਅਮਰੀਕ ਓਪਨ ਟੀਮਾਂ ਨੂੰ ਸੱਦਾ ਦੇਈ ਜੱਲੀ, ਕਿਉਂਕਿ ਆਪਾਂ ਮੈਚ ਬਹੁਤ ਜਲਦੀ ਉਹਨਾਂ ਦੇ ਸ਼ੁਰੂ ਕਰਵਾਉਣੇ ਆ। ਓਪਨ ਦੀਆਂ ਟੀਮਾਂ ਨੂੰ ਵੀ ਜਿਹੜੇ ਸੱਦੇ ਦਿੱਤੇ ਜਾ ਰਹੇ ਨੇ, ਜਿੰਨੀਆਂ ਵੀ ਪਿੰਡ ਪੱਧਰ ਦੀਆਂ ਟੀਮਾਂ ਪਹੁੰਚੀਆਂ ਨੇ ਉਹ ਕਿਰਪਾ ਕਰਕੇ ਐਂਟਰ ਹੋ ਜਾਣ, ਕਿਉਂਕਿ ਸਹੀ ਸਮੇਂ ਤੇ ਜਿਹੜੇ ਮੈਚ ਸ਼ੁਰੂ ਕਰਵਾਏ ਜਾਣੇ ਆ, ਟਾਈਮ ਖੋਲਾ ਦਿੱਤਾ ਜਾਣਾ, ਇੱਕ ਇੱਕ ਕਬੱਡੀ ਦਾ ਆਨੰਦ ਮਾਣਿਆ ਜਾਵੇਗਾ। ਜਿੰਨੀਆਂ ਵੀ ਪਿੰਡ ਪੱਧਰ ਦੀਆਂ ਟੀਮਾਂ ਪਹੁੰਚੀਆਂ ਨੇ ਉਹ ਕਿਰਪਾ ਕਰਕੇ ਆਪਣੇ ਅੱਜ ਨਾਂ ਲਿਖਵਾ ਜਾਣ, ਆਪਾਂ ਬੇਨਤੀ ਕਰਦੇ ਹਾਂ। ਨਾਲ ਹੀ ਸਾਡੇ ਸਤਿਕਾਰਯੋਗ ਜਸਵੀਰ ਸਿੰਘ ਜੀ ਲਾਲੂ ਵੱਡੇ ਆਦਰ ਸਤਿਕਾਰ ਭੇਜਦੇ, ਆਪਾਂ ਧੰਨਵਾਦ ਕਰਦੇ ਹਾਂ 100 ਰੁਪਏ ਦੇ। ਨਾਲ ਹੀ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ ਵੱਡੇ ਆਦਰ ਸਤਿਕਾਰ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਲਓ ਦੇਖਦੇ ਵੀ ਨੌਜਵਾਨ ਇਸ ਵੇਲੇ ਘੱਲਾਂ ਵਾਲਾ ਕਹਿੰਦੇ ਵੀ ਆ ਨਿੰਦਰਾ ਸਿੱਧੂ ਕਹਿੰਦੇ ਵੀ ਸਾਹਮਣੇ ਨੌਜਵਾਨ ਲਾ ਤਕੜਾ ਜਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਪਣੀ ਟੀਮ ਦੇ ਲਈ। ਹੁਣ ਦਿਆਲਪੁਰ ਪਿੰਡ ਦਾ ਦੇਵ ਸਿੰਘ ਕਹਿੰਦੇ ਵੀ ਕੀ ਫੈਸਲੇ ਦੇਵੇਗਾ, ਇੱਕ ਦਿਆਲਪੁਰਾ ਭਾਈ ਕਾ ਹੈ, ਇੱਕ ਦਿਆਲਪੁਰਾ ਮਿਰਜੇ ਕਾ ਹੈ, ਦੋ ਪਿੰਡ ਲਾਗੇ ਲਾਗੇ ਹੈ ਤੇ ਦਿਆਲਪੁਰਾ ਕਹਿੰਦੇ ਵੀ ਮਿਰਜੇ ਕਾ ਪਿੰਡ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੱਤਾ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਰਾਜੀ ਅਗਲੀ ਕਬੱਡੀ ਪਾਉਂਦਾ ਹੋਇਆ, ਰਾਜੀ ਧੱਲੇ ਕੇ ਪਿੰਡ ਕਹਿੰਦੇ ਵੀ ਮਹਿਤੇ ਦਾ ਪਿੰਡ ਹੈ, ਨਾਜਰ ਵੈਦ ਨੇ ਕਬੱਡੀ ਖੇਡੀ ਹੈ, ਗਰਨੈਲੇ ਵਰਗਿਆਂ ਨੇ, ਅਜੈਬ ਸੋ ਵਰਗਿਆਂ ਨੇ ਕਬੱਡੀ ਖੇਡੀ ਤੇ ਧੱਲੇ ਕੇ ਪਿੰਡ ਦਾ ਚਰਨਾ ਕਹਿੰਦੇ ਵੀ ਕੈਨੇਡਾ ਖੇਡਿਆ, ਉਸੇ ਪਿੰਡ ਦਾ ਅੰਗਰੇਜ਼ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਛਾਇਆ ਹੋਇਆ ਖਿਡਾਰੀ ਹੈ, ਸੱਦੇ ਵੀ ਦੇ ਰਿਹਾ 7 ਤਰੀਕ ਦੇ ਲਈ ਧੱਲੇ ਕਿਆਂ ਦੀ ਧਰਤੀ ਤੇ ਮੈਚ ਸਮਾਪਤ ਹੈ। ਇਹਦੇ ਨਾਲ ਹੀ ਧੱਲੇ ਕਿਆਂ ਦੇ ਪੁਆਇੰਟ ਆ ਜੀ 15.5 ਤੇ ਘੱਲ ਕਲਾਂ ਦੇ ਪੁਆਇੰਟ ਆ 13, ਇਹਦੇ ਵਿੱਚੋਂ ਧੱਲੇ ਕਿਆਂ ਦੀ ਟੀਮ ਜਿਹੜੀ ਉਹ ਜੇਤੂ ਟੀਮ ਹੈ। ਔਰ ਨਾਲ ਹੀ ਇੱਕ ਵਾਰ ਫਿਰ ਤੋਂ ਅਸੀਂ ਬੇਨਤੀ ਕਰਦੇ ਹਾਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪਹਿਰੇਦਾਰ ਅਖਬਾਰ ਵੱਲੋਂ ਜੋ ਮੁਹਿੰਮ ਚਲਾਈ ਆ, ਜਗਜੀਤ ਸਿੰਘ ਜੀ ਦੀਸ਼ਾ ਵੀਰ ਮਗਰ ਖੜੇ ਨੇ, ਸਟਾਲ ਉਹਨਾਂ ਦਾ ਲਾਇਆ ਹੋਇਆ, ਉੱਥੇ ਦਸਤਖਤ ਜ਼ਰੂਰ ਕਰੋ, ਮੁਹਿੰਮ 'ਚ ਹਿੱਸਾ ਲਓ। ਪਹਿਰੇਦਾਰ ਅਖਬਾਰ ਵੱਲੋਂ ਇਹ ਵੱਡਾ ਉਪਰਾਲਾ। ਹਾਂਜੀ, ਜਿਹੜੇ ਬਾਕੀ ਦੇ ਸਾਡੇ ਨਾਮ ਰਹਿ ਗਏ ਸਨ ਦਾਨੀ ਸੱਜਣਾ ਦੇ, ਉਹ ਸਾਡੇ ਪ੍ਰਧਾਨ ਸਾਹਿਬ ਹੁਣ ਇਸ ਬ੍ਰੇਕ ਦੌਰਾਨ ਬੋਲਣਗੇ। ਸਰਦਾਰ ਇਕਬਾਲ ਸਿੰਘ ਕਵਾਲੀ ਜੋ ਰੱਸਾ ਕਸੀ ਦੇ ਬਹੁਤ ਵਧੀਆ ਪਲੇਅਰ ਰਹਿ ਚੁੱਕੇ ਆ ਅਤੇ ਕਬੱਡੀ ਵੀ ਖੇਡਦੇ ਰਹੇ ਆ, ਸਨ ਆਫ ਸਰਦਾਰ ਸਵਰਗ ਵਾਸੀ ਅਜਮੇਰ ਸਿੰਘ ਫੁੱਫੜ ਸਾਹਿਬ ਉਹਨਾਂ ਵੱਲੋਂ 1000 ਰੁਪਏ, ਸਰਦਾਰ ਰੇਸ਼ਮ ਸਿੰਘ ਸਨ ਆਫ ਸਰਦਾਰ
ਅਮਰ ਸਿੰਘ ਸਵਰਗਵਾਸੀ ਨੰਬਰਦਾਰ ਸਾਹਿਬ 1000 ਰੁਪਏ, ਸਰਦਾਰ ਰਣਜੀਤ ਸਿੰਘ ਸੋਢੀ ਸਾਹਿਬ ਜੋ ਕਿ ਇੱਥੇ ਮੈਚ ਦਾ ਆਨੰਦ ਵੀ ਮਾਣ ਰਹੇ ਆ 1100 ਰੁਪਏ, ਸਰਦਾਰ ਬਲੌਰ ਸਿੰਘ ਸਨ ਆਫ ਸਰਦਾਰ ਸਵਰਗਵਾਸੀ ਅਜਮੇਰ ਸਿੰਘ ਫੁੱਫੜ 1000 ਰੁਪਏ, ਤੇਜਾ ਸਿੰਘ ਸਨ ਆਫ ਸਰਦਾਰ ਜੱਗਾ ਸਿੰਘ 1100 ਰੁਪਏ, ਨਵਜੋਤ ਸਿੰਘ ਜੋਤੀ 1100 ਰੁਪਏ, ਜਸਕਰਨ ਸਿੰਘ ਸਨ ਆਫ ਸਰਦਾਰ ਸਵਰਗਵਾਸੀ ਮਲਕੀਤ ਸਿੰਘ 1100 ਰੁਪਏ, ਜਗਰੂਪ ਸਿੰਘ ਅਤੇ ਜੱਗਾ ਸਿੰਘ ਜੋ ਸਵਰਗਵਾਸੀ ਮੇਹਰ ਸਿੰਘ ਦੇ ਪੋਤਰੇ ਹਨ 1100 ਰੁਪਏ, ਗੁਰਦੀਪ ਸਿੰਘ ਸਨ ਆਫ ਸਰਦਾਰ ਸਵਰਗਵਾਸੀ ਬਸੰਤ ਸਿੰਘ 1100 ਰੁਪਏ, ਕੁਲਵੰਤ ਸਿੰਘ ਪੱਪੀ ਡੇਰੀ ਵਾਲਾ 1100 ਰੁਪਏ, ਸ਼ਹੀਦ ਊਧਮ ਸਿੰਘ ਕਲੱਬ 1200 ਰੁਪਏ। ਇਹ ਅੱਗੇ ਵੀ ਹਰ ਵਾਰ ਸਾਨੂੰ ਬਹੁਤ ਸਹਿਯੋਗ ਦਿੰਦੇ ਆ, ਅਸੀਂ ਸ਼ਹੀਦ ਊਧਮ ਸਿੰਘ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਰਸ਼ਨ ਸਿੰਘ ਸਨ ਆਫ ਸਰਦਾਰ ਬਲਜੀਤ ਸਿੰਘ 1000 ਰੁਪਏ, ਸਰਦਾਰ ਸੋਮਾ ਸਿੰਘ ਫੌਜੀ ਸਾਹਿਬ 1000 ਰੁਪਏ, ਰਣਜੀਤ ਸਿੰਘ ਸਨ ਆਫ ਸਰਦਾਰ ਜਗਜੀਤ ਸਿੰਘ ਜੀ ਜਥੇਦਾਰ ਜੀਸਾ ਜੀ ਦੁਕਾਨ ਵਾਲੇ 1000 ਰੁਪਏ, ਸਾਧੂ ਸਿੰਘ ਸਨ ਆਫ ਸਰਦਾਰ ਸਵਰਗਵਾਸੀ ਸਰਮੁਖ ਸਿੰਘ ਜੀ ਖੇਤ ਵਾਲੇ 1000 ਰੁਪਏ, ਸਰਦਾਰ ਦੁੱਲਾ ਸਿੰਘ ਸਨ ਆਫ ਸਰਦਾਰ ਤਾਰਾ ਸਿੰਘ 1000 ਰੁਪਏ, ਗੁਰਵਿੰਦਰ ਸਿੰਘ ਖੋਸਾ ਕੋਟਲਾ ਡੇਰੀ ਵਾਲੇ ਜੋ ਕਰਨਪਾਲ ਕਾਕਾ ਜੀ ਦੇ ਬਹੁਤ ਵਧੀਆ ਫਰੈਂਡ ਨੇ 1000 ਰੁਪਏ, ਸਰਦਾਰ ਹਰਪਾਲ ਸਿੰਘ ਪਾਲੀ ਜੀ ਜੋ ਸਾਡੇ ਕਲੱਬ ਦੇ ਹੋਣਹਾਰ ਮੈਂਬਰ ਨੇ 1100 ਰੁਪਏ, ਸਰਦਾਰ ਹਰਦਿਆਲ ਸਿੰਘ ਦਿਆਲੀ ਸਵਰਗਵਾਸੀ ਉਹਨਾਂ ਵੱਲੋਂ 500 ਰੁਪਏ, ਬੱਗਾ ਸਿੰਘ ਕੈਂਟਰ ਵਾਲੇ 500 ਰੁਪਏ, ਜਗਦੇਵ ਸਿੰਘ ਕਾਕੂ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹਿ ਚੁੱਕੇ 1500 ਰੁਪਏ, ਮੰਦਰ ਸਿੰਘ ਸਨ ਆਫ ਸਰਦਾਰ ਮਲਕੀਤ ਸਿੰਘ 500 ਰੁਪਏ, ਮਹਿੰਦਰ ਸਿੰਘ ਸਾਬਕਾ ਸਰਪੰਚ ਸਾਹਿਬ 500 ਰੁਪਏ, ਜਗਤਾਰ ਸਿੰਘ ਸਨ ਆਫ ਸਰਵਣ ਸਿੰਘ 500 ਰੁਪਏ, ਬੰਤ ਸਿੰਘ ਸਨ ਆਫ ਸਰਦਾਰ ਰਾਮ ਸਿੰਘ 500 ਰੁਪਏ, ਗਿੰਦਰ ਸਿੰਘ ਸਨ ਆਫ ਭਗਵਾਨ ਸਿੰਘ ਮਿਸਤਰੀ ਸਾਹਿਬ 500 ਰੁਪਏ, ਜਥੇਦਾਰ ਗੁਰਦੇਵ ਸਿੰਘ ਸਨ ਆਫ ਸਰਦਾਰ ਦਮਨ ਸਿੰਘ ਜੀ 500 ਰੁਪਏ, ਜਗਰਾਜ ਸਿੰਘ ਸਨ ਆਫ ਬਲਵੀਰ ਸਿੰਘ 500 ਰੁਪਏ, ਲਖਵੀਰ ਸਿੰਘ ਸਨ ਆਫ ਸਰਦਾਰ ਗੁਰਚਰਨ ਸਿੰਘ ਜੀ ਚੰਨਾ ਸਵਰਗਵਾਸੀ ਨੰਬਰਦਾਰ ਸਾਹਿਬ 500 ਰੁਪਏ, ਮਿਸਤਰੀ ਬੰਤ ਸਿੰਘ ਸਨ ਆਫ ਸਰਦਾਰ ਪਾਲਾ ਸਿੰਘ 500 ਰੁਪਏ, ਮਿਸਤਰੀ ਬਲਦੇਵ ਸਿੰਘ ਮੈਂਬਰ ਸਾਹਿਬ 500 ਰੁਪਏ, ਭਿਖਾਰੀ ਰਿਸ਼ੀ ਜੀ 500 ਰੁਪਏ, ਬਲਜੀਤ ਸਿੰਘ ਸਨ ਆਫ ਮੰਗਲ ਸਿੰਘ 500 ਰੁਪਏ, ਭਜਨ ਸਿੰਘ ਦੁਕਾਨ ਵਾਲੇ 500 ਰੁਪਏ, ਸੁਰਿੰਦਰ ਸਿੰਘ ਸਨ ਆਫ ਬੂਟ ਸਿੰਘ ਬੈਂਕ ਵਾਲੇ 500 ਰੁਪਏ, ਦਿਆਲਾ ਸਿੰਘ ਮੈਂਬਰ ਪੰਚਾਇਤ 500 ਰੁਪਏ, ਰੇਸ਼ਮ ਸਿੰਘ ਸਨ ਆਫ ਤਾਰਾ ਸਿੰਘ 500 ਰੁਪਏ, ਸੁਖਦੇਵ ਸਿੰਘ ਸੂਬੇਦਾਰ 500 ਰੁਪਏ, ਗੁਰਤੇਜ ਸਿੰਘ ਮੱਲੀ ਸਾਹਿਬ ਖੋਸਾ ਜਲਾਲ 500 ਰੁਪਏ, ਗਿਆਨ ਸਿੰਘ ਜਥੇਦਾਰ ਜੋ ਸਰਦਾਰ ਰਾਮ ਸਿੰਘ ਕੇਵਲ ਆਪਰੇਟਰ ਦੇ ਭਰਾਤਾ ਹਨ 500 ਰੁਪਏ, ਮਿਸਤਰੀ ਭਜਨ ਸਿੰਘ ਜਥੇਦਾਰ ਸਾਹਿਬ 500 ਰੁਪਏ, ਗੁਰਪਾਲ ਸਿੰਘ ਕਾਲਾ ਜੀ ਸਾਬਕਾ ਮੈਂਬਰ ਪੰਚਾਇਤ ਨੰਬਰਦਾਰ ਸਾਹਿਬ 500 ਰੁਪਏ, ਹਰਦੀਪ ਸਿੰਘ ਸਨ ਆਫ ਸਰਦਾਰ ਕਰਮ ਸਿੰਘ 500 ਰੁਪਏ, ਦਰਸ਼ਨ ਸਿੰਘ ਸਨ ਆਫ ਜੀਤਾ ਸਿੰਘ 500 ਰੁਪਏ, ਮੈਦਾਨ ਟ੍ਰੇਨਿੰਗ ਕੰਪਨੀ 500 ਰੁਪਏ, ਵਿੱਕੀ ਖੋਸਾ 500 ਰੁਪਏ, ਜਥੇਦਾਰ ਹਾਕਮ ਸਿੰਘ 500 ਰੁਪਏ, ਬਾਂਸਾ ਬਿਜਲੀ ਵਾਲਾ 500 ਰੁਪਏ, ਬਲਜੀਤ ਸਿੰਘ ਗੁਰਦੇਵ ਸਿੰਘ 500 ਰੁਪਏ, ਮੁਖਤਿਆਰ ਸਿੰਘ ਠੇਕੇਦਾਰ 500 ਰੁਪਏ, ਗੁਰਦਿੱਤ ਸਿੰਘ ਸਨ ਆਫ ਸੁਦਾਗਰ ਸਿੰਘ 500 ਰੁਪਏ, ਕਰਮਜੀਤ ਸਿੰਘ ਸੇਵਕ ਸਿੰਘ ਠੇਕੇਦਾਰ ਸਾਹਿਬ 500 ਰੁਪਏ,
ਨਿਰਮਲ ਕਾਲੜਾ ਜੀ ਪੱਤਰਕਾਰ ਜੋ ਕਿ ਬਹੁਤ ਹੀ ਵਧੀਆ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਹਨ। 500 ਰੁਪਏ ਅੰਗਰੇਜ਼ ਸਿੰਘ ਗੇਜਾ ਸਨ ਆਫ ਸਰਦਾਰ ਨਛੱਤਰ ਸਿੰਘ, 500 ਰੁਪਏ ਰੁਪਿੰਦਰ ਸਿੰਘ ਦੁਕਾਨ ਵਾਲੇ, ਮਹਿੰਦਰ ਸਿੰਘ ਜਥੇਦਾਰ ਦੁਕਾਨ ਵਾਲੇ 500 ਰੁਪਏ, ਗੁਰਦੇਵ ਸਿੰਘ ਹਲਵਾਈ 500 ਰੁਪਏ, ਚਰਨਜੀਤ ਸਿੰਘ ਸਨ ਆਫ ਸੁਖਮੰਦਰ ਸਿੰਘ 500 ਰੁਪਏ, ਗੁਰਦੀਪ ਸਿੰਘ ਨੈਸਲੇ ਵਾਲੇ 500 ਰੁਪਏ, ਭਿੰਦਾ ਮੋਟਰਾਂ ਵਾਲਾ 500 ਰੁਪਏ, ਜਥੇਦਾਰ ਚਮਕੌਰ ਸਿੰਘ 500 ਰੁਪਏ, ਸੁਖਦੇਵ ਸਿੰਘ ਨੈਸਲੇ ਖੋਸਾ ਕੋਟਲਾ 500 ਰੁਪਏ, ਨਛੱਤਰ ਸਿੰਘ ਖੋਸਾ ਜਲਾਲ 500 ਰੁਪਏ, ਸੁਖਜਿੰਦਰ ਸਿੰਘ ਸਨ ਆਫ ਪ੍ਰੀਤਮ ਸਿੰਘ 500 ਰੁਪਏ, ਬਾਹੂ ਸਿੰਘ ਰੋਡਵੇਜ ਵਾਲੇ 500 ਰੁਪਏ, ਮਨਜੀਤ ਸਿੰਘ ਸਨ ਆਫ ਬਸੰਤ ਸਿੰਘ 500 ਰੁਪਏ, ਜੀਤ ਸਿੰਘ ਸਨ ਆਫ ਜੱਗਾ ਸਿੰਘ 500 ਰੁਪਏ, ਨਿਰਮਲ ਸਿੰਘ ਸਨ ਆਫ ਬਲਵੀਰ ਸਿੰਘ 500 ਰੁਪਏ, ਮਿਸਤਰੀ ਗੁਰਦੇਵ ਸਿੰਘ ਸਨ ਆਫ ਮੁਖਤਿਆਰ ਸਿੰਘ 500 ਰੁਪਏ, ਪੱਪੀ ਸਿੰਘ ਅਤੇ ਧਰਮਵੀਰ ਸਿੰਘ ਮਿਸਤਰੀ ਸਾਹਿਬ 500 ਰੁਪਏ, ਜਿੰਦਰ ਸਿੰਘ ਸਨ ਆਫ ਚਮਕੌਰ ਸਿੰਘ 500 ਰੁਪਏ, ਪਿਆਰਾ ਸਿੰਘ ਰੱਸਾਕਸ਼ੀ ਪਲੇਅਰ 500 ਰੁਪਏ, ਰਣਜੀਤ ਸਿੰਘ ਸਨ ਆਫ ਬਸੰਤ ਸਿੰਘ ਜੀ 500 ਰੁਪਏ। ਅਸੀਂ ਇਹਨਾਂ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ ਬਾਕੀ ਨਾਮ ਰਹਿੰਦੇ ਹਨ ਉਹ ਬਾਅਦ ਵਿੱਚ ਬੋਲੇ ਜਾਣਗੇ। ਔਰ ਨਾਲ ਹੀ ਮੈਂ ਬੇਨਤੀ ਕਰਦਾ ਨੈੱਟ ਵਾਲੇ ਵੀਰਾਂ ਨੂੰ, ਪੰਜਾਬ ਲਾਈਵ ਵਨ ਵਾਲਿਆਂ ਨੂੰ, ਕਿ ਬਾਹਰੋਂ 2-3 ਕਾਲਾਂ ਆਈਆਂ, ਉਹ ਕਹਿੰਦੇ ਬਾਈ ਜੀ ਇੱਥੇ ਰਾਤ ਦੇ 12 ਵੱਜ ਚੁੱਕੇ, ਅਸੀਂ ਸਪੈਸ਼ਲ ਮੈਚ ਦੇਖਣ ਬਾਰੇ ਹੀ ਇੱਥੇ ਜਾਗ ਰਹੇ ਹਾਂ। ਪਹਿਲਾਂ ਤਾਂ ਚਲੋ ਬਿਜਲੀ ਦੀ ਸਮੱਸਿਆ ਸੀ, ਪਰ ਹੁਣ ਵੀ ਉਹ ਕਹਿੰਦੇ ਨੈੱਟ ਜਿਹੜਾ ਕਲੀਅਰ ਨਹੀਂ ਆ ਰਿਹਾ, ਜੇ ਕੋਈ ਤਕਨੀਕੀ ਨੁਕਸਾ ਤਾਂ ਇਸ ਨੂੰ ਦੂਰ ਕੀਤਾ ਜਾਵੇ। ਪੰਜਾਬ ਲਾਈਵ ਵਨ ਵਾਲਿਆਂ ਨੂੰ ਬੇਨਤੀ ਆ ਕਿ ਨੈੱਟ ਦੀ ਜਿਹੜੀ ਵੀ ਕੋਈ ਨੁਕਸਾ ਤਕਨੀਕੀ ਤੌਰ 'ਤੇ ਉਹਨੂੰ ਠੀਕ ਕੀਤਾ ਜਾਵੇ। ਲਓ ਸਾਹਮਣੇ ਦੇਖਦੇ ਵੀ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਬਿਲਕੁਲ ਸ਼ੁਰੂ ਹੋ ਚੁੱਕਾ। ਇੱਕ ਪਾਸੇ ਕਹਿੰਦੇ ਵੀ ਔਗੜੋਂ ਦੀ ਟੀਮ ਹੈ, ਦੂਜੇ ਪਾਸੇ ਕਹਿੰਦੇ ਵੀ ਖੋਸੇ ਕੋਟਲੇ ਦੀ ਟੀਮ ਹੈ। ਲਓ ਦੇਖਾਂਗੇ ਵੀ ਔਗੜਾਂ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਰਾਜੂ ਨੇ ਬਹੁਤ ਸੋਹਣੀ ਕੀਤੀ ਹੈ ਕੋਸ਼ਿਸ਼ ਡੱਕ ਲੈਣ ਦੀ, ਪਰ ਪੁਆਇੰਟ ਜਿਹੜਾ ਕਹਿੰਦੇ ਵੀ ਔਗੜਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਜਸਕਰਨ ਸਿੰਘ ਮਾਪਿਆਂ ਨੇ ਨਾਮ ਰੱਖਿਆ, ਲੋਕੀ ਬਰਾੜ ਆਖਦੇ ਆ, ਕਹਿੰਦੇ ਬਾਬੇ ਮੋਹਨਦਾਸ ਦੀ ਧਰਤੀ ਆ ਪਿੰਡ ਕੋਟ ਸੁਖੀਆ, ਕੋਟ ਸੁਖੀਆ ਦਾ ਮੋਛਾ ਬਹੁਤ ਮਸ਼ਹੂਰ ਹੈ। ਲਓ ਸਾਹਮਣੇ ਕਹਿੰਦੇ ਵੀ ਬੱਗਿਆਣੇ ਦੇ ਲਾਗੇ, ਮੁਦਕੀ ਦੇ ਲਾਗੇ, ਕਹਿੰਦੇ ਵੀ ਕੋਟ ਸੁਖੀਆ ਪਿੰਡ ਹੈ। ਲਓ ਸਾਹਮਣੇ ਬਰਾੜ ਨੌਜਵਾਨ ਕਬੱਡੀ ਪਾਉਂਦਾ ਹੋਇਆ, ਦੂਜੇ ਪਾਸੇ ਕਹਿੰਦੇ ਵੀ ਘਾਲੀ ਨਾਮ ਹੈ, ਔਗੜ ਪਿੰਡ ਹੈ, ਔਰ ਪੁਆਇੰਟ ਜਿਹੜਾ ਜਸਕਰਨ ਸਿੰਘ ਬਰਾੜ ਖੋਸੇ ਕੋਟਲੇ ਦੀ ਟੀਮ ਲਈ ਬਹੁਤ ਸੋਹਣੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਲਓ ਅਗਲੀ ਕਬੱਡੀ ਦੇਖਦੇ ਵੀ ਨੌਜਵਾਨ ਗੋਰਾ ਇਸ ਵੇਲੇ ਔਗੜ ਪਿੰਡ ਵਾਲਾ, ਇੱਕ ਪਾਸੇ ਕਹਿੰਦੇ ਵੀ ਪਿੰਡਾਂ ਤੇ ਦੂਜੇ ਪਾਸੇ ਨੌਜਵਾਨ ਕਾਕਾ ਖੋਸੇ ਕੋਟਲੇ ਪਿੰਡ ਦਾ, ਵਿਚਕਾਰ 2 ਨੰਬਰ ਤੇ ਕਹਿੰਦੇ ਵੀ ਰਾਜਾ ਲੋਪੋ ਦੀ ਧਰਤੀ ਦਾ, ਨਾਲ ਕਹਿੰਦੇ ਵੀ ਹਰਪ੍ਰੀਤ ਸਿੰਘ ਲੋਕੀ ਗੋਪੀ ਆਖਦੇ ਆ। ਲਓ ਸਾਹਮਣੇ ਦੇਖਦੇ ਵੀ ਹੁਣ 4 ਜਾਫੀ ਹੈ, 4 ਜਾਫੀਆਂ ਦੇ ਵਿੱਚੋਂ ਕੌਣ ਵੱਧ ਕੇ ਕਰੂ ਕੋਸ਼ਿਸ਼। ਲਓ ਸਾਹਮਣੇ ਕਹਿੰਦੇ ਵੀ ਰਾਜਾ ਲੋਪੋ ਦੀ ਧਰਤੀ ਦਾ ਡੱਕ ਨਹੀਂ ਸਕਿਆ, ਤੇ ਪੁਆਇੰਟ ਜਿਹੜਾ ਕਹਿੰਦੇ ਵੀ ਔਗੜਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਜੱਸੇ ਨੌਜਵਾਨ ਦੀ ਪਾਈ ਹੋਈ ਕਬੱਡੀ, ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਇੰਟਰ ਹੋ ਸਕਦੀ ਹੈ, ਟਾਈਆਂ ਕੱਢਣ ਲੱਗੇ ਆ। ਓਪਨ ਦੀ ਕੋਈ ਵੀ ਟੀਮ ਆਈ ਹੋਵੇ ਤਾਂ ਅਸੀਂ ਟਾਈਆਂ ਪਾਉਣ ਲੱਗੇ ਆ। ਸਾਡੇ ਦਰਮਿਆਨ ਥਾਣਾ ਕੋਟੀਸੇ ਖਾਂ ਤੋਂ ਮੁਲਾਜ਼ਮ ਸਾਹਿਬਾਨ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸੁਬਹਾ ਅਸੀਂ ਬੇਨਤੀ ਕਰਕੇ ਆਏ ਸੀ ਥਾਣੇ ਜਾ ਕੇ, ਸੋ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਥਾਣਾ ਕੋਟੀਸੇ ਖਾਂ ਤੋਂ ਜਿਹੜੇ ਮੁਲਾਜ਼ਮ ਸਾਡੇ ਦਰਮਿਆਨ ਆ ਚੁੱਕੇ ਨੇ, ਨਾਲ ਹੀ ਕਲੱਬ ਟੀਮਾਂ ਨੂੰ ਅਸੀਂ ਫਿਰ ਬੇਨਤੀ ਕਰਦੇ ਹਾਂ, ਜਿੰਨੀਆਂ ਵੀ ਕਲੱਬ ਟੀਮਾਂ ਸਾਡੇ ਕੋਲ ਪਹੁੰਚ ਚੁੱਕੀਆਂ, ਕਿਰਪਾ ਕਰਕੇ ਆਪਣੇ ਨਾਮ ਐਂਟਰ ਕਰਵਾ ਦੇਣ, ਅਸੀਂ ਬਹੁਤ ਜਲਦੀ ਉਹਨਾਂ ਦੇ ਜਿਹੜੇ ਮੈਚ ਆ ਸਟਾਰਟ ਕਰ ਦੇਣੇ ਆ। ਕਲੱਬ ਟੀਮਾਂ ਨੂੰ ਬੇਨਤੀ ਆ, ਜਿੰਨੀਆਂ ਵੀ ਸਾਡੇ ਕੋਲ ਆਈਆਂ ਨੇ ਉਹ ਆਪਣੇ ਨਾਮ ਐਂਟਰ ਕਰਵਾ ਦੇਣ। ਨਾਲ ਹੀ ਸਤਿਕਾਰਯੋਗ ਸਾਡੇ
ਸਰਦਾਰ ਸੁਖਜਿੰਦਰ ਸਿੰਘ ਜੀ ਜਿਨ੍ਹਾਂ ਨੇ ਫਸਟ ਪ੍ਰਾਈਜ਼ ਦੇਣਾ ਇੱਕ ਪਿੰਡ ਓਪਨ ਦਾ, ਉਹਨਾਂ ਵੱਲੋਂ 200 ਰੁਪਏ ਦੇ ਵੱਡੇ ਆਦਰ ਸਤਿਕਾਰ ਪੁੱਜੇ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਸਾਡੇ ਜਮੇਰ ਸਿੰਘ ਜੀ ਕੈਨੇਡੀਅਨ ਸਾਹਿਬ, ਗੁਰਮੇਲ ਸਿੰਘ ਜੀ ਪ੍ਰਧਾਨ ਸਾਹਿਬ ਤੇ ਗੁਰਪਾਲ ਕਹਿੰਦੇ ਵੀ ਸਾਡਾ ਵੀਰ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਤੇ ਵਸ ਗਿਆ, ਵੱਡੇ ਆਦਰ ਸਤਿਕਾਰ ਭੇਜਦੇ ਆ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ। 200 ਰੁਪਏ ਦੇ ਲਓ ਸਾਹਮਣੇ ਜਸਕਰਨ ਸਿੰਘ ਬਰਾੜ, ਨੌਜਵਾਨ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਖੋਸੇ ਕੋਟਲੇ ਦੀ ਟੀਮ ਦੇ ਲਈ। ਸਾਹਮਣੇ ਦੇਖਦੇ ਵੀ ਨੌਜਵਾਨ ਦੀ ਪਾਈ ਹੋਈ ਕਬੱਡੀ, ਜਿੱਥੇ ਕਹਿੰਦੇ ਵੀ ਪਰਮਜੀਤ ਪੰਮੇ ਹੋਣੀ ਕਹਿੰਦੇ ਵੀ ਗੁਰਪਾਲ ਹੋਣੀ ਜੁੜ ਚੁੱਕੇ ਨੇ ਸਾਡੇ ਵੀਰ ਨੈੱਟ ਦੇ ਜ਼ਰੀਏ। ਸਾਡਾ ਵੀਰ ਕੋਕਾ ਕਹਿੰਦੇ ਵੀ ਕਬੱਡੀ ਖਿਡਾਰੀ ਟੌਪ ਦਾ ਰਿਹਾ, ਉਹ ਵੀ ਨੈੱਟ ਦੇ ਜ਼ਰੀਏ ਮੈਚਾਂ ਦਾ ਆਨੰਦ ਮਾਣ ਰਿਹਾ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਕਾਕਾ ਖੋਸੇ ਕੋਟਲੇ ਪਿੰਡ ਦਾ ਗੁੱਟ ਫੜ ਲੱਗਦੀ ਹੋਈ ਕੈਂਚੀ, ਗੱਲ ਕਸੂਤੀ ਬਣ ਗਈ ਹੈ, ਨਹੀਂ ਰੀਸਾ ਵਾਸ ਸੁਣ ਰਿਹਾ ਕਿ ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ, ਬੇ ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ। ਪੁਆਇੰਟ ਜਿਹੜਾ ਔਗੜਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਜੱਸਾ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਜੱਸੇ ਦੀ ਪਾਈ ਹੋਈ ਕਬੱਡੀ ਤੇ ਤਿੰਨ ਜਾਫੀ, ਇੱਕ ਪਾਸੇ ਕਹਿੰਦੇ ਵੀ ਮੁੰਡਾ ਸਿੱਖ ਸਰਦਾਰ ਹੈ, ਵਿਚਕਾਰ ਕਹਿੰਦੇ ਵੀ ਘਾਲੀ ਔਗੜਾ ਵਾਲਾ, ਦੂਜੇ ਪਾਸੇ ਕਹਿੰਦੇ ਵੀ ਨੌਜਵਾਨ ਖਹਿਰਾ ਰੌਕਿਆਂ ਦੀ ਧਰਤੀ ਦਾ। ਹੁਣ ਤਿੰਨ ਜਾਫੀ ਖਹਿਰਾ ਨੌਜਵਾਨ ਕਹਿੰਦੇ ਵੀ ਰੌਕਿਆਂ ਦੀ ਧਰਤੀ ਦਾ, ਡੱਕ ਲੈਣ ਦੀ ਕਰਦਾ ਹੋਇਆ ਕੋਸ਼ ਖੇਡ ਮੈਦਾਨ ਦੇ ਵਿੱਚ। ਤਿੰਨ ਪੁੱਤ ਜਰਨੈਲ ਸਿੰਘ ਦੇ ਹੈ, ਵੱਡਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਰੈਸਟੋਰੈਂਟ ਖੋਲੀ ਬੈਠਾ ਹੈ, ਤੇ ਆ ਜੱਸਾ ਕਹਿੰਦੇ ਵੀ ਕਬੱਡੀ ਨਾਲ ਇਸ਼ਕ ਕਰ ਬੈਠਾ ਹੈ। ਲਓ ਦੇਖਦੇ ਵੀ ਨੌਜਵਾਨ ਇਸ ਵੇਲੇ ਔਗੜਾਂ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ, ਲਓ ਸਾਹਮਣੇ ਦੇਖਦੇ ਵੀ ਔਗੜਾਂ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ। ਇੱਕ ਪਾਸੇ ਕਹਿੰਦੇ ਵੀ ਹਰਪ੍ਰੀਤ ਸਿੰਘ ਲੋਕੀ ਗੋਪੀ ਆਖਦੇ ਹੈ, ਦੂਜੇ ਪਾਸੇ ਕਹਿੰਦੇ ਵੀ ਰਾਜਾ ਲੋਪੋ ਦੀ ਧਰਤੀ ਦਾ, ਵਿਚਕਾਰ ਕਹਿੰਦੇ ਵੀ ਰਾਜੂ ਤੇ ਪਿੰਡਾਂ ਜਿਹੜੇ ਚਾਰ ਟੌਪ ਦੇ ਜਾਫੀ ਹੈ। ਲਓ ਸਾਹਮਣੇ ਨੌਜਵਾਨ ਰਾਜਾ ਲੋਪੋ ਦੀ ਧਰਤੀ ਦਾ ਕਰਦਾ ਕੋਸ਼ਿਸ਼ ਡੱਕ ਲੈਣ ਦੀ, ਪਰ ਪੁਆਇੰਟ ਜਿਹੜਾ ਉਹ ਔਗੜਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਜਸਕਰਨ ਸਿੰਘ ਬਰਾੜ ਅਗਲੀ ਕਬੱਡੀ ਪਾਉਂਦਾ ਹੋਇਆ ਸਾਹਮਣੇ, ਜਸਕਰਨ ਸਿੰਘ ਬਰਾੜ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ। ਕੋਟ ਸੁਖੀਆ ਪਿੰਡ ਕਹਿੰਦੇ ਵੀ ਰਾਮ ਦਾ ਪਿੰਡ ਹੈ, ਇਟਲੀ ਦੇ ਵਿੱਚ ਬਹੁਤ ਸੋਹਣਾ ਖੇਡਿਆ, ਔਰ ਕੋਟ ਸੁਖੀਆ ਪਿੰਡ ਕਹਿੰਦੇ ਵੀ ਲੱਖੇ ਵਰਗਿਆਂ ਦਾ ਪਿੰਡ ਹੈ, ਬਿੱਟੂ ਭਲਵਾਨ ਦਾ ਪਿੰਡ ਹੈ। ਲਓ ਸਾਹਮਣੇ ਦੇਖਦੇ ਵੀ ਖਹਿਰਾ ਰੌਕੇ ਪਿੰਡ ਵਾਲਾ ਨੌਜਵਾਨ ਬਹੁਤ ਸੋਹਣੀ ਕਰਦਾ ਕੋਸ਼ਿਸ਼ ਡੱਕ ਲੈਣ ਦੀ, ਪਰ ਦੇਖਾਂਗੇ ਵੀ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੇਗਾ। ਜਸਕਰਨ ਸਿੰਘ ਬਰਾੜ ਬੜੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਖੋਸੇ ਕੋਟਲੇ ਦੀ ਟੀਮ ਦੇ ਲਈ। ਔਰ ਨਾਲ ਹੀ ਆਪਾਂ ਧੰਨਵਾਦ ਕਰਦੇ ਵੀ ਰਾਮ ਉਨੀ, ਫੌਜੀ ਉਨੀ, ਰਣਜੀਤ ਉਨੀ, ਕਹਿੰਦੇ ਵੀ ਕਾਫੀ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਤਸਵੀਰ ਜਾ ਰਹੀ ਹੈ ਉਸ ਕਬੱਡੀ ਕੱਪ ਦੀ। ਔਰ ਨਾਲ ਪੰਜਾਬ ਲਾਈਵ ਵੰਨ ਵਾਲੇ ਸਾਡੇ ਵੀਰ ਇੰਦਰਜੀਤ ਹੋਣੀ, ਗਗਨ ਨੀਟੇ ਹੋਣੀ, ਹੈਪੀ ਹੋਣੀ ਤੇ ਕੱਲਾਂ ਵਾਲੇ ਜਸ ਨੇ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਦਿਖਾ ਦੇਣਾ ਇਹ ਕਬੱਡੀ ਕੱਪ, ਖੂਸਾ ਰਣਧੀਰ ਦਾ ਕਬੱਡੀ ਕੱਪ, ਕਹਿੰਦੇ ਵੀ ਕੱਲਾਂ ਵਾਲੇ ਜਸ ਨੇ ਪੂਰੀ ਦੁਨੀਆ ਭਰ ਦੇ ਵਿੱਚ ਦਿਖਾ ਦੇਣਾ ਹੈ। ਔਰ ਨਾਲ ਹੀ ਸਕਿਉਰਿਟੀ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ, ਤੁਹਾਨੂੰ ਅਸੀਂ ਪਹਿਲਾਂ ਵੀ ਕਿਹਾ ਸੀ ਜੇ ਤੁਸੀਂ ਆਈ ਪੰਜ ਪੰਜ ਚਾਰ ਚਾਰ ਦੇ ਟੋਲੇ ਅੰਦਰ ਲੰਘਣ ਦੇ ਤਾਂ ਤੁਹਾਨੂੰ ਇੱਥੇ ਕਿਸੇ ਨੇ ਥਾਂ ਨਹੀਂ ਦੇਣਾ ਗਾ ਆਪ ਵੀ ਖੜਨ ਨੂੰ। ਸੋ ਬੇਨਤੀ ਆ, ਹਜੇ ਟਾਈਮ ਬਹੁਤ ਪਿਆ, ਸ਼ਾਮ ਕਦੋਂ ਹੋਈ, ਹਜੇ ਰਸ਼ ਪੂਰਾ ਹੀ ਵੱਧਦਾ ਜਾਣਾ। ਜੇ ਇਸੇ ਤਰ੍ਹਾਂ ਆਪਾਂ ਪੰਜ ਪੰਜ ਚਾਰਾਂ ਚਾਰਾਂ ਨੂੰ ਛੋੜ ਦਿੰਦੇ ਗਏ ਤਾਂ ਜਿਹੜਾ ਇੱਥੇ ਆਪਣੇ ਪਤਵੰਤੇ ਸੱਜਣਾ ਵਾਸਤੇ ਜਗ੍ਹਾ ਅਸੀਂ ਬਣਾਈ ਆ ਉਹ ਇਹਨਾਂ ਨੇ ਰੋਕ ਲੈਣੀ ਆ ਤੇ ਉਹਨਾਂ ਨੂੰ ਫਿਰ ਖੜੇ ਹੋ ਕੇ ਮੈਚ ਦੇਖਣੇ।